कुर्सी थोड़ा बढ़ाते बैठे हैं जी, असि बढ़ के चढ़ के रखते कुर्सी बड़ी के बैठते बैठे हैं ताया जी, कुर्सी बड़ी जावे ते इकट्ठे बैठ ले। हां ये लगता चकरा अखना जी कुर्सी नहीं मेरा बैग दे हां कुर्सी छड़ो ही ना पहुंच गए बदले छड़ छड़ रहे 30 साल से लोग कुर्सी नहीं लड़ते हैं बल्कि कुर्सियां ना लड़ रहे कुर्सियां ना लड़ रहे पार्लियामेंट सारी जगह मैनू ना बोलिया ठीक है नापल केस है और दसो और किसी का दसो कोई प्रकार एक होर है जी जो हम अपना हम एक फैशन चल पाया या सुनो रिवायत कह लो जी या एक हवा कह लो हर एक असि अपना गोद लिखते हैं नाल हाँ जी हाँ जी सिंह के नाल ठीक है पुराने सिंह से कोई गोद नहीं लिखता सी ठीक है मतलब पॉलिटिकल लीडर भी जड़े सी जी प्रकाश सिंह बादल जी जगदेव सिंह तलवंडी थौड़ा ये पिंडा के नाम मैं सुनता हूँ मैं लड़की फिनिश ये पिंडा के नाल असि गोद नहीं कदे लिखते सी जो अस एक ही शरीर देखे सारा भी इसका बूथ नहीं है सारी सिख ने इंटरनेट से देखते भी 83,000 सिख मर गए किसका बूथ नहीं 83,000 अपना ऐसा हो सकता है ईश्वर सिंह वन ईश्वर सिंह टू ईश्वर सिंह जूनियर ईश्वर सिंह सीनियर और बूथ नहीं है किसी का एक 1,09,000 चक भी हो किसका बूथ नहीं है ठीक है हम ये पाड़ा पाया जा रहा है कि असि गुरु हो गया ठीक और बस और किसी का सवाल अपने केस कटा रोक बेनती है बीबियां भी बेनती करनी चाहिए खास करके मदर्स ਵੀ ਬੱਚਿਆਂ ਨੂੰ ਘਰ ਮਾਤ ਭਾਸ਼ਾ ਪੰਜਾਬੀ ਸਿਖਾਉਣ ਉਹਨਾਂ ਨਾਲ ਬੋਲਣ ਤਾਂ ਕਿ ਉਹ ਬੱਚੇ ਜਿਹੜੇ ਆ ਉਹ ਪੰਜਾਬੀ ਗੁਰੂ ਗ੍ਰੰਥ ਸਾਹਿਬ ਨਾਲ ਲੈਂਗੁਏਜ ਹੋਰ ਇੱਕ ਮੇਰਾ ਬੇਨਤੀ ਸਾਹਿਬ ਹਮ ਗੁਰਦੁਆਰਾ ਵੱਖਰੇ ਵੱਖਰੇ ਨਾਂ ਰਾਮਗੜੀਆ ਗੁਰਦੁਆਰਾ ਉਹ ਗੋਦ ਨਾਲ ਜੁੜ ਗੋਦ ਨਾਲ
सारे नाम लगा के सिर्फ जितने भी गुरुद्वारा गुरु घर पड़े उसे गुरु नानक दरबार क्यों ना रखा जाए, किसी को ना मतलब पूरे वर्ल्ड गुरु नानक दरबार, क्योंकि बेसिकली गुरु नानक भी शुरू होगा सिख धर्म, गुरु नानक दरबार के नाम ही ठीक है। चलो देखो होर भाई साहब दसन गए जो सवाल नहीं जिहड़ी शाम नूं महाराज तों बाद आरती साहिब पढ़दे आ ਉਹਦੇ 'ਚ ਜੋ ਸਿੱਖ ਮਰਿਆਦਾ ਅਨੁਸਾਰ ਖਾਲਸਾ ਸਾਹਿਬ ਦੇ ਰੂਲ ਹੈ ਉਹ ਵੀ ਪੜ੍ਹੀ ਜਾਂਦੀ, ਉਹ ਕੁਝ ਵੱਖਰੀ ਪੜ੍ਹੀ ਲਿਖ ਕੇ ਦਿੱਤੀ, ਹਾਂਜੀ ਉਹ ਲਿਖ ਕੇ ਦਿੱਤੀ ਹੈ ਇਸ ਵਾਰ ਅਜੇ ਗੁਰਬਾਣੀ ਜਿਹੜੀ ਹੈ ਮਤਲਬ ਸਮੇਂ ਦੇ ਮੁਤਾਬਿਕ ਸਵੇਰ ਦੀ ਬਾਣੀ ਸ਼ਾਮ ਦੀ ਬਾਣੀ ਇਹ ਆਪਾਂ ਜਦ ਕੰਟਰੀ ਚੇਂਜ ਕਰਨਾ ਤਾਂ ਫਰਕ ਹੋ ਜਾਂਦਾ, ਅਸੀਂ ਸ਼ਾਮੀ ਅਰਦਾਸ ਕਰਨਾ ਤਾਂ ਉੱਥੇ ਸਵੇਰੇ ਜਪੀ ਸਾਹਿਬ ਬਣਾ ਹੋਇਆ ਹੁੰਦਾ ਇਹਨਾਂ 'ਚ ਗਹਿਰੇ ਸਾਹਿਬ ਨੂੰ ਚਲੀ ਸੰਗ੍ਰਹਿ ਚ ਨਹੀਂ ਉਹਦੇ ਨਾਲ ਕੀ ਆ ਜਦੋਂ ਅਸਾਂ ਸੋਚਣਾ ਹੈ ਵੀ ਇਹ ਸੁਭਾ ਹੈ ਵੀ ਸ਼ਾਮ ਇਹ ਤੇ ਬਾਣੀ ਪੜ੍ਹਨ ਵਾਲੇ ਨੇ ਲੋਕ ਬਾਣੀ ਕੋਈ ਵੀ ਕਦੇ ਵੀ ਪੜ੍ਹੀ ਜਾ ਸਕਦੀ ਕਿ ਇਸੇ ਸਮੇਂ ਲੱਗੀ ਜਾ ਹੋਰ ਮੇਰਾ ਖਿਆਲ ਹੈ ਜੇ ਆਪਾਂ ਕੋਸ਼ਿਸ਼ ਕਰੀਏ ਜਿਹੜੇ ਤੁਹਾਡੇ ਸਵਾਲ ਹੈਗੇ ਆ ਜੇ ਅਸੀਂ ਇਹਨਾਂ ਨੂੰ ਲੈਣ ਦੀ ਕੋਸ਼ਿਸ਼ ਕਰੀਏ ਇੱਕ ਪਾਸੇ ਤੋਂ ਇਸ ਤਰ੍ਹਾਂ ਹੁੰਦਾ ਕਿ ਕੇਸਾਂ ਦੇ ਬਾਰੇ ਤੇ ਬਹੁਤ ਕੁਛ ਹੈਗਾ ਹੈ ਗੁਰਬਾਣੀ ਦੇ ਵਿੱਚ ਵੀ ਹੈਗਾ ਸਭ ਕੁਛ ਹੈਗਾ। ਗੁਰੂ ਸਾਹਿਬ ਦੇ ਵੇਲੇ ਦੋ ਕਿਸਮ ਦੇ ਲੋਕ ਸੀ, ਇੱਕ ਜਿਹੜੇ ਸੀ ਕੇਸਾਂ ਨੂੰ ਆਰਟੀਫਿਸ਼ਲੀ ਵਧਾਉਂਦੇ ਸੀ, ਬੋਰਡ ਦਾ ਦੁੱਧ ਲਾ ਲਾ ਕੇ ਉਸਨੂੰ ਐਕਸਪੈਂਡ ਕਰਦੇ ਸੀ, ਉਸਨੂੰ ਵਧਾਉਂਦੇ ਸੀ। ਇੱਕ ਜਿਹੜੇ ਸੀ ਉਹ ਕਰਨ ਲਾ ਕੇ ਰੱਖਦੇ ਸੀ, ਠੀਕ ਹੈ। ਹੁਣ ਇਹ ਦੋਨੋਂ ਜਿਹੜੀਆਂ ਸੀ ਗੁਰੂ ਸਾਹਿਬ ਨੇ ਜਿਹੜਾ ਹੁਕਮ ਦਿੱਤਾ ਸੀ ਉਹਨਾਂ ਨੇ ਕਿਹਾ ਕਿ ਜੋ ਹੁਕਮ ਰਜਾਈ ਚੱਲਣਾ ਜਿਹੜੇ ਤੁਹਾਨੂੰ ਜਿਸ ਰੂਪ ਵਿੱਚ ਅਕਾਲ ਪੁਰਖ ਨੇ ਭੇਜਿਆ ਜਿਹੜਾ ਸਾਬਤ ਸੂਰਤ ਦਸਤਾਰ ਸੀਗਾ, ਜਿਵੇਂ ਮੈਂ ਮੱਕੇ ਦੀ ਗੋਸ਼ਤ ਦਾ ਜ਼ਿਕਰ ਕਰ ਰਿਹਾ ਸੀ, ਮੱਕੇ ਦੀ ਗੋਸ਼ਤ ਜਦੋਂ ਗੁਰੂ ਨਾਨਕ ਸਾਹਿਬ ਨੂੰ ਕਿਹਾ ਕਿ ਤੁਸੀਂ ਸੁਨਤ ਕਰਨੀ ਜ਼ਰੂਰੀ ਹੈ, ਸੁਨਤ ਉਹ ਲਿੰਗ ਨੂੰ ਵੱਢਦੇ ਆ, ਅਤੇ ਗੁਰੂ ਸਾਹਿਬ ਨੇ ਕਿਹਾ ਇਹ ਸੁਨਤ ਨਹੀਂ ਹੈ, ਸੱਚੀ ਸੁਨਤ ਰੱਬ ਦੀ ਮੋਏ ਲੈ ਆਇਆ ਨਾਲ ਰੱਖੇ ਮੋਏ ਅਮਾਨਤੀ ਸੁਖਾਸਾ ਬੰਦਾ ਪਾ, ਉਹ ਬੰਦਾ ਸੱਚੀ ਸੁਨਤ ਹੈ, ਇਹ ਜਿਹੜੇ ਮੋਏ ਹੈ ਇਹ ਜਿਹੜੇ ਕੇਸ ਹੈ ਇਹਨਾਂ ਨੂੰ ਸੰਭਾਲ ਕੇ ਰੱਖਣਾ ਇਹ ਸੱਚੀ ਸੁਨਤ ਹੈ। ਹਜ਼ੂਰ ਨੇ ਕਿਹਾ ਅਵਲ ਸੁਨਤ ਮੋਏ ਹੈ, ਪਹਿਲੀ ਸੁਨਤ ਕੇਸ ਹੈ, ਸਿਰ ਪਰ ਰੱਖੇ ਜੋਏ ਪਾਏ ਮਰਾਤਬਾ ਸੈਦੀ ਬੜਾ ਰੱਖੀ ਸਰ ਹੋਏ। ਫਿਰ ਗੁਰੂ ਸਾਹਿਬ ਨੇ ਇੱਕ ਹੋਰ ਗੱਲ ਕਹੀ ਕਿ ਹਿੰਦੂ ਮੁਸਲਮਾਨ ਦੋਏ ਸਿਰ ਗੁੰਮ ਥੀਏ ਜ਼ਮੀਨ, ਇਹ ਮੋਏ ਕੇਸ ਹਟਾ ਕੇ ਸਿਰ ਗੁੰਮ ਹੋ ਗਏ, ਇਹਨਾਂ ਦਾ ਸਿਰ ਗਵਾਚ ਗਿਆ, ਯਾਨੀ ਨਾ ਅਸੀਂ ਕੇਸ ਰੱਖਣੇ ਅਤੇ ਨਾ ਅਸੀਂ ਕੇਸ ਕਟਾਉਣੇ, ਜੋ ਅਕਾਲ ਪੁਰਖ ਦਾ ਸਰੂਪ ਦਿੱਤਾ ਉਸਨੂੰ ਕਾਇਮ ਰੱਖਣ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਭਾਵੇਂ ਲਾਂਬੇ ਕੇਸ ਕਰ ਭਾਵੇਂ ਕਰਨ ਮੁੰਡਾਏ, ਲਾਂਬੇ ਕਰ ਮੀਨਸ ਆਰਟੀਫਿਸ਼ਲੀ ਲੰਬੇ ਕਰਨੇ, ਉਹ ਵੀ ਬਣਾ ਦਿੱਤਾ ਜਟਾਵਾਂ ਬਣਾ ਦਿੱਤਾ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਸ ਮਸਲੇ ਨੂੰ, ਕਿਉਂਕਿ ਜਿਹੜੇ ਸਾਡੇ ਪੁਰਾਣੇ ਸਿੰਘ ਸੀਗੇ ਨਾ ਪੁਰਾਤਨ ਜਿਹੜੇ ਸਿੰਘ ਸੀ ਬਹੁਤ ਵਿਦਵਾਨ ਸਨ, ਬਹੁਤ ਵਿਦਵਾਨ ਸੀਗੇ, ਦੇਖੋ ਉਹ ਗੱਲ ਨੂੰ ਕਰਦੇ ਸੀ ਪਰ ਬੜਾ ਉਹਨਾਂ ਦਾ ਢੰਗ ਜਿਹੜਾ ਹੁੰਦਾ ਸੀ ਉਹ ਬੜਾ ਅਜੀਬ ਢੰਗ ਹੁੰਦਾ ਸੀ, ਉਹ ਬੜਾ ਡਿਫਰੈਂਟ ਤਰੀਕਾ ਹੁੰਦਾ ਸੀ। ਉਹਨਾਂ ਨੇ ਇੱਕ ਤਰੀਕਾ ਵਰਤਿਆ ਪੁਰਾਣੇ ਰਹਿਨਾਮੇ ਦੇ ਵਿੱਚ ਜ਼ਿਕਰ ਆਇਆ ਕਿ ਗੁਰੂ ਕਾ ਸਿੱਖ ਨੰਗੇ ਪੈਰ ਨੰਗੇ ਸਿੰਘ ਜੁੱਤੀ ਨਾ ਪਾਏ, ਪੁਰਾਣੇ ਹੁਕਮਨਾਮੇ ਰਹਿਨਾਮੇ। ਹੁਣ ਪਹਿਲਾਂ ਤਾਂ ਸਮਝ ਨਹੀਂ ਆਈ ਕਿ ਇਹ ਕੀ ਲਿਖਿਆ ਹੈ ਕਿ ਰਹਿਨਾਮੇ ਵਿੱਚ ਕਿ ਨੰਗੇ ਸਿਰ ਜੁੱਤੀ ਨਾ ਪਾਏ, ਸਾਰੀ ਨੰਗੇ ਸਿਰ ਜੁੱਤੀ ਨਾ ਪਾਏ, ਸਮਝ ਨਹੀਂ ਆਈ। ਬਾਅਦ ਵਿੱਚ ਜਦੋਂ ਸੋਚਿਆ ਕਿ ਉਹਦਾ ਮਤਲਬ ਹੈ ਜਦੋਂ ਸਿੱਖ ਨੇ ਬਾਹਰ ਜਾਣਾ ਹੈ ਤੇ ਉਹ ਜੁੱਤੀ ਜ਼ਰੂਰ ਪਾਏਗਾ, ਸੋ ਉਹਨਾਂ ਨੇ ਕਿਹਾ ਤਾਂ ਜੁੱਤੀ ਤੋਂ ਬਾਅਦ ਪਹਿਲਾਂ ਦਸਤਾਰ ਸੀਗਾ, ਮਤਲਬ ਕਹਿਣ ਦਾ ਇੱਕ ਢੰਗ ਜਿਹੜਾ ਸੀ ਉਹ ਵੱਖਰਾ ਸੀ।
ਜਿਹੜੀ ਗੱਲ ਕੇਸਾਂ ਦੇ ਬਾਰੇ ਸੀ ਗੁਰੂ ਸਾਹਿਬ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿਹੜਾ ਹੁਕਮਨਾਮਾ ਦੇ ਦਿੱਤਾ ਭਾਈ ਨੰਦ ਲਾਲ ਜੀ ਜਿਹੜੇ ਉਹਨਾਂ ਦੇ ਨਾਲ ਸੀ ਉਹਨਾਂ ਦੇ ਕੋਲੋਂ ਲਿਖਵਾਇਆ ਉਹਦੇ ਚ ਉਹਨਾਂ ਨੇ ਇੱਕ ਛੋਟੀ ਜਿਹੀ ਗੱਲ ਕਹਿ ਦਿੱਤੀ ਉਹਨਾਂ ਇਹ ਨਹੀਂ ਕਿਹਾ ਤੂੰ ਕੇਸ ਰੱਖ ਜਾਂ ਨਾ ਕੇਸ ਕਟਾ ਜਾਂ ਨਾ ਕਟਾ ਉਹਨਾਂ ਨੇ ਕਿਹਾ ਕੰਘਾ ਦੋਨੋਂ ਵਕਤ ਕਰ ਬਾਗ ਚੁਣੇ ਕਰ ਬਾਂਧੀ ਹੁਣ ਤੂੰ ਦੋਨੋਂ ਵਕਤ ਕੰਘਾ ਕਰ ਹੁਣ ਜਿਹੜਾ ਰੋਟਾ ਮਰੋਟਾ ਕੰਘਾ ਕਿੱਥੇ ਕਰੇਗਾ ਉਹ ਕੀ ਕਰੇਗਾ ਤੇ ਨਾ ਹੀ ਜਟਾਵਾਂ ਵਾਲਾ ਕੰਘਾ ਕਰ ਸਕਦਾ ਜਿਹਨੇ ਜਟਾਵਾਂ ਬਾਗ ਬਣਾਉਣੀ ਆ ਜਿਹਨੇ ਉਹ ਕਰ ਲਿਆ ਸੋ ਉਹਨਾਂ ਨੇ ਇਹ ਨਹੀਂ ਕਿਹਾ ਕਿ ਤੂੰ ਕੇਸ ਰੱਖ ਜਾਂ ਨਾ ਰੱਖ ਇਹ ਹੁਕਮ ਦੇਤਾ ਤੂੰ ਦੋਨੋਂ ਟਾਈਮ ਸਵੇਰੇ ਸ਼ਾਮ ਕੰਘਾ ਕਰ ਠੀਕ ਹੈ ਇੱਦਾਂ ਹੀ ਗੁਰੂ ਸਾਹਿਬ ਨੇ ਹੁਕਮਨਾਮੇ ਦਿੱਤੇ ਕਿ ਤੁਸੀਂ ਗਿੱਲੀ ਸੁੱਕੀ ਕੱਛ ਪਾ ਲਓ ਕਛਹਿਰੇ ਦਾ ਔਰ ਕਿਰਪਾਨ ਦਾ ਵਿਸਾਰ ਨਾ ਕਰੋ ਗਿੱਲੀ ਪਾ ਲਓ ਹੁਣ ਕਛਹਿਰਾ ਜਦੋਂ ਪਾਉਣ ਦੀ ਗੱਲ ਕੀਤੀ ਤੁਸੀਂ ਹੈਰਾਨ ਹੋਵੋਗੇ ਅਨੰਦਪੁਰ ਸਾਹਿਬ ਦੇ ਵਿੱਚ ਪਹਾੜੀ ਰਾਜੇ ਗੁਰੂ ਸਾਹਿਬ ਦੇ ਕੋਲ ਆਏ ਸੀ ਕਿ ਜੀ ਸਾਨੂੰ ਇਹ ਕਛਹਿਰੇ ਦੀ ਸ਼ਰਤ ਹਟਾ ਲਓ ਤੇ ਅਸੀਂ ਸਾਰੇ ਸਿੱਖ ਬਣ ਜਾਵਾਂਗੇ ਗੁਰੂ ਸਾਹਿਬ ਨੇ ਕਿਹਾ ਇਹ ਨਹੀਂ ਹਟ ਸਕਦੀ ਹੁਣ ਇਹਦੇ ਚ ਇੰਨੀ ਕਿਹੜੀ ਗੱਲ ਹੋ ਗਈ ਜਿਹੜੀ ਕਛਹਿਰੇ ਦੀ ਸੀ ਦਰਅਸਲ ਹਿੰਦੂਇਜ਼ਮ ਔਰ ਇਸਲਾਮ ਦੇ ਵਿੱਚ ਕਰਮ ਕਾਂਡ ਹੁੰਦਾ ਹੈ ਜਿੰਨੇ ਕੰਮ ਕੀਤੇ ਜਾਂਦੇ ਹੈ ਭਾਵੇਂ ਉਹ ਯੱਗ ਹੈ ਸ਼ਿਖਾ ਹੈ ਤਰਪਣ ਹੈ ਹੋਮ ਹੈ ਬਦਨ ਹੈ ਜਿੰਨੇ ਕੰਮ ਕਰਨੇ ਹੈ ਉਹਦੇ ਵਿੱਚ ਲਿਖਿਆ ਹੈ ਕਿ ਅਣਸੀਤਾ ਕੱਪੜਾ ਪਾਇਆ ਹੋਣਾ ਚਾਹੀਦਾ ਅਨਸਟਿਚਡ ਕਲੋਥ ਠੀਕ ਹੈ ਇਸਲਾਮ ਦੇ ਵਿੱਚ ਜਦੋਂ ਉਹਨਾਂ ਨੇ ਹਜ ਕਰਨ ਜਾਣਾ ਉਹਨੂੰ ਅਹਿਰਾਮ ਪਾਉਣਾ ਪੈਂਦਾ ਅਹਿਰਾਮ ਇੱਕੋ ਚਾਦਰ ਹੁੰਦੀ ਹੈ ਜਿਹੜੀ ਕਿ ਅਨਸਟਿਚਡ ਹੁੰਦੀ ਹੈ ਹੁਣ ਜਿਸ ਬੰਦੇ ਨੇ ਕਛਹਿਰਾ ਸੀੜਾ ਮਾਰ ਮਾਰ ਕੇ ਖਰਾਬ ਕੀਤਾ ਹੁੰਦਾ ਉਹ ਨਾ ਦਾ ਹੱਜ ਹਿੰਦੂਆਂ ਦੇ ਘਰ ਕਰ ਜਾ ਸਕਦਾ ਨਾ ਇਸਲਾਮ ਦਾ ਹੱਜ ਕਰ ਸਕਦਾ ਸੋ ਉਹਨਾਂ ਨੇ ਇਹ ਨਹੀਂ ਕਿਹਾ ਕਿ ਤੁਸੀਂ ਇਹ ਕਰੋ ਜਾਂ ਨਾ ਕਰੋ ਉਹਨੇ ਕਹਿਤਾ ਜੀ ਤੁਸੀਂ ਇਹ ਕਰ ਸੋ ਇਸ ਕਰਕੇ ਜਿੱਥੇ ਤੱਕ ਕੇਸਾਂ ਦਾ ਕੋਈ ਡਿਸਪਿਊਟ ਨਹੀਂ ਕੋਈ ਹੈ ਨਹੀਂ ਕੋਈ ਵੀ ਉਹਦੇ ਤੇ ਰਹਿ ਗਈ ਗੱਲ ਨਾ ਇਹਦੇ ਚ ਇੱਕ ਦੱਤਾਤਰੇ ਅਵਤਾਰ ਹੋਇਆ ਹਿੰਦੂਆਂ ਦਾ ਦੱਤਾਤਰੇ ਉਸ ਦੱਤਾਤਰੇ ਨੇ ਬੜੀਆਂ ਉਹਨੇ ਗੱਲਾਂ ਲਿਖੀਆਂ ਇੱਕ ਗੱਲ ਉਹਨੇ ਕਹੀ ਸੀ ਕਹਿੰਦਾ ਕਿ ਨਾਖੁਨ ਨਹੀਂ ਕਟਾਉਣੇ ਨਾਖੁਨ ਵਧਾਉਣੇ ਠੀਕ ਹੈ ਸੋ ਜਿਹੜੇ ਹੁਣ ਜਿਸ ਬੰਦਾ ਨਾਖੁਨ ਨਹੀਂ ਕਟਾਏਗਾ ਠੀਕ ਹੈ ਜਿਹੜਾ ਨਾਖੁਨ ਦਾ ਅਗਲਾ ਪੋਰਸ਼ਨ ਡੈਡ ਹੋ ਜਾਏਗਾ ਪਿੱਛੋਂ ਜ਼ਿੰਦਾ ਆਈ ਜਾਏਗਾ ਉਹ ਵੱਧਦਾ ਜਾਏਗਾ ਠੀਕ ਹੈ ਇੱਕ ਲਿਮਿਟ ਤੋਂ ਵੱਧਦੇ ਜਾਣਗੇ ਤੁਸੀਂ ਦੇਖ ਲਓ ਉਹ ਗਿਆਨੀ ਮਾਨ ਸਿੰਘ ਝੌਰ ਬੜੀ ਸੋਹਣੀ ਗੱਲ ਕਰਦੇ ਹੁੰਦੇ ਸੀ ਕਹਿੰਦੇ ਇੱਕ ਵਾਰੀ ਕਹਿੰਦੇ ਇੱਕ ਦੱਤਾਤਰੇ ਹੋਇਆ ਸਦੀਆਂ ਪਹਿਲੇ ਹੋਇਆ ਮਰ ਗਿਆ ਖਤਮ ਹੋ ਗਿਆ ਹਿੰਦੂਆਂ ਨੇ ਵੀ ਭੁਲਾ ਦਿੱਤਾ ਕਹਿੰਦਾ ਜਿਹੜੀ ਇਹ ਬੀਬੀ ਆਈ ਨਾ ਮੱਥਾ ਟੇਕਣੇ ਤੇ ਨਾਖੁਨ ਵੇਖੋ ਦੱਤਾਤਰੇ ਹੁੰਦਾ ਕਿੰਨਾ ਖੁਸ਼ ਹੋਣਾ ਸੀ ਮੇਰੀ ਆਹ ਔਲਾਦ ਚੱਲ ਰਹੀ ਹੈ ਦੱਤਾਤਰੇ ਨੇ ਬੜਾ ਖੁਸ਼ ਹੋਣਾ ਸੀ ਅੱਛਾ ਜਿਹਦੇ ਹੁਣ ਨਾਖੁਨ ਵੱਧ ਗਏ ਉਹ ਬੰਦਾ ਕਿਰਤ ਨਹੀਂ ਕਰ ਸਕਦਾ ਆਪਣੀ ਕਿਰਿਆ ਵੀ ਨਹੀਂ ਸੋਚ ਸਕੇਗਾ ਦੂਜੇ ਦੀ ਤੇ ਛੱਡ ਦਿਓ ਤੇ ਸਿੱਖ ਮਾਰਗ ਕਿਰਤ ਹੀ ਮਾਰਗ ਹੈ ਕਿਰਤ ਦਾ ਮਾਰਗ ਹੈ ਤਾਂ ਹੀ ਕਰਕੇ ਕਹਿੰਦੇ ਖੁਦਾ ਗੰਜੇ ਕੋ ਨਾਖੁਨ ਨਾ ਦੇ ਗੁਰੂ ਕਰਕੇ ਬਚ ਜਾਏਗਾ ਸੋ ਨਾਖੁਨ ਜਿਹੜੇ ਹੈ ਉਹ ਡੈਡ ਐਂਡ ਜਿਹੜਾ ਹੈ ਉਹ ਸਫਾਈ ਕੱਲ ਹੋ ਗਏ ਉਹ ਜਿਵੇਂ ਮੈਂ ਬੜੀ ਸੋਹਣੀ ਕਹਾਣੀ ਸੁਣੀ ਸੀ ਕਹਿੰਦੇ ਉਹ ਬੱਚੇ ਆਏ ਤੇ ਕਿਸੇ ਮੁੰਡੇ ਨੂੰ ਫੜਿਆ ਕਹਿੰਦੇ ਆਂਟੀ ਜੀ ਦੇਖੋ ਕਹਿੰਦੇ ਅਸੀਂ ਮੁੰਡੇ ਨੂੰ ਲਵਾਇਆ ਕਹਿੰਦੇ ਦੇਖੋ ਕਿੰਨੀ ਮੈਲ ਨਿਕਲੀ ਹੈ ਉਹ ਕਹਿੰਦੀ ਮੈਲ ਨੀ ਨਿਕਲੀ ਦੀ ਬਨੈਲ ਉਤਰੀ ਹੈ ਇੱਥੇ ਇਹ ਤੁਸੀਂ ਬਨੈਲ ਬਨੈਲ ਉਤਾਰੀ ਹੈ ਲਵਾਓ ਤੇ ਜਾ ਕੇ ਸਭ ਕਹਿਣ ਦਾ ਮਤਲਬ ਇਹ ਹੈ ਕਿ ਜੇ ਉਹ ਨਹੀਂ ਕਟਾਏਗਾ ਉਹ ਪਹਿਲੀ ਸ਼ਰਤ ਜਿਹੜੀ ਸਿੱਖੇ ਮੇਰੇ ਨਿੱਜੀ ਬਹੁਤ ਹੋਣਗੇ ਪਰ ਜਿਹੜੀ ਸਾਡੀ ਕੌਮੀ ਤੌਰ ਦੇ ਉੱਤੇ ਸਿੱਖ ਰਹਿਤ ਮਰਿਆਦਾ ਹੈ ਉਹਦੇ ਵਿੱਚ ਪੰਜ ਕਕਾਰ ਨਿਸ਼ਚਿਤ ਹੈ ਨਿਸ਼ਾਨੇ ਸਿੱਖੀ ਪੰਜ ਹਰਫ ਕਾਫ ਹਰ ਗਿਜ਼ ਨਾ ਬਾਦਸ਼ਾਹ ਦੀ ਪੰਜ ਮੁਆਫ ਕੜਾ ਕਾਰ ਦੋ ਕੱਚ ਕੰਘਾ ਵਿਦਾ ਬਿਨਾ ਕੇਸ ਹੇ ਚਸ ਜੁਮਲਾ ਨਿਸ਼ਾਨ ਕਕਾਰ ਜਿਹੜੇ ਹੈ ਉਹ ਕੇਸ ਹੈ ਦਸਤਾਰ ਨਹੀਂ ਹੈ ਨੰਗੇ ਸਿਰ ਨਹੀਂ ਰਹਿਣਾ ਇਹ ਹੁਕਮ ਹੈ ਦਸਤਾਰ ਸਜਾਣੀ ਹੁਕਮ ਹੈ ਪਰ ਜਿਹੜੇ ਕਕਾਰ ਹੈ ਉਹ ਕੇਸ ਕਕਾਰ ਹੈ ਦੂਸਰਾ ਨਹੀਂ ਹੁਣ ਜਿਹੜੇ ਬੰਦੇ ਇਹ ਗੱਲ ਕਰਦੇ ਜੀ ਕਿ ਕੇਸ ਤੇ ਸਾਨੂੰ ਕੁਦਰਤੀ ਹੈਗੇ ਹੈ ਕੁਦਰਤੀ ਹੈਗੇ ਹੈ ਦਰਅਸਲ ਇਹ ਗੱਲ ਗਲਤ ਹੈ ਕੇਸ ਕੁਦਰਤ ਨੇ ਨਹੀਂ ਦਿੱਤੇ ਕੁਦਰਤ ਨੇ ਕੇਸ ਬਿਲਕੁਲ ਨਹੀਂ ਦਿੱਤੇ ਜੇ ਸਾਨੂੰ ਕੁਦਰਤ ਨੇ ਕੇਸ ਦਿੱਤੇ ਹੁੰਦੇ ਫਿਰ ਜਿਹਦੇ ਵਾਲ ਹੈਗੇ ਹੈ ਉਹ ਵੀ ਅਰਦਾਸ ਕਰਦਾ ਹੈ ਕੇਸ ਦਾਨ ਕੇਸਾਂ ਦੀ ਦਾਤ ਮੰਗ ਰਿਹਾ ਕੁਦਰਤ ਨੇ ਵਾਲ ਦਿੱਤੇ ਜਦੋਂ ਵਾਲਾਂ ਨੂੰ ਗੁਰੂ ਦੀ ਬਖਸ਼ਿਸ਼ ਸਮਝ ਕੇ ਧਾਰਨ ਕਰੇਗਾ ਫਿਰ ਇਹ ਕੇਸ ਬਣ ਜਾਂਦਾ ਤਲਵਾਰ ਅਸੀਂ ਬਾਜ਼ਾਰੋਂ ਲੈ ਸਕਦੇ ਹਾਂ ਪਰ ਜਦੋਂ ਗੁਰੂ ਦੀ ਬਖਸ਼ਿਸ਼ ਸਮਝ ਕੇ ਧਾਰਨ ਕਰਾਂਗੇ ਫਿਰ ਇਹ ਕਿਰਪਾਨ ਬਣ ਜਾਏਗਾ
दोनों च फर्क है। हर इस करके पुराने रहतनामे च लिखा है कोई गुरु का सिख केसा नू वाल ना कवे, इनू वाला वाला ना कवे। ये वाल नहीं है, जो आम वाल है, पर जो इस नू गुरु की बख्शिश समझ ली फिर यह केस बन गए। वाला की तब्दीली गैर सिख औरत सारियां नू, हर औरत नू वाल मिले है, साधुआं नू वाल मिले है, नास्तकां नू वाल मिले है, पर जो इस नू गुरु की बख्शिश समझ के धारण कर लेगा फिर एक केस हो जाएंगे। ककार जिहड़ा है वह गुरु ने दिते है, वाल गुरु ने नहीं दिते, वाल कुदरत ने दिते है, पर इन्हां वालां नू केस जिहड़ा है वह गुरु ने तब्दील किया। इस करके जिहड़े असी अरदास विच भी केस दा जिवें प्रोफेसर पूरन सिंह ने कहा है, कहिंदा है कि हर सिख नू गुरु गोबिंद सिंह की कृपान पाणी पैंदी है। यह नहीं कहता कृपान बाणी पैंदी, जे गुरु गोबिंद सिंह की कृपान हो गई फिर मैं सुट के ना सकता। ठीक है, बड़ी सिंपल लॉजिकली हो गया। जिस तरीके दे नाल जदों महाराणा प्रताप जिहड़ा सी उहदे कोल एक गंग राय कवि गया, महाराणा प्रताप कोल कुछ भी नहीं सीगा, ते उह उहने जदों महाराणा प्रताप ने अपनी पगड़ी ला के उस गंग राय कवि दे सिर ते रख दित्ती, जदों अकबर दे दरबार च आया ते आकड़ के खड़ा सी, वह कहिंदा वजीर ने कहा तू चुक नहीं रहा, वह कहिंदा मैं तां चुक रहा ये नहीं चुक रही है। वह फिर जदों किसी राजपूत राजे दे गया जिन्हें अपनी लड़की का रिश्ता मुगलों नूं देता सी, इत्थे जाके उन्हें फिर एक दोहरा पढ़ दिता, कहिंदा कि बदर ते बंदरी भयो कीनो खसम मलार, बड़े उन्हें गाल कट के उसनूं कह दिता तुहाडा कोई की कर लेगा। राजे ने कहा कहिंदा तू माफी मंग, कहिंदा खसम बदली करो, दस्तार बदली करो, दस्तार दे पैर रखो तां की हो गया, पगड़ी लाओ, पर ओ उन्हूं ने मार दिता सी उस बंदे नूं, जिहदा जिक्र पंथ प्रकाश भी होया। सो जे अगर सिरपाओ या दस्तार गुरु दी है फिर ये नहीं उतरेगी, जे केस गुरु दे हो गए फिर नहीं उतरणगे, ते जे मेरे अगे मेरे ते जो मर्जी तुसीं ला लो, मेरे ते भावें पेंट भी ला लवे कमीज भी ला लवे जो मर्जी करे, पर जे गुरु दी होएगी फिर उह नहीं लत्थेगी। सो केस जदों तब्दील हो जाएंगे। मैं केवल एक इंसीडेंट दसना चाहता, पटना साहब संत करतार सिंह भिंडरांवाले आए, उत्थे एक भंडारी साहब सीगे, वह कहन लगे साडे सामने दी वार्ता कहन लगे बाबा जी ये ककार जिहड़े है तुसीं इहनू केसकी नूं ककार कहिंदे हो कि नहीं कहिंदे, ते उन्होंने जो किया कहिंदे गल इह है कि तू बन्नी है, कहिंदे हाँ, कहिंदे किन्नी वड्डी, कहिंदे जी 2 मीटर दी मैं बंदा, सत कहन लगे मैं 7-7 मीटर दियां 2 दस्तारां बंदा, 7-7 मीटर दियां 2 दस्तारां बंदा, और रात सौण लगिया भी 2 दस्तारां बन के सौंदा। ते ओ कहन लगे जी रात नूं उतर जांदी है, उन्होंने एक छोटी जी गल कही, छोटा जिहा नुक्ता कहा, कहिंदे भाई जाग के सोया कर। देखो किन्ना वड्डा मैसेज देता, जाग के सोया कर, सुते हुए असी उदो ते गल है कि सुता या भी जाग, जाग के सोया कर। ठीक है, सो वो जिहड़ी गल सी उन्होंने कहा तू तो 2 मीटर की मनी है, मैं 7-7 मीटर दियां 2 बनी है, पर मैं इस नूं ककार नहीं कह सकता, ककार केस हैगे है, बन्नांगा और दूजियां नूं भी कहांगा जरूर बनो, पर ककार जिहड़े ओह केस है वह गुरु ने जिहड़े दित्ते नियम मैं बदली नहीं कर सकता। सो मेरे ख्याल आई थिंक दैट पॉइंट इज आल्सो द साइज ऑफ द जॉब विल बी वेरी मैटर। हां जी, एक क्वेश्चन करना है जी, ਆਪਣੇ ਬਹੁਤੇ ਸਿੰਘ ਕਹਿੰਦੇ ਜੀ ਜੁੜਮਾ ਗੁਰੂ ਗ੍ਰੰਥ ਸਾਹਿਬ ਆ, ਹਾਂਜੀ ਉਹ ਅਸੀਂ ਉਹਦੇ ਕੋਲ ਮੱਥਾ ਟੇਕਣਾ ਦੂਸਰੇ ਨੂੰ ਨਹੀਂ ਟੇਕਣਾ, ਉਹਦੇ ਬਾਰੇ ਠੀਕ ਹੈ ਜੀ, ਉਹ ਵੀ ਆ ਜਾਏਗਾ, ਆਪਾਂ ਵੀ ਕਰਾਂਗੇ। ਠੀਕ ਹੈ ਜੀ, ਓਕੇ, ਚਲੋ ਆਪਾਂ ਇੱਕ ਇੱਕ ਪਾਸੇ ਤੋਂ ਜਿਹੜੇ ਕਰੀ ਜਾ ਰਹੇ ਸੀ ਜਿੰਨੇ ਇੱਕ ਸਵਾਲ ਸੀਗੇ, ਤੀਜਾ ਹੈਗਾ ਸੀਗਾ ਜਿਹੜੀ ਗੋਤ ਦੀ ਗੱਲ ਹੈਗੀ ਹੈ। ਸਵਾਲ ਹੈਗਾ ਕਿ ਗੁਰਮਤ ਨੇ ਗੁਰਮਤ ਦੇ ਸਿਧਾਂਤ ਦੇ ਮੁਤਾਬਕ ਆਪਾਂ ਜੇ ਉਸ ਚੀਜ਼ ਨੂੰ ਜਦੋਂ ਸਮਝਣ ਦੀ ਕੋਸ਼ਿਸ਼ ਕਰੀਏ, ਗੁਰੂ ਸਾਹਿਬ ਨੇ ਕਿਹਾ ਕਿ ਜਾਤ ਕਾ ਗਰਭ ਨਾ ਕਰ ਮੂਰਖ ਕਾ ਵਾਰਾ। ਗੁਰ ਅਮਰਦਾਸ ਜੀ ਨੂੰ ਕੁਛ ਸਿੱਖ ਆਏ ਸੀ, ਕਹਿਣ ਲੱਗੇ ਸੱਚੇ ਪਾਤਸ਼ਾਹ ਅਸੀਂ ਵੀ ਭੱਲੇ ਹੁੰਦੇ ਹਾਂ। ਉਹਨਾਂ ਨੇ ਕਿਹਾ ਸੀ ਗੁਰੂ ਦੀ ਜਾਤ ਨਹੀਂ, ਗੁਰੂ ਦੀ ਜਾਤ ਨਹੀਂ ਹੁੰਦੀ, ਗੁਰੂ ਦੀ ਜੋਤ ਹੁੰਦੀ। ਸੋ ਜਿੱਥੇ ਤੱਕ ਤੇ ਉਹ ਹੈ ਉਹਦੇ ਚ ਕੋਈ ਦੁਬਧਾ ਨਹੀਂ ਹੈ। ਠੀਕ ਹੈ, ਪਰ ਦੂਜੇ ਪਾਸੇ ਭਾਈ ਗੁਰਦਾਸ ਜੀ ਨੇ ਸਾਰੇ ਸਿੱਖਾਂ ਦਾ ਜਿਹਨਾਂ ਦਾ 11ਵੀਂ ਅਤੇ 13ਵੀਂ ਵਾਰ ਜਿਹੜਾ ਜ਼ਿਕਰ ਕੀਤਾ ਹੈ, 100 ਦੇ ਕਰੀਬ ਸਿੱਖਾਂ ਸਾਰਿਆਂ ਦੀਆਂ ਜਾਤਾਂ ਦਾ ਜ਼ਿਕਰ ਕੀਤਾ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਦੋਂ ਭੱਟਾਂ ਦੇ ਸਵਈਏ ਜ਼ਿਕਰ ਕੀਤੇ ਹੈ, ਗੁਰੂ ਅਰਜਨ ਦੇਵ ਜੀ ਨੇ ਅੰਕਿਤ ਕੀਤੇ ਸਾਰਿਆਂ ਦੇ ਜਾਤਾਂ ਦੇ ਜ਼ਿਕਰ ਕੀਤੇ,
ਭਗਤਾਂ ਨੇ ਵੀ ਜ਼ਿਕਰ ਕੀਤਾ ਸੈਣ ਨਾਈ ਬੁਧਕਾਰੀਆ ਉਹ ਕਰ ਕਰ ਸੁਣਿਆ ਰਵਦਾਸ ਧਵੰਤਾ ਨੀਰ ਢੋਲ ਤੇ ਤਿਆਗੀ ਮਾਇਆ ਸਾਰਿਆਂ ਦਾ ਜ਼ਿਕਰ ਕੀਤਾ ਪਰ ਜਿਹੜਾ ਨਿਯਮ ਦਿੱਤਾ ਉਹ ਇਹ ਹੈ ਕਿ ਜਾਤ ਦਾ ਗਰਵ ਨਹੀਂ ਕਰਨਾ ਨੰਬਰ ਇੱਕ ਨੰਬਰ ਦੋ ਹੁਣ ਦੋ ਦੋ ਇਸ ਵੇਲੇ ਹੋ ਰਹੀ ਹੈ ਇੱਕ ਨੇ ਅੱਗੋਂ ਨਾਂ ਹਟਾ ਕੇ ਖਾਲਸਾ ਲਿਖ ਲਿਆ ਪਰ ਉਹ ਬਿਲਕੁਲ ਉਸਦੇ ਪੈਰਾਮੀਟਰ ਦੇ ਅੰਦਰ ਚੱਲ ਰਿਹਾ ਹੈ ਜਾਤ ਪਾਤ ਦੇ ਅੰਦਰ ਚੱਲ ਰਿਹਾ ਉਹ ਰਿਸ਼ਤੇ ਨਹੀਂ ਕਰ ਰਿਹਾ ਹੋਰ ਚੀਜ਼ਾਂ ਨਹੀਂ ਕਰ ਰਿਹਾ ਇਹ ਜਿਹੜਾ ਹੈ ਬਹੁਤ ਵੱਡਾ ਗੁਨਾਹ ਹੈ ਜਿਹੜਾ ਕਿ ਜਾਤ ਲਿਖ ਕੇ ਅਗਰ ਉਸਦੇ ਪਰਮ ਨੂੰ ਤੋੜ ਰਹੇ ਠੀਕ ਹੈ ਮੈਂ ਨਹੀਂ ਕਹਿੰਦਾ ਲਿਖਣੀ ਚਾਹੀਦੀ ਹੈ ਅੱਗੋਂ ਜਿਹੜੀ ਜਨਰੇਸ਼ਨ ਹੈ ਪਰ ਜਿਹੜੀ ਤੁਸੀਂ ਕਹਿੰਦੇ ਸੀ ਪੁਰਾਣੇ ਸਿੰਘ ਨਹੀਂ ਸੀ ਲਿਖਦੇ ਉਹ ਪਛਾਣ ਲਈ ਸੀ ਜਿਵੇਂ ਜੱਸਾ ਸਿੰਘ ਰਾਮਗੜੀਆ ਤੇ ਜੱਸਾ ਸਿੰਘ ਆਲੂਵਾਲ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਠੀਕ ਹੈ ਨਾ ਜੀ ਹੁਣ ਜੇ ਅਗਰ ਉਹ ਨਹੀਂ ਲਿਖਿਆ ਹੋਏਗਾ ਫਿਰ ਭੁਲੇਖਾ ਪਏਗਾ ਹੁਣ ਜੱਸਾ ਸਿੰਘ 1 ਜੱਸਾ ਸਿੰਘ 2 ਲਿਖਣਾ ਪਏਗਾ ਪਰ ਮੇਨ ਮੁੱਦਾ ਇਹ ਹੈਗਾ ਕਿ ਅਸੀਂ ਉਸ ਬੰਦਿਸ਼ ਨੂੰ ਤੋੜਨਾ ਗੁਰੂ ਗ੍ਰੰਥ ਸਾਹਿਬ ਨੇ ਉਸ ਨੂੰ ਜਿਹੜਾ ਅੰਕਿਤ ਕੀਤਾ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਉਹਨਾਂ ਦੇ ਜ਼ਿਕਰ ਆਏ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਕੀਤਾ ਭੱਟਾ ਨੇ ਵੀ ਕੀਤਾ ਸਾਰੀ ਜਗ੍ਹਾ ਪਰ ਇਸ ਤੋਂ ਜ਼ਿਆਦਾ ਖਤਰਨਾਕ ਗੱਲ ਜਿਹੜੀ ਅੱਗੇ ਤੁਸੀਂ ਕਰ ਦਿੱਤੀ ਹੈ ਜਿਹੜੀ ਹੋਰ ਇੱਕ ਜ਼ਿਕਰ ਕੀਤਾ ਕਿ ਇਸ ਚੀਜ਼ ਨੂੰ ਪਰਪੈਚੁਏਟ ਕਰਨ ਲਈ ਹੁਣ ਇਹ ਕਰਤਾ ਹੈ ਕਿ ਜ਼ਾਤਾਂ ਦੇ ਨਾਂ ਤੇ ਗੁਰਦੁਆਰੇ ਬਣ ਇਹ ਪੂਰੀ ਇਹ ਸਰਾਸਰ ਗੁਰੂ ਦੀ ਨਿੰਦਾ ਹੈ ਗੁਰੂ ਦੀ ਤੋਹੀਨ ਹੈ ਔਰ ਜਿਹੜੀ ਤੁਸੀਂ ਗੱਲ ਕਹੀ ਇਹਦੇ ਤੇ ਆਲਰੇਡੀ ਹੈਗਾ ਸੀ ਕਿ ਕਿਸੇ ਵੀ ਗੁਰਦੁਆਰੇ ਦਾ ਗੁਰੂ ਨਾਨਕ ਸਾਹਿਬ ਤੋਂ ਗੱਲ ਸ਼ੁਰੂ ਹੋ ਕੇ ਸਿੰਘ ਸਭਾ ਤੱਕ ਆਈ ਹੈ ਉਹਨਾਂ ਨੇ ਕਿਹਾ ਸੀ ਸਿੰਘ ਸਭਾ ਲਿਖੋ ਸਿੰਘ ਸਭਾ ਕਾਇਮ ਕਰੋ ਸਿੰਘ ਸਭਾਵਾਂ ਕਾਇਮ ਕਰੋ ਸੋ ਸਿੰਘ ਸਭਾ ਨਾਮ ਅਗਰ ਲਿਖੇ ਉਹਨਾਂ ਦੇ ਹੈਗੇ ਹੁਕਮਨਾਮੇ ਦੀ ਜਿਹੜੀ ਗੱਲ ਕਰ ਰਹੇ ਹੋ ਆਲਰੇਡੀ ਹੋਏ ਹੈ ਸੋ ਸਿੰਘ ਸਭਾ ਹੋਣੀ ਚਾਹੀਦੀ ਹੈ ਸਿੰਘ ਸਭਾਵਾਂ ਕਾਇਮ ਹੋਣੀਆਂ ਚਾਹੀਦੀਆਂ ਅਕਾਲ ਤਖ਼ਤ ਨੇ ਹੁਣ ਵੀ ਕਿਹਾ ਕਿ ਇਹ ਜ਼ਾਤਾਂ ਦੇ ਨਾਂ ਤੇ ਗੁਰਦੁਆਰੇ ਬੰਦ ਕਰੋ ਪਰ ਹੁਣ ਗੱਲ ਤੇ ਉਹਨਾਂ ਕੋਲ ਕੋਈ ਅਥਾਰਿਟੀ ਨਹੀਂ ਹੈ ਉਸ ਚੀਜ਼ ਨੂੰ ਲਾਗੂ ਕਰ ਸਕਣ ਕੋਈ ਪੁਲਿਸਿੰਗ ਪਾਵਰ ਨਹੀਂ ਹੈ ਸੋ ਇਹ ਵੀ ਜਿਹੜੀ ਪਰ ਇਸ ਚੀਜ਼ ਨੂੰ ਲੋੜ ਹੈ ਕਿ ਅਸੀਂ ਇੱਕ ਤੇ ਪ੍ਰੈਕਟੀਕਲੀ ਨੂੰ ਸ਼ੁਰੂ ਦੂਰ ਕਰੀਏ ਅਸੀਂ ਜ਼ਾਤ ਦੇ ਬੰਧਨ ਨੂੰ ਤੋੜ ਸਕੀਏ ਪਰ ਮੈਨੂੰ ਲੱਗ ਰਿਹਾ ਕਿ ਹੌਲੇ ਹੌਲੇ ਸਿਚੁਏਸ਼ਨ ਹੈ ਕਿ ਅਸੀਂ ਹੋਰ ਪੱਕਿਆ ਕਰ ਰਹੇ ਔਰ ਜਦੋਂ ਗੁਰਦੁਆਰੇ ਬਣਨਗੇ ਤੇ ਉਹਨੇ ਕਿਸੇ ਨਾ ਕਿਸੇ ਇਸ਼ੂ ਦੇ ਉੱਤੇ ਆ ਕੇ ਕਰਨਾ ਪਰ ਇਹ ਗਲਤ ਹੈ ਔਰ ਇਸ ਚੀਜ਼ ਦਾ ਚੌਥੀ ਚੀਜ਼ ਜਿਹੜੀ ਤੁਸੀਂ ਕਹੀ ਹੈ ਦਾੜੀ ਤੇ ਪਰਵੱਟੇ ਕਿਸਨੇ ਕਿਹਾ ਸੀਗਾ ਸਾਨੂੰ ਯਾਦ ਹੈ ਪਟਨਾ ਸਾਹਿਬ ਸਿੰਘ ਸਭਾ ਜੀ ਲਿਖਿਆ ਹੁੰਦਾ ਸੀ ਸਿੱਖ ਲਈ ਪਰਵੱਟੇ ਕੱਟਣੇ ਦਾੜੀ ਕੱਟਣ ਤੋਂ ਘੱਟ ਪਾਪ ਨਹੀਂ ਉਠਾ ਕਰਕੇ ਲਿਖਿਆ ਹੋਇਆ ਸੀਗਾ ਸੋ ਦੇਖੋ ਜੇ ਅਗਰ ਜਿਹੜੀ ਮਾਂ ਹੈ ਜਿਹੜੀ ਬੇਟੀ ਹੈ ਅਗਰ ਉਹ ਹੋ ਜਾਏਗੀ ਸਮਝ ਜਾਏਗੀ ਤਾਂ ਅੱਗੋਂ ਜਨਰੇਸ਼ਨ ਸਮਝ ਜਾਣੀ ਹੈ ਇਸ ਕਰਕੇ ਇਹਦੇ ਵਿੱਚ ਕੋਈ ਦੁਬਧਾ ਨਹੀਂ ਹੈ ਜੇ ਰੋਮਾਂ ਦੀ ਬੇਟੀ ਅਗਰ ਉੱਥੋਂ ਸ਼ੁਰੂ ਹੋਏਗੀ ਉਹ ਆਪਣੇ ਭਰਾ ਨੂੰ ਨਹੀਂ ਮਨਾ ਕਰ ਸਕਦੀ ਪਤੀ ਨੂੰ ਨਹੀਂ ਮਨਾ ਕਰ ਸਕਦੀ ਸੋ ਇਹ ਬਹੁਤ ਜ਼ਰੂਰੀ ਹੈਗਾ ਚੌਥਾ ਜਿਹੜਾ ਹੈਗਾ ਸੀ ਕਿ ਪੰਜਾਬੀ ਦਾ ਕੀ ਕਿਹਾ ਸੀ ਪੰਜਾਬੀ ਜਿਹੜੀ ਆ ਜ਼ਬਾਨ ਹਰ ਮਾਂ ਨੂੰ ਆਪਣੇ ਬੱਚੇ ਨੂੰ ਮਾਤ ਭਾਸ਼ਾ ਪੰਜਾਬੀ ਜਿਹੜੀ ਆ ਸਿਖਾਉਣੀ ਚਾਹੀਦੀ ਹੈ ਇਦਾਂ ਹੈਗਾ ਤੁਸੀਂ ਇਹਦੇ ਦੋ ਪੱਖੇ ਦੇ ਹੈਗੇ ਆ ਕਿ ਮੈਂ ਮੁਕਤਸਰ ਅਰਦਾਸ ਕਰਾਂ ਗੁਰੂ ਨਾਨਕ ਸਾਹਿਬ ਨੇ ਵੀ ਇਹ ਗੱਲ ਕਹੀ ਸੀ ਖੱਤਰੀਆਂ ਦਾ ਧਰਮ ਛੋੜਿਆ ਮਲੇਚ ਪਾਖਿਆ ਗਈ ਠੀਕ ਹੈ ਨਾ ਜੀ ਜੇ ਅਗਰ ਸਿੱਖ ਨੇ ਠੀਕ ਹੈ ਉਹਦਾ ਪੰਜਾਬੀ ਹੁੰਦਿਆਂ ਉਹਨੂੰ ਪੰਜਾਬੀ ਬੋਲੀ ਸਿੱਖਣੀ ਪਏਗੀ ਕਿਸੇ ਨੇ ਅਗਰ ਲਾਅ ਸਿੱਖਣਾ ਉਹਨੂੰ ਲੈਟਿਨ ਸਿੱਖਣੀ ਪਏਗੀ ਅਗਰ ਕਿਸੇ ਨੇ ਮੈਡੀਕਲ ਪੜ੍ਹਨਾ ਉਹਨੂੰ ਅੰਗਰੇਜ਼ੀ ਸਿੱਖਣੀ ਪਏਗੀ ਜੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਗੁਰੂ ਗ੍ਰੰਥ ਸਾਹਿਬ ਨੂੰ ਸਮਝਣਾ ਉਹਨੂੰ ਤਿੰਨ ਭਾਸ਼ਾਵਾਂ ਦਾ ਅਧਿਐਨ ਕਰਨਾ ਪਏਗਾ ਉਹਨੂੰ ਪੰਜਾਬੀ ਸੰਸਕ੍ਰਿਤ ਤੇ ਹਿੰਦੀ ਨੂੰ ਪੜ੍ਹਨੀ ਪਏਗੀ ਜਿਸ ਬੰਦੇ ਨੂੰ ਇਹ ਤਿੰਨ ਭਾਸ਼ਾਵਾਂ ਦਾ ਚੰਗਾ ਗਿਆਨ ਨਹੀਂ ਹੋਏਗਾ ਉਹ ਨਹੀਂ ਸਮਝ ਸਕਦਾ ਸੋ ਭਾਸ਼ਾ ਕੋਈ ਵੀ ਮਾੜੀ ਨਹੀਂ ਗੁਰੂ ਸਾਹਿਬ ਨੇ ਇੱਕ ਪਾਸੇ ਤੇ ਚੇਤਾਵਨੀ ਦਿੱਤੀ ਹੈ ਤੇ ਦੂਜੇ ਪਾਸੇ ਉਹਨਾਂ ਨੇ ਜਿਹੜਾ ਉਸ ਚੀਜ਼ ਨੂੰ ਖੁਦ ਬਾਣੀ ਰਚੀ ਹੈ ਉਸ ਪਰਸ਼ੀਅਨ ਦੇ ਵਿੱਚ ਰਚੀ ਹੈ ਅਰਬੀ ਚ ਰਚੀ ਹੈ ਬ੍ਰਾਜੀ ਚ ਰਚੀ ਹੈ ਸੰਸਕ੍ਰਿਤ ਸਲੋਕ ਸਹਿਸਕ੍ਰਿਤੀ ਵੀ ਲਿਖੇ ਹੈ ਸੋ ਤਿੰਨਾਂ ਭਾਸ਼ਾਵਾਂ ਦਾ ਗਿਆਨ ਜਿਹੜਾ ਇਹ ਚਾਹੀਦਾ ਤੇ ਜਿਹੜੀ ਮਾਤ ਬੋਲੀ ਹੈ ਸਾਨੂੰ ਜ਼ਰੂਰ ਉਸ ਚੀਜ਼ ਦੇ ਉੱਤੇ ਸਟ੍ਰੈਸ ਦੇਣਾ ਪਏਗਾ ਨੈਕਸਟ ਤੁਹਾਡਾ ਜਿਹੜਾ ਸੀਗਾ ਕਿ ਹੁਕਮਨਾਮਾ ਚੰਗਾ ਜਾਂ ਮਾੜਾ ਹੁਕਮਨਾਮਾ ਕੋਈ ਉਹਦਾ ਸਮੇਂ ਅਨੁਸਾਰ ਨਹੀਂ ਹੈਗਾ ਇਹ ਨਹੀਂ ਹੈਗਾ ਕਿ ਹੁਣ ਇਸ ਵੇਲੇ ਆ ਗਿਆ ਤੇ ਉਹਨੂੰ ਅਸੀਂ ਬਦਲ ਦੇਈਏ ਉਹ ਸਾਨੂੰ ਕੋਈ ਹੱਕ ਨਹੀਂ ਹੈ ਪਲੱਸ ਦੂਜੇ ਜਿਹੜਾ ਲੈਵਲ ਹੈਗਾ ਉਹ ਇੱਕ ਕਿਸਮ ਦਾ ਭਾਵੇਂ ਅਸੀਂ ਲਾਵਾਂ ਦਾ ਪਾਠ ਲੈ ਲਈਏ ਜਾਂ ਅਸੀਂ ਪੜ੍ਹ ਲਈਏ ਸਭਨਾ ਸਹੁਰੇ ਵੰਜਣਾ ਸਭ ਕਲਾਵਣ ਹਾ
ਇਹਨੂੰ ਤੁਸੀਂ ਦੇਖੋ ਇੱਕ ਪਾਸੇ ਤੇ ਵਿਆਹ ਦਾ ਵੀ ਹੈ ਤੇ ਇੱਕ ਪਾਸੇ ਮੌਤ ਦਾ ਵੀ ਪੈਗਾਮ ਦੇ ਰਿਹਾ ਕਿ ਸਾਡਾ ਉਸ ਅਕਾਲ ਪੁਰਖ ਨਾਲ ਮੁਲਾਕਾਤ ਹੈ। ਤੋ ਜਦੋਂ ਅਸੀਂ ਸਿੱਖ ਰੋਜ਼ ਅਰਦਾਸ ਕਰਦਾ ਹੈ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇ ਦਿਓ ਸਜਣ ਅਸੀਸੜੀਆਂ ਜੀ ਹੋਵੇ ਸਾਹਿਬ ਸਿਓ ਮੇਲ। ਸੋ ਬਾਣੀ ਜਿਹੜੀ ਹੈ ਪਰ ਸਮੇਂ ਅਨੁਸਾਰ ਜਿਹੜੀ ਅਗਰ ਖੁਦ ਬਾਣੀ ਪੜ੍ਹਨੀ ਹੈ ਉਹ ਸਾਡਾ ਇੱਕ ਮਿੱਤਰ ਦੱਸ ਰਿਹਾ ਸੀ ਹਰਿਮੰਦਰ ਸਾਹਿਬ ਦੀ ਪਰਿਕਰਮਾ 'ਚ ਬਹਿ ਕੇ ਕਹਿੰਦਾ ਇੱਕ ਸਵੇਰੇ ਸਵੇਰੇ ਮੈਂ ਗਿਆ ਤੇ 11 ਵਜੇ ਆਇਆ ਚੌਕੜੀ ਮਾਰ ਕੇ ਬੈਠ ਗਿਆ ਤੇ ਸੋਦਰ ਦਾ ਪਾਠ ਕਰਨ ਲੱਗ ਪਿਆ। ਕਹਿੰਦਾ ਮੈਂ ਵੀ ਬਹਿ ਗਿਆ ਜਦੋਂ ਪਾਠ ਕਰ ਚੁੱਕਾ ਮੈਂ ਉਹ ਕਿਹਾ ਮੈਂ ਭਾਈ ਸਾਹਿਬ ਇਹ ਤੁਸੀਂ ਕੀ ਕਰ ਰਹੇ ਹੋ? ਕਹਿੰਦਾ ਮੈਂ ਬਾਣੀ ਕੱਟ ਕਰ ਰਿਹਾ ਸੀਗਾ। ਕਹਿੰਦਾ ਤੂੰ ਪਰਿਕਰਮਾ 'ਚ ਬਹਿ ਕੇ ਕੱਟ ਕਰਨੀ? ਹੁਣ ਜਿਹੜਾ ਸਮੇਂ ਅਨੁਸਾਰ ਹੈ ਹੁਣ ਜੇ ਦਿਹਾੜੀ 12 ਵਜੇ ਪੜ੍ਹੀ ਜਾਏ ਅੰਮ੍ਰਿਤ ਵੇਲਾ ਸੱਚ ਨਾ ਹੋ ਉਹਨੂੰ ਆਪ ਹੀ ਥੋੜਾ ਚਿਰ ਜੀ ਕਰੇਗਾ ਪੱਪੂ ਰਾਤੀ ਕਰਦਾ ਜਿਸ ਤਰ੍ਹਾਂ ਕੁਰਾਨ ਮਜੀਦ ਹੈ ਕੁਰਾਨ ਦੇ ਵਿੱਚ ਕੁਛ ਨੁਕਤੇ ਹੈ ਕੁਛ ਐਸੇ ਨਿਸ਼ਾਨ ਹੈ ਜਿਹੜੇ ਕਿ ਉਸ ਰੂਪ ਵਿੱਚ ਅਜੇ ਕਾਇਮ ਹੈ ਜਿਹੜੇ ਉਹਦੇ ਚ ਓਰਿਜਿਨਲ ਸੀਗੇ। ਵਿਦਵਾਨਾਂ ਨੂੰ ਨਹੀਂ ਸਮਝ ਆਈ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਉਹਦੀ ਇੰਟਰਪ੍ਰੀਟੇਸ਼ਨ ਦੀ ਉਹਨਾਂ ਨੂੰ ਨਹੀਂ ਪਤਾ ਲੱਗਾ ਪਰ ਕਿਸੇ ਨੇ ਉਹਨੂੰ ਹਟਾਇਆ ਨਹੀਂ। ਹੁਣ ਜਿਹੜੇ ਅੱਖਰ ਜਿਹੜੇ ਹੁਕਮਨਾਮੇ ਜਿਹੜਾ ਸਰੂਪ ਗੁਰੂ ਸਾਹਿਬ ਨੇ ਲਿਖਿਆ ਜਦੋਂ ਅਸੀਂ ਉਹਦੇ ਦਰਸ਼ਨ ਕਰਾਂਗੇ ਸਾਨੂੰ ਪੁਰਾਤਨਤਾ ਵੱਲ ਲੈ ਜਾਏਗਾ। ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਹੋਏ ਅਜੇ ਤੱਕ ਵੀ ਜਿਹੜੇ ਤਖ਼ਤ ਸਾਹਿਬਾਨ ਹਨ ਜਾਂ ਹਰਿਮੰਦਰ ਸਾਹਿਬ ਦੇ ਵਿੱਚ ਹੈ ਸਾਰੀ ਜਗ੍ਹਾ ਉਹ ਜੁੜਵੇਂ ਅੱਖਰਾਂ ਵਾਲੀ ਬੀੜ ਜਿਹੜੀ ਹੈ ਜਿਹੜਾ ਬੀੜੀ ਹੋਈ ਸੀਗੀ ਸੋ ਉਹਦਾ ਪ੍ਰਕਾਸ਼ ਹੈ ਪੁਰਾਤਨ ਸਾਰੀਆਂ ਲਿਖਤਾਂ। ਪਰ ਅਸੀਂ ਹਰ ਚੀਜ਼ ਜਦੋਂ ਆਸਾਨ ਕਰੀ ਜਾਵਾਂਗੇ ਸੋ ਉਹਦੀ ਕੋਈ ਲਿਮਿਟ ਨਹੀਂ ਹੈ। ਕੱਲ੍ਹ ਨੂੰ ਅਸੀਂ ਹੋਰ ਆਸਾਨ ਕਰਕੇ ਫਿਰ ਅਸੀਂ ਹੋਰ ਵੀ ਆਸਾਨ ਕਰ ਲਾਂਗੇ ਸੋ ਦੇਰ ਇਜ਼ ਨੋ ਲਿਮਿਟ। ਪਰ ਜਦੋਂ ਕੌਮੀ ਤੌਰ ਦੇ ਉੱਤੇ ਜਦੋਂ ਗਰੀਬੀ ਛਾਂਦੀ ਹੈ ਫਿਰ ਉਹ ਸਾਰੇ ਹੀ ਮਤਲਬ ਕਹਿੰਦਾ ਦੀਵਾਰ ਕਿਆ ਕਰੀ ਮੇਰੇ ਕੱਚੇ ਮਕਾਨ ਕੀ ਲੋਗੋ ਨੇ ਮੇਰੇ ਸਹਿਨ ਸੇ ਰਸਤੇ ਬਣਾ ਲਈਏ। ਹੁਣ ਉਹ ਸਾਰਾ ਕੁਛ ਹੀ ਹਮਲਾ ਹੋਏਗਾ ਹਰ ਪਾਸਿਓਂ ਹੋਏਗਾ ਇੱਕ ਪਾਸਿਓਂ ਨਹੀਂ ਹੋਏਗਾ। ਸੋ ਇਹ ਰੁਝਾਨ ਗਲਤ ਹੈ ਪਰ ਇਹ ਜਿਹੜੀ ਸਾਡੀ ਕੌਮੀ ਕਮਜ਼ੋਰੀ ਹੈ ਜਿਹੜੀ ਉਸਦਾ ਦਿੱਤਾ ਗਿਆ ਤੁਸੀਂ ਅਗਰ ਪਾਠ ਕਰਨਾ ਤੇ ਪਦ ਛੇਦ ਲੈ ਕੇ ਸੈਂਚੀਆਂ ਚੋਂ ਕਰ ਸਕਦਾ ਗੁਟਕੇ ਲੈ ਸਕਦਾ 5 ਗ੍ਰੰਥੀ ਬਣਾ ਸਕਦਾ 10 ਗ੍ਰੰਥੀ ਬਣਾ ਸਕਦਾ ਪਰ ਇਹ ਜਿਹੜਾ ਤਰੀਕਾ ਪਰ ਉਹਦੇ ਲਈ ਤੁਹਾਨੂੰ ਕੁਛ ਹੋਰ ਕਰਨਾ ਚਾਹੀਦਾ ਬਜਾਏ ਤੁਸੀਂ ਉਸ ਨੂੰ ਕ੍ਰਿਟੀਸਾਈਜ਼ ਕਰੋ ਤੁਸੀਂ 5 ਗ੍ਰੰਥੀ 10 ਗ੍ਰੰਥੀ ਦੇ ਜੁੜਵੇਂ ਅੱਖਰਾਂ ਵਾਲੀ ਲਿਆ ਕੇ ਉਹ ਲੋਕਾਂ ਨੂੰ ਅਭਿਆਸ ਕਰਾਓ। ਤੁਸੀਂ ਪਾਠੀ ਸਿੰਘ ਹੈ ਉਹਨਾਂ ਨੂੰ ਕਹੋ ਜੀ ਇਹ ਤੁਸੀਂ ਜੁੜਵੇਂ ਅੱਖਰਾਂ ਦਾ ਪਾਠ ਸਿੱਖ ਲਓ ਅਸੀਂ ਤੁਹਾਨੂੰ 1000 ਰੁਪਇਆ ਇਨਾਮ ਦੇਵਾਂਗੇ। ਤੁਸੀਂ ਪੋਜ਼ਿਟਿਵ ਵੇ ਦੇ ਵਿੱਚ ਤੁਸੀਂ ਕਰਕੇ ਕਰੋ ਫਿਰ ਕਿਸੇ ਜਗ੍ਹਾ ਦੇ ਉੱਤੇ। ਪਰ ਐਸਾ ਨਾ ਹੋਏ ਇੱਕ ਜਗ੍ਹਾ ਕੋ ਦੱਸ ਰਹੇ ਸੀ ਕਹਿੰਦੇ ਅਸੀਂ ਪਦ ਜਿਹੜੀ ਜੁੜਵੇਂ ਅੱਖਰਾਂ ਵਾਲੀ ਬੀੜ ਦਾ ਪ੍ਰਕਾਸ਼ ਕਰ ਲਿਆ ਅਖੰਡ ਪਾਠ ਸਾਹਿਬ ਰੱਖ ਲਿਆ ਕਹਿੰਦੇ ਸ਼ਾਮ ਨੂੰ ਜਦੋਂ ਆਏ ਤੇ ਉਹ ਦੇਖਿਆ ਬੀੜ ਬਦਲੀ ਹੋਈ ਨਹੀਂ ਸੀ ਪਿੱਛੋਂ ਪਾਠੀਆਂ ਨੇ ਬਦਲੀ ਕਰ ਚੱਲੀ। ਹਰ ਚੰਗੀ ਚੀਜ਼ ਮੁਸ਼ਕਲ ਦੇਖੋ ਗੱਲ ਸੁਣੋ ਜੇ ਲੋੜ ਹੋਏਗੀ ਜਿਹਨੂੰ ਲੋੜ ਹੋਏਗੀ ਉਹਨੇ ਲੱਭ ਲੈਣੀ ਹੈ ਜਿਸ ਦੇ ਜਿਹੜੀ ਚੀਜ਼ ਦੀ ਜਿਹਦੀ ਇੱਛਾ ਹੋਏਗੀ ਉਹ ਲੱਭ ਲਏਗਾ ਜਿਹਨੇ ਨਹੀਂ ਹੈ। ਬਾਕੀ ਜੇ ਇਹ ਕਹੋ ਕਿ ਮੱਥਾ ਨਹੀਂ ਟੇਕਣਾ ਇਹ ਬੇਗੁਰਮਤੀ ਹੋਏਗੀ ਇਹ ਬੇਗੁਰਮਤੀ ਹੋਏਗੀ। ਸੋ ਇਹ ਵੀ ਗਲਤ ਗੱਲ ਹੈਗੀ ਤੁਹਾਡੇ ਅਖੂੜ ਸਾਹਿਬ ਨੇ ਉਰਦੂ ਚ ਰੱਖੀ ਹੈ ਸਿੱਖ ਰਹਿਤ ਮਰਿਆਦਾ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਹੈ 1925 ਵਿੱਚ ਰੋ ਰੀਤ ਕਮੇਟੀ ਬਣਾਈ ਗਈ ਸੀ 1925 ਵਿੱਚ ਬਣਾ ਕੇ ਉਹਨਾਂ ਨੇ ਉਹਦਾ ਖਰੜਾ ਤਿਆਰ ਕੀਤਾ ਉਹ ਖਰੜਾ ਸਾਰੇ ਸੰਸਾਰ ਨੂੰ ਭੇਜਿਆ ਸਾਰੀ ਦੁਨੀਆ 'ਚ ਗਿਆ ਉਹ ਅਮੈਰੀਕਾ ਵੀ ਕੈਨੇਡਾ ਵੀ ਮਲਾਇਆ ਵੀ ਪਾਕਿਸਤਾਨ ਵੀ ਸਾਰੇ ਮੁਲਕਾਂ 'ਚੋਂ ਉਹਦੇ 'ਤੇ ਕਾਫੀ ਇਕੱਤਰਤਾਵਾਂ ਹੋਈਆਂ ਔਰ ਉਹ ਜਿਹੜੀ ਕਮੇਟੀ ਸੀ ਉਸ ਕਮੇਟੀ ਦੇ ਵਿੱਚ ਜਿੰਨੇ ਕੌਮ ਦੇ ਸਤਿਕਾਰਯੋਗ ਹਸਤੀਆਂ ਸੀ ਕੋਈ ਐਸਾ ਵਿਅਕਤੀ ਮੈਨੂੰ ਨਹੀਂ ਨਜ਼ਰ ਆਉਂਦਾ ਉਸ ਵੇਲੇ ਦੀ ਹੂ ਲਿਸਟ ਦੇ ਵਿੱਚ ਜਿਹੜਾ ਉਹਦੇ ਵਿੱਚ ਸ਼ਾਮਲ ਨਾ ਹੋਏ। ਭਾਈ ਸਾਹਿਬ ਭਾਈ ਰਣਜੀਤ ਸਿੰਘ ਸਨ ਮਾਸਟਰ ਥਾਰਾ ਸਿੰਘ ਸਨ ਬਾਬਾ ਹਰਕ੍ਰਿਸ਼ਨ ਸਿੰਘ ਸਨ ਪ੍ਰਿੰਸੀਪਲ ਤੇਜਾ ਸਿੰਘ ਸਨ ਪ੍ਰੋਫੈਸਰ ਜੋਤ ਸਿੰਘ ਹੋਣਗੇ। ਸੋ ਉਹ ਜਿਹੜੀ ਲਿਸਟ ਸੀਗੀ ਉਹ ਇੰਨੀ ਸ਼ਾਨਦਾਰ ਲਿਸਟ ਹੈ ਨਾ ਤਾਂ ਉੱਦਾਂ ਦਾ ਮਾਹੌਲ ਮਿਲ ਸਕਦਾ ਨਾ ਉੱਦਾਂ ਕਿਸੇ ਨੇ ਇਜਾਜ਼ਤ ਦੇਣੀ ਹੈ ਨਾ ਉੱਦਾਂ ਬੰਦੇ ਇਕੱਠੇ ਕਰਨ ਦੇਣੇ ਪਰ ਉਹ ਜਿਹੜੀ ਇਤਨੀ ਸ਼ਾਨਦਾਰ ਜਿਹੜੀ ਬਣੀ ਇਤਨੀ ਮਿਹਨਤ ਕਰਕੇ ਬਣਾਈ
फिर उन्होंने आपे नहीं कर दी, चार बंदे बैठे थे, उन्होंने अनाउंस करता जी हो गया जी, ला रौला पा दिता। वह 1925 सारी जगह भेजी, वापस आई, फिर भेजी, फिर आई, कई मीटिंगा हुई। 1936 आके उन्होंने पहली जी पास की। 1936 तो बाद फिर उन्होंने दोबारा करके 1945 एज ए वकील मैं कह सकता कि जो कोई कानून पास हो रहा होंगे मीटिंग होंगे उस वेले हर किसी को हक है वो बारे जो मर्जी बोले, पर जो होने बाद पास होने के बाद वो जेडे विरोधी है जेडे हक सारे उत्ते लागू हो जाता है। हूँ ये कहना कि वह उन्होंने या अकालिया का या फलाणिया का यह गलत होएगा, वो पंथ की मर्यादा है, अकालिया की नहीं है, श्रोमणी कमेटी की नहीं है। श्रोमणी कमेटी सिर्फ उसकी प्रिंटर एंड पब्लिशर है, प्रकाशक है, श्रोमणी कमेटी का उसका कोई वास्ता नहीं, और रॉ रीड कमेटी से। तीसरी गल रह गई, मर्यादा जरूरी है, मर्यादा की लोड़ है। मर्यादा लफज जिहड़ा है मरिया लफज तो बने, संस्कृत की धात है मरिया। मरिया का मतलब होंगे नदी के दो किनारे, जो पानी किनारिया के अंदर तुरद तो वह मर्यादा च है, वह नदी है, वह फायदेमंद है, पर जे वह नदी के किनारे चो बाहर चला जाएगा फिर वह हड़ है, फ्लड है, तबाही है। सो सिख की जीवित जाच भी मर्यादा चाहिए है, पर मर्यादा तो मर्यादा पुरशोत्तम राम भी है, सानू मर्यादा सिख रहत मर्यादा चाहिए है। गुरु अर्जन देव जी ने कहा, ना मर्याद आया जग भीतर ऊट सिदासी नांगा। सो जे मर्यादा जिंदगी नहीं होएगी, सो साढ़े लिए मर्यादा है, साढ़े लिए पैरामीटर है। जे तब्दीली करनी है असी साडा हक है, साड़ी समझ की सब तो पहला तो समझ की कोशिश करिए, तो उन्होंने असं कर सकते, पर यह सानू हक नहीं कि असी उन्हों क्रिटिसाइज करिए ते असी अपनी मर्यादा जिहड़ी है कोई बनाई जाइए या असी उन्हों होर वायलेट करिए। राइट, मेरा ये व्याख्या भी की गई है। आम तौर पर कानून व्याख्या नहीं करता हूं, कानून कभी इंटरप्रिटेशन नहीं करता, कानून सिर्फ लिख दिता। जिम्मे इंडियन कॉन्स्टिट्यूशन क्लीयर लिखा है कि हर बंदे धर्म की आजादी है, पर आर्टिकल 25 दे जिहदी व्याख्या भी की गई है वह व्याख्या की गई है कि जिहड़ा आर्टिकल 25 दे विच ये लिखा है कि कृपान धारण करता है सिख जदों वह अपने धर्म की पालना कर रहा है। सो एक किसमी व्याख्या उहदे विच व्याख्या लिखी है कुठे का अर्थ जिहड़ा है इस्लामी तरीके नाल ज़बह कीते मांस नूं कहिंदे। यह नहीं कहा कि तुसीं खाओ, किसी को कोई नहीं कह सकता, पर यह लिखे है कि जो चार बजर कुरैतां दे विच पहला जिहड़ा केसां दी बेनती करन वाला, दूसरा जिहड़ा हैगा वह तमाकू वरतन वाला, तीसरा परतनगामी होना, चौथा कुठा मास जिहड़ा इस्लामी तरीके नाल ज़बह कीते मास नूं खाणा, यह विवरण। सो यह मेरा ख्याल है उहदे कोई यह नहीं हैगा कि उहदे की करना है ते की नहीं करना। देखो गल सुनो, निर्णय की फिर गल इदा ना कि जे मसले ते खड़े करने आसान है, हुण जिहड़ा है नहीं मसला मेरे हिसाब नाल मसला जबरदस्ती खड़ी जाओ फिर वही गल आप फिर उस मैं तुम ए बारे दस दिया चार सब्जेक्ट दे हैगे आ, एक गुरु ग्रंथ साहिब स्टडीज दे हेड है, एक बुद्धिस्ट स्टडीज दे है, एक इस्लामिक स्टडीज दे है, एक होर सब्जेक्ट दे हैगे, चार सब्जेक्ट दे होगे, इन्ना विद्वान है। झगड़ा शुरू करना आप कर लें, झगड़ा नहीं करना तो दस दौ, कस दे दिता तुम कहना नहीं नहीं गुरु ग्रंथ साहिब जी लिखे कि तेरे मास खा सकता। सो पन्नू कहते गल यह है कि मैं बड़ी कोशिश की, कई बार पढ़िया मैं लग पे कि सिख गुरु ग्रंथ साहिब सिख आलू खा सकता कि नहीं खा सकता, मैं बड़ी लभ्या
ਮੈਨਿਊ ਕਾਰਡ ਥੋੜੀ ਕੋਈ ਨਹੀਂ ਕਰਨੀ ਸ਼ਾਕਾਹਾਰੀ ਗੁਰਸਿੱਖ ਗੁਰਸਿੱਖ ਸ਼ਾਕਾਹਾਰੀ ਜਵਾਬ ਜਿਹੜਾ ਸੀ ਨਾ ਉਹਨੇ ਆਪਣੇ ਢੰਗ ਨਾਲ ਪੰਨੂ ਨੇ ਕਲੀਅਰ ਕਰਤਾ ਕਿ ਤੁਹਾਨੂੰ ਮੈਨਿਊ ਕਾਰਡ ਥੋੜੀ ਮੈਂ ਬੜਾ ਲੱਭਿਆ ਕਿ ਆਲੂ ਖਾ ਸਕਦਾ ਕਿ ਨਹੀਂ ਮੈਨੂੰ ਨਹੀਂ ਲੱਭਿਆ ਜੇ ਲੱਭਿਆ ਤਾਂ ਮੈਂ ਦੱਸ ਦੇਈ ਕਹਿੰਦਾ ਗੁਰੂ ਸਾਹਿਬ ਦੇ ਵੇਲੇ ਤੋਂ ਜਿਹੜਾ ਦੋ ਚੀਜ਼ਾਂ ਸੀ ਦਸਤਾਰ ਸੀ ਟੋਪੀ ਸੀ ਟੋਪੀ ਜਿਹੜਾ ਗੁਲਾਮੀ ਦਾ ਚਿੰਨ੍ਹ ਸੀ ਗੁਲਾਮਾਂ ਨੂੰ ਟੋਪੀਆਂ ਪਾ ਦਿੱਤੀਆਂ ਜਾਂਦੀਆਂ ਸੀ ਕਿਸੇ ਗੁਲਾਮ ਨੂੰ ਟੋਪੀ ਪਾ ਦਿੱਤੀ ਜਾਂਦੀ ਸੀ ਹਜ਼ਰਤ ਮੁਹੰਮਦ ਸਾਹਿਬ ਜਦੋਂ ਨਵੀਂ ਦਸਤਾਰ ਖਰੀਦਦੇ ਸੀ ਤੇ ਉਹ ਸਪੈਸ਼ਲ ਦੁਆ ਕਰਦੇ ਸੀ ਇਹ ਦਸਤਾਰ ਜਿਹੜੀ ਹੈ ਦੁਲਬੰਦ ਨੂੰ ਕਹਿੰਦੇ ਸੀ ਦੁਲਬੰਦ ਤੋਂ ਟਰਬੈਂਟੇ ਬਣਿਆ ਟਰਬੈਂਟੇ ਟੂ ਟਰਬਨ ਬਣਿਆ ਇਹ ਜਿਹੜਾ ਸਾਰਾ ਤਬਦੀਲ ਹੋਇਆ ਜਦੋਂ ਅਲਬਰੂਨੀ ਹਿੰਦੁਸਤਾਨ ਚ ਆਇਆ ਉਸ ਅਲਬਰੂਨੀ ਕਹਿੰਦਾ ਮੈਂ ਇੱਕ ਅਜੀਬ ਗੱਲ ਦੇਖੀ ਹਿੰਦੁਸਤਾਨੀਆਂ ਨੇ ਪਗੜੀ ਜਿਹੜੀ ਹੈ ਲਾਹ ਕੇ ਸਿਰ ਤੋਂ ਤੇ ਧੋਤੀ ਬਣਾ ਕੇ ਕਬਰ ਦੇ ਦੁਆਲੇ ਪਾ ਲਈ ਕਹਿੰਦਾ ਬੜੇ ਅਜੀਬ ਹੋ ਗਏ ਸਿਰ ਤੋਂ ਲਾਹ ਕੇ ਕਮਰ ਤੇ ਲਪੇਟ ਲਈ ਕਹਿੰਦਾ ਧੋਤੀ ਦੇਖੀ ਉਹਨੇ ਬਾਈ ਉਹਨੂੰ ਬੜੀ ਹੈਰਾਨੀ ਲੱਗੀ ਉਹਦੇ ਲਫ਼ਜ਼ ਲਿਖਿਆ ਕਹਿੰਦਾ ਹਿੰਦੁਸਤਾਨ ਕੇ ਲੋਕ ਕਮਰ ਪਰ ਪਗੜੀ ਬੰਨਤੇ ਹੈ ਉਹ ਮੈਨੂੰ ਸਮਝ ਆ ਗਈ ਮੈਂ ਕਿਹਾ ਕਮਰ ਪਰ ਪਗੜੀ ਬੰਨਤੇ ਹੈ ਕੀ ਲਿਖਦਾ ਪਿਆ ਉਹ ਬਾਅਦ ਪਤਾ ਲੱਗਾ ਕਮਰ ਪਰ ਪਗੜੀ ਬੰਨਤੇ ਹੈ ਕਹਿੰਦਾ ਪਗੜੀ ਲਾਹ ਕੇ ਇੱਧਰ ਲਪੇਟ ਲੈਂਦੇ ਕਹਿੰਦਾ ਸੋ ਗੁਰੂ ਨਾਨਕ ਸਾਹਿਬ ਨੂੰ ਵੀ ਕਿਹਾ ਸੀ ਉਹਦੋ ਖੱਬਰ ਪੰਜ ਫੁੱਟ ਟੋਪੀ ਗੁਰੂ ਨਾਨਕ ਸਾਹਿਬ ਨੇ ਕਿਹਾ ਕਾਇਆ ਕੜਾਸਨ ਮਾਂਝਾ ਬੋਟੀ ਉਹਨਾਂ ਸਿੱਧਾਂ ਨੂੰ ਇਹਨਾਂ ਨੇ ਮਨਾ ਕੀਤਾ ਕਿ ਇਹ ਜਿਹੜੀ ਹੈ ਟੋਪੀ ਪ੍ਰਮਾਣ ਨਹੀਂ ਹੋਈ ਗੁਰ ਹਰਗੋਬਿੰਦ ਸਾਹਿਬ ਵੇਲੇ ਜਿਹੜਾ ਸੀ ਉਹਨਾਂ ਨੇ ਗੁਰੂ ਸਾਹਿਬ ਦੀ ਪਗਤੇਰੀ ਕੇ ਜਹਾਂਗੀਰ ਦੀ ਕਥਾ ਤੇ ਉਹਨੇ ਢਾਡੀ ਨੇ ਕਿਹਾ ਜਦੋਂ ਬਾਬਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਸ ਚਮਕੌਰ ਦੀ ਜੰਗ ਦੇ ਵਿੱਚ ਆਪਣੀ ਦਸਤਾਰ ਔਰ ਜਿਗਾ ਕਲਗੀ ਜਿਹੜੀ ਸੀ ਭਾਈ ਸੰਗਤ ਸਿੰਘ ਨੂੰ ਦਿੱਤੀ ਔਰ ਜਦੋਂ ਬਾਬਾ ਬੰਦਾ ਬਹਾਦਰ ਨੂੰ ਜਿਸ ਵੇਲੇ ਦਿੱਲੀ ਲਿਆਂਦਾ ਗਿਆ ਉਸ ਵੇਲੇ ਦੇ ਇਤਿਹਾਸਕਾਰ ਨੇ ਲਿਖਿਆ ਸਾਰਾ ਕੁਝ ਸਾਰਿਆਂ ਦੇ ਸਿਰਾਂ ਦੇ ਉੱਤੇ ਕਾਗਜ਼ ਦੀਆਂ ਟੋਪੀਆਂ ਪਾਈਆਂ ਹੋਈਆਂ ਸੀ ਔਰ ਉਹਨਾਂ ਦੇ ਬਿਲੌਰ ਲੱਗੇ ਸੀਗੇ ਦੱਸਣ ਵਾਸਤੇ ਕਿ ਇਹ ਹੁਣ ਗੁਲਾਮ ਹੈਗੇ ਆ ਅੰਗਰੇਜ਼ਾਂ ਦੇ ਵੇਲੇ ਵੀ ਜਿਹੜਾ ਟੋਪੀ ਜਿਹੜੀ ਸੀ ਉਹ ਪਾਈ ਜਾਂਦੀ ਬਾਅਦ ਵਿੱਚ ਉਹਨਾਂ ਨੇ ਹਟਾ ਦਿੱਤੀ ਤੇ ਮੁਗਲਾਂ ਨੇ ਕਰ ਦਿੱਤਾ ਕੋਈ ਵੀ ਗੈਰ ਮੁਸਲਿਮ ਦਸਤਾਰ ਨਹੀਂ ਬਣ ਸਕਦਾ ਗੁਰੂ ਸਾਹਿਬ ਨੇ ਇਹ ਗੁਲਾਮੀ ਦਾ ਜਿਹੜਾ ਚਿੰਨ੍ਹ ਟੋਪੀ ਸੀ ਉਹਨਾਂ ਨੇ ਇਹ ਕਿਹਾ ਹੋਏ ਸਿੱਖ ਸਿਰ ਟੋਪੀ ਤਾਏ ਸਿੱਖ ਹੋ ਕੇ ਜਿਹੜਾ ਟੋਪੀ ਪਾਏਗਾ ਦੂਜੇ ਲਈ ਨਹੀਂ ਦੂਜੇ ਲਈ ਕੋਈ ਮਤਲਬ ਹੀ ਨਹੀਂ ਹੈਗਾ ਕਿਉਂਕਿ ਗੁਰੂ ਦਾ ਹੁਕਮਨਾਮਾ ਦੂਜੇ ਲਈ ਨਹੀਂ ਹੈ ਹੋਏ ਸਿੱਖ ਸਿਰ ਟੋਪੀ ਤਾਏ ਸਾਧ ਜਨਮ ਕੁਸ਼ਤੀ ਹੋਏ ਮਾਰੇ ਜੋ ਸਿੱਖ ਗੱਲ ਮੈਂ ਤਾਗਾ ਮੇਲੇ ਚੌਪੜ ਬਾਜੀ ਗਨਕਾ ਖੇਲੇ ਜਨਮ ਸਵਾਨ ਪਾਵੇਗਾ ਕੋਟ ਬੀਜਿਓ ਹਾਥ ਬੁਰਾ ਬੁਰਾ ਇਸ ਕੋਟ ਪਾਗ ਉਤਾਰ ਪ੍ਰਸ਼ਾਦ ਜੋ ਖਾਵੇ ਸੋ ਸਿੱਖ ਕੁੰਬੀ ਨਾ ਰਸਤਾਵੇ ਨੰਗੇ ਸਿਰ ਨਹੀਂ ਖਾਣਾ ਕਿਉਂਕਿ ਸਿਮਰਤੀਆਂ ਦੇ ਵਿੱਚ ਲਿਖਿਆ ਜਿਹੜਾ ਵਿਅਕਤੀ ਸਿਰ ਢੱਕ ਕੇ ਖਾਏਗਾ ਉਹ ਖਾਧਾ ਖਾਣਾ ਰਾਕਸ਼ਸ ਖਾ ਜਾਣਗੇ ਨਿਆਰਾ ਬਣ ਦੇਣ ਲਈ ਗੁਰੂ ਸਾਹਿਬ ਨੇ ਕਿਹਾ ਕਿ ਨੰਗੇ ਸਿਰ ਭੋਜਨ ਨਹੀਂ ਕਰਨਾ ਨੰਗੇ ਸਿਰ ਨਹੀਂ ਰਹਿਣਾ ਸਿਰ ਦੇ ਉੱਤੇ ਦਸਤਾਰ ਸਜਾਣੀ ਹੈ ਟੋਪੀ ਨਹੀਂ ਪਾਉਣੀ ਸੋ ਇਹ ਜਿਹੜਾ ਪੁਰਾਤਨਤਾ ਦਾ ਜਿਹੜਾ ਚਿੰਨ੍ਹ ਸੀ ਸੋ ਮਚ ਸੋ ਦੂਜੇ ਦੀ ਉਹਦੀ ਰੱਖ ਖਾਤਰ ਅੰਗਰੇਜ਼ਾਂ ਵੇਲੇ ਗਾਂਧੀ ਟੋਪੀ ਬੈਨ ਹੋ ਗਈ ਸੀ ਜੇਲ੍ਹ ਵਿੱਚ ਬਾਬਾ ਖੜਕ ਸਿੰਘ ਨੇ 1.5 ਸਾਲ ਨੰਗੇ ਪਿੰਡੇ ਸਿਰਫ ਕਛਹਿਰੇ ਦੇ ਵਿੱਚ ਉਹਨਾਂ ਦਾ ਹੱਕ ਦਵਾਉਣ ਲਈ ਉਹਨਾਂ ਨੇ ਨੰਗੇ ਸਿਰ ਜੇਲ੍ਹ ਦੀ ਬਾਬਾ ਖੜਕ ਸਿੰਘ ਨੇ ਪਰ ਉਹਨਾਂ ਦਾ ਹੱਕ ਉਹਨਾਂ ਨੇ ਦਵਾਇਆ ਸੋ ਜੇ ਅਸੀਂ ਦੂਜਿਆਂ ਦੀ ਖਾਤਰ ਕਰਦੇ ਰਹੇ ਤੇ ਜੇ ਸਾਡੀ ਆਪਣੀ ਦਸਤਾਰ ਨੂੰ ਖਤਰਾ ਹੈ ਤੇ ਫਿਰ ਇਹ ਤੇ ਸਾਡੇ ਲਈ ਬੜੀ ਸੋਚਣ ਵਾਲੀ ਗੱਲ ਹੈ ਜੀ ਇਹ ਛੋਟਾ ਜਿਹਾ ਸਵਾਲ ਹੈ ਗੁਰੂ ਨਾਨਕ ਦੇਵ ਜੀ ਨੇ ਆਪਾਂ ਨੂੰ ਪੂਰਾ ਵਿਸ਼ਾ ਦਿੱਤਾ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੇ ਨਿਰਾਕਾਰ ਤੋਂ ਅਸੀਂ ਆਕਾਰ ਤੱਕ ਪਹੁੰਚਣਾ ਆਕਾਰ ਤੋਂ ਨਿਰਾਕਾਰ ਤੱਕ ਪਹੁੰਚਣਾ ਉਹਦੇ ਵਿੱਚ ਕਿਸ ਤਰ੍ਹਾਂ ਹੈਗਾ ਕਿ ਜਿਹੜੀ ਵੀ ਚੀਜ਼ ਗੁਰੂ ਸਾਹਿਬ ਗੁਰਮਤ ਨੇ ਗੁਰਬਾਣੀ ਨੇ ਸਾਨੂੰ ਇੱਕ ਪੈਗਾਮ ਵੀ ਦਿੱਤਾ ਜਿੱਥੇ ਜਾਏ ਵਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਗੁਰਸਿੱਖੀ ਸੋ ਥਾਨ ਭਾਲਿਆ ਉਹ ਜਗ੍ਹਾ ਲੱਭਣੀ ਉਹ ਲੱਭਣੀ ਹੈ ਜਗ੍ਹਾ ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁੱਖ ਲਾਵਾ ਉਹਨਾਂ ਥਾਵਾਂ ਤੇ ਜਿੱਥੇ ਗੁਰੂ ਦੀਆਂ ਪੈਣਾ ਗੁਰੂ ਦੀ ਹਰ ਚੀਜ਼ ਸਾਡੇ ਲਈ ਮੁਬਾਰਕ ਹੈ ਸਾਡੇ ਲਈ ਪ੍ਰੇਰਨਾ ਦੇ ਹੈ ਉਹਨਾਂ ਦੇ ਸ਼ਸਤਰ ਉਹਨਾਂ ਦੇ ਵਸਤਰ ਉਹਨਾਂ ਦੇ ਅਸਤਰ ਉਹਨਾਂ ਦੀ ਹਰ ਚੀਜ਼ ਜਿਹੜੀ ਹੈ ਉਹ ਸਿੱਖ ਲਈ ਪਾਵਨ ਹੈ ਪਵਿੱਤਰ ਹੈ ਉਹਨੇ ਉਸ ਚੀਜ਼ ਨੂੰ ਨਮਸਕਾਰ ਕਰਨਾ ਹੈ
पर पूजा जेड़ी है पूजा सत्कार करना पूजा और सत्कार विच फर्क है पर एक और गल रह जांदी ਐਪਲ ਹੋਈ ਜਾਂ ਬੜੀ ਖਿਡਾਰੀ ਦੇ ਪੱਤਰ ਸਿੱਟਿਆ ਗੁਰੂ ਨਾਨਕ ਦੇਵ ਜੀ ਨੂੰ ਰੋਕ ਲਿਆ ਦੇਖ ਲਓ ਵਿੱਚ ਨਿਸ਼ਾਨ ਖੂਬੇ ਕਰਦੇ ਨੇ ਉਹ ਬਾਹਰ ਹੁਣ ਮੈਂ ਇਹਦੇ ਬਾਰੇ ਮੈਂ ਕੁਛ ਨਹੀਂ ਕਹਿ ਸਕਦਾ ਕਿਉਂਕਿ ਇਹਦੇ ਜਿੱਦਾਂ ਇਹ ਫਿਰ ਜਿਹੜਾ ਸਬਜੈਕਟ ਹੈ ਨਾ ਫਿਰ ਤੁਹਾਨੂੰ ਇਹਦੇ ਚ ਇੱਦਾਂ ਹੈਗਾ ਕਿ ਚਾਰ ਚੀਜ਼ਾਂ ਹੁੰਦੀਆਂ ਇਹ ਬਹੁਤ ਲੰਬਾ ਸਬਜੈਕਟ ਹੈਗਾ ਇੱਕ ਕਰਾਮਾਤ ਹੁੰਦੀ ਹੈ ਇੱਕ ਇਸਤਦਰਾਜ ਹੁੰਦੀ ਹੈ ਇੱਕ ਮੌਲਤ ਹੁੰਦੀ ਹੈ ਇਹ ਵੱਖ ਵੱਖ ਸਬਜੈਕਟ ਹੈਗੇ ਆ ਸੋ ਉਹ ਸਾਰੇ ਇੱਕ ਵੱਖਰਾ ਲੰਬਾ ਵਿਸ਼ਾ ਹੈ ਗੁਰੂ ਗੁਰਤੇਗ ਬਹਾਦਰ ਸਾਹਿਬ ਦੇ ਬਾਰੇ ਉਹਨਾਂ ਦੀ ਸ਼ਹਾਦਤ ਦੇ ਵੇਲੇ ਜਿਹੜੇ 36 ਦੇ ਕਰੀਬ ਕ੍ਰੋਨੀਕਲਸ ਹੈ ਉਹਨਾਂ ਦੀ ਸ਼ਹਾਦਤ ਨੂੰ ਦਰਸਾਉਂਦੇ ਹੋਏ ਪਰਸ਼ੀਅਨ ਦੇ ਸੋਰਸਸ ਹੈ ਹਰ ਸੋਰਸ ਦੇ ਵਿੱਚ ਇੱਕ ਚੀਜ਼ ਸਾਰਿਆਂ ਨੇ ਲਿਖੀ ਹੈ ਸਾਰਿਆਂ ਦੀ ਕਾਮਨ ਹੈ ਉਹਦੇ 'ਚ ਇਹ ਲਿਖਿਆ ਹੈ ਕਿ ਉਹਨਾਂ ਨੇ ਮੁਗਲਾਂ ਨੇ ਇਹ ਗੁਰਤੇਗ ਬਹਾਦਰ ਸਾਹਿਬ ਨੂੰ ਕਿਹਾ ਕਿ ਤੁਸੀਂ ਕਰਾਮਾਤ ਦਿਖਾਓ ਜਾਂ ਤੁਸੀਂ ਡਿਕਲੇਅਰ ਕਰੋ ਕਿ ਤੁਹਾਨੂੰ ਨਹੀਂ ਆਉਂਦਾ ਇਹ ਬੜੀ ਇੱਕ ਮਤਲਬ ਜਿਹੜੀ ਹੈ ਮੈਂ ਜਿਹੜੀ ਦੱਸ ਰਿਹਾ ਸੀ ਚਾਰ ਚੀਜ਼ਾਂ ਹੁੰਦੀਆਂ ਇੱਕ ਮੁਆਜ਼ਜ਼ਾ ਹੁੰਦਾ ਇੱਕ ਮੁਆਜ਼ਜ਼ਾ ਇੱਕ ਕਰਾਮਾਤ ਹੈ ਇੱਕ ਇੱਕ ਇਸਤਦਰਾਜ ਹੈ ਇੱਕ ਮੌਨਤ ਹੈ ਬਰੀਫਲੀ ਇਹ ਦੱਸਦੇ ਹਾਂ ਜਿਹੜੀ ਇਹ ਹੈਗੀ ਹੈ ਮੁਆਜ਼ਜ਼ਾ ਇਹ ਪੈਗੰਬਰ ਕੋਲ ਹੁੰਦਾ ਮੁਆਜ਼ਜ਼ਾ ਪੈਗੰਬਰ ਦੀ ਇੱਕ ਨਿਸ਼ਾਨੀ ਹੈ ਜਿਹੜੀ ਕਰਾਮਾਤ ਹੈ ਉਹ ਜਿਹੜੇ ਉਸ ਰੱਬ ਦੇ ਕੋਲ ਪਹੁੰਚੇ ਹੋਏ ਬੰਦੇ ਹੈ ਉਹਨਾਂ ਦੇ ਕੋਲ ਕਰਾਮਾਤ ਹੁੰਦੀ ਹੈ ਦੂਸਰੀ ਸਟੇਜ ਹੈ ਤੀਸਰੀ ਹੈ ਇਸਤਦਰਾਜ ਜਿਹੜੇ ਮਜ਼ਹਬ ਤੋਂ ਬਾਹਰਲੇ ਬੰਦੇ ਹੈ ਉਹਨਾਂ ਦੇ ਕੋਲ ਜਿਹੜੀ ਹੁੰਦੀ ਹੈ ਉਹਨੂੰ ਇਸਤਦਰਾਜ ਕਹਿੰਦੇ ਚੌਥੀ ਹੈ ਜਿਹੜੇ ਰੱਬ ਦੇ ਦੀਵਾਨੇ ਹੈ ਜਿਹੜੀ ਦੀਵਾਨਗੀ ਦੀ ਅਵਸਥਾ ਤੇ ਪਹੁੰਚ ਗਏ ਹੈ ਉਹ ਕੁਛ ਵੀ ਕਹਿ ਦੇਣ ਹੋ ਜਾਂਦਾ ਉਹ ਮੌਨਤ ਹੁੰਦੀ ਹੈ ਇਹ ਚਾਰ ਚੀਜ਼ਾਂ ਹੁੰਦੀਆਂ ਸੋ ਗੁਰੂ ਸਾਹਿਬ ਨੂੰ ਸਮਝਦੇ ਸੀ ਕਿ ਇਹ ਰੱਬ ਦੇ ਨੇੜੇ ਹੈ ਵਲੀ ਅੱਲਾ ਹੈਗੇ ਹੈ ਸੋ ਉਹਨਾਂ ਨੇ ਇੱਕ ਗੱਲ ਕਹੀ ਸਾਰਿਆਂ 'ਚ ਲਿਖੀ ਹੈ ਕਿ ਤੁਸੀਂ ਇਹ ਕਹਿ ਦਿਓ ਕਿ ਸਾਨੂੰ ਨਹੀਂ ਆਉਂਦੀ ਕਿਉਂਕਿ ਜੇ ਕਹਿ ਰਹੇ ਕਿ ਨਹੀਂ ਆਉਂਦੀ ਇਹਦਾ ਮਤਲਬ ਇਹ ਵਲੀ ਨਹੀਂ ਹੈ ਇਹ ਵਲੀ ਅੱਲਾ ਨਹੀਂ ਹੈ ਪਛਾਣਨਾ ਚਾਹੁੰਦੇ ਸੀ ਤੇ ਜੇ ਅਗਰ ਕਰਾਮਾਤ ਦਿਖਾ ਦਿੰਦੇ ਹੈ ਫਿਰ ਅਸੀਂ ਛੱਡ ਦਿਆਂਗੇ ਕਿ ਵਾਕਈ ਸਾਡੇ ਕੋਲ ਗਲਤੀ ਨਾ ਹੋ ਜਾਏ ਸੋ ਉਹ ਥੋੜ੍ਹਾ ਜਿਹਾ ਇੱਕ ਕਿਸਮ ਦਾ ਸੇਫਟੀ ਲੈਣਾ ਚਾਹੁੰਦੇ ਸੀ ਗੁਰੂ ਸਾਹਿਬ ਨੇ ਨਾ ਤਾਂ ਇਨਕਾਰ ਕੀਤਾ ਕਿ ਮੈਨੂੰ ਨਹੀਂ ਆਉਂਦੀ ਦੇਖੋ ਬੜੀ ਵੱਡੀ ਗੱਲ ਹੈ ਉਹਨਾਂ ਨੇ ਇਨਕਾਰ ਕਰ ਦਿੱਤਾ ਇਹ ਕਹਿਣ ਤੋਂ ਉਹਨਾਂ ਨੇ ਕਿਹਾ ਤੁਸੀਂ ਕਹਿ ਰਹੇ ਹੋ ਕਿ ਮੈਨੂੰ ਨਹੀਂ ਆਉਂਦੀ ਤੇ ਤੁਹਾਨੂੰ ਛੱਡ ਦਿਆਂ ਤੇ ਜਾਂ ਦਿਖਾ ਦਿਓ ਸੋ ਉਹਨਾਂ ਨੇ ਇਨਕਾਰ ਵੀ ਨਹੀਂ ਕੀਤਾ ਕਿ ਮੈਨੂੰ ਨਹੀਂ ਆਉਂਦੀ ਤੇ ਨਾ ਹੀ ਉਹਨਾਂ ਨੇ ਦਿਖਾਈ ਬਲਕਿ ਇਹ ਲਫ਼ਜ਼ ਕਹਿ ਦਿੱਤੇ ਨਾਟਕ ਚੇਟਕ ਕੀਏ ਕੋ ਕਾਜਾ ਪ੍ਰਭ ਲੋਗਨ ਕਹਿ ਆਵਤ ਲਾਜਾ ਇਸ ਗੱਲ ਨੂੰ ਬੁੱਲੇ ਸ਼ਾਹ ਨੇ ਬਹੁਤ ਸੋਹਣਾ ਉਸ ਵੇਲੇ ਦਾ ਜਿਹੜਾ ਸਮਕਾਲੀਨ ਹੈ ਲਿਖਦਾ ਹੈ ਇਸਲਾਮ ਦੇ ਵਿੱਚ ਤਿੰਨ ਚੀਜ਼ਾਂ ਹੁੰਦੀਆਂ ਇੱਕ ਸ਼ਹੀਦ ਹੁੰਦਾ ਜਿਹੜਾ ਕਿ ਧਰਮ ਦੇ ਰਸਤੇ ਦੇ ਵਿੱਚ ਸ਼ਹਾਦਤ ਦੇ ਦੇਵੇ ਇੱਕ ਮੂਜ਼ੀ ਹੁੰਦਾ ਜਿਹੜਾ ਧਰਮ ਮੈਦਾਨੇ ਜੰਗ ਵਿੱਚੋਂ ਭੱਜ ਕੇ ਆ ਰਿਹਾ ਉਹਨੂੰ ਮੂਜ਼ੀ ਕਹਿੰਦੇ ਆ ਇੱਕ ਗਾਜ਼ੀ ਹੁੰਦਾ ਜਿਹੜਾ ਕਿ ਮੈਦਾਨੇ ਜੰਗ ਦੇ ਵਿੱਚ ਲੜ ਕੇ ਜ਼ਿੰਦਾ ਵਾਪਸ ਆ ਜਾਏ ਉਸਨੂੰ ਗਾਜ਼ੀ ਕਹਿੰਦੇ ਮੂਜ਼ੀ ਗਾਜ਼ੀ ਤੇ ਸ਼ਹੀਦ ਹੁਣ ਗੁਰਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋ ਗਈ ਪਰ ਉਹ ਜਿਹੜਾ ਬੁੱਲੇ ਸ਼ਾਹ ਕਹਿੰਦਾ ਨਹੀਂ ਕਹਿੰਦਾ ਕਹੋ ਤੇਗ ਬਹਾਦਰ ਗਾਜ਼ੀ ਹੋ ਕਹਿੰਦਾ ਉਹ ਗਾਜ਼ੀ ਆ ਅੱਜ ਵੀ ਗੁਰਤੇਗ ਬਹਾਦਰ ਮੌਜੂਦ ਹੈ ਕਹੋ ਤੇਗ ਬਹਾਦਰ ਗਾਜ਼ੀ ਹੋ ਕਹੋ ਮਿੰਬਰ ਤੇ ਬਹਿਰਾਜ਼ੀ ਹੋ ਕਹਿੰਦਾ ਮੁਗਲ ਉਹਨਾਂ ਨੂੰ ਸ਼ਹੀਦ ਨਹੀਂ ਕਰ ਸਕੇ ਉਹ ਗਾਜ਼ੀ ਹੈ ਅੱਜ ਵੀ ਮੌਜੂਦ ਹੈ ਸੋ ਇਹ ਜਿਹੜਾ ਕਰਾਮਾਤ ਦੀ ਜਿਹੜੀ ਗੱਲ ਹੈ ਨਾ ਤੁਸੀਂ ਗੱਲ ਕਰ ਰਹੇ ਹੋ ਇਹ ਬਹੁਤ ਡੂੰਘਾ ਮਸਲਾ ਹੈ ਇਹ ਜਿਹੜੀ ਉਹਨਾਂ ਨੇ ਗੁਰੂ ਸਾਹਿਬ ਨੇ ਇਨਕਾਰ ਨਹੀਂ ਕੀਤਾ ਪਰ ਜਿਹੜੀ ਸਹਿਜ ਸੁਭਾਅ ਬੜੀਆਂ ਐਸੀਆਂ ਉਹਨਾਂ ਦੀਆਂ ਹੈਗੀਆਂ ਜਿਹੜੇ ਕਿ ਪ੍ਰਤੱਖ ਹੈਗੇ ਹੈ ਔਰ ਹੋਇਆ ਔਰ ਹੁੰਦਾ ਰਹੇਗਾ ਮਨਾਇਆ ਉਹਦੇ ਉੱਤੇ ਹਜ਼ੂਰ ਸਾਹਿਬ 'ਤੇ ਇੰਨਾ ਕੌਮ ਨੇ ਪੈਸਾ ਖਰਚ ਕੀਤਾ ਹੈ ਬੜਾ ਪੈਸਾ ਕੋਸ਼ਿਸ਼ ਕਰਨ ਲੱਗਾ ਹੈ ਪਰ ਉਹਦੇ 'ਤੇ ਜੋ ਰਿਜ਼ਲਟ ਸਾਹਮਣੇ ਆਏ ਉਹਦੇ ਬਾਰੇ ਤੁਹਾਡਾ ਕੀ ਖਿਆਲ ਦੇਖੋ ਇੱਦਾਂ ਹੈਗਾ ਜਿਹੜੀਆਂ ਇਹ ਸ਼ਤਾਬਦੀਆਂ ਮਨਾਉਣ ਦਾ ਰਿਵਾਜ਼ ਜਿਹੜਾ ਸੀ ਨਾ ਜੀ
ਇਹ ਸਭ ਤੋਂ ਪਹਿਲੀ ਸ਼ਤਾਬਦੀ ਮਨਾਈ ਗਈ ਸੀ 1966 ਦੇ ਵਿੱਚ ਪਟਨਾ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਦੀ 300 ਸਾਲਾਂ। ਉਸ ਸ਼ਤਾਬਦੀ ਨੇ ਸਾਨੂੰ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਦਿੱਤੀ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ ਦਾ ਕਾਫੀ ਲਿਟਰੇਚਰ ਆਇਆ। ਉਸ ਤੋਂ ਬਾਅਦ 1975 ਦੇ ਵਿੱਚ ਦੂਜੀ ਜਿਹੜੀ ਸ਼ਤਾਬਦੀ ਸੀ ਉਹ ਗੁਰੂ ਨਾਨਕ ਸਾਹਿਬ ਦੀ ਸ਼ਤਾਬਦੀ ਸੀ, ਜਿਹਨੇ ਗੁਰੂ ਨਾਨਕ ਫਾਊਂਡੇਸ਼ਨ ਦਿੱਤੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਮਿਲੀ ਔਰ ਹੋਰ ਕਾਫੀ ਕੁਛ ਹੋਇਆ। ਉਸ ਤੋਂ ਬਾਅਦ ਤੇ ਜਿੰਨਾ ਕੁਛ ਹੋਇਆ ਜੋ ਕੁਛ ਵੀ ਹੁੰਦਾ ਰਿਹਾ ਅਨਫੋਰਚੁਨੇਟਲੀ ਅਫੋਰਚੁਨੇਟਲੀ ਸਾਰੇ ਦਾ ਸਾਰਾ ਪੋਲੀਟੀਕਲ ਉਹਦੇ 'ਚ ਔਰ ਝਗੜਿਆਂ ਦੇ ਵਿੱਚ ਹੀ ਉਹ ਰੁਲ ਕੇ ਰਹਿ ਗਿਆ ਜਾਂ ਉਹ ਰੋਲੇ ਰੱਪੇ ਦੇ ਵਿੱਚ ਰਹਿ ਗਿਆ। ਇਹ ਸਾਡੀ ਅਸੀਂ ਬਦਕਿਸਮਤੀ ਕਹਿ ਲਓ ਕਿ ਹੁਣ ਅਸੀਂ ਇੰਨੇ ਕੈਪੇਬਲ ਹੋ ਗਏ ਹਾਂ, ਹੁਣ ਅਸੀਂ ਇੰਨੇ ਸਿਆਣੇ ਹੋ ਗਏ ਹਾਂ, ਇੰਨੇ ਸਾਧਨ ਸੰਪੰਨ ਹੋ ਗਏ ਹਾਂ, ਸਾਨੂੰ ਕੋਈ ਚੰਗੀ ਚੀਜ਼ ਦੇ ਦਿਓ ਅਸੀਂ ਉਹਦਾ ਵੀ ਬੇੜਾ ਗਰਕ ਕਰ ਦਿੰਦਾ। ਉਸ ਮਰਿਆਦਾ ਦੇ ਹੁੰਦਿਆਂ ਵੀ 1936 ਵਿੱਚ ਫਿਰ ਨਵੀਂ ਮਰਿਆਦਾ ਕਿਉਂ ਬਣਾਈ ਗਈ ਜਿਹੜੇ ਆਪਣੇ ਸਿੱਖ ਸਕਾਲਰਸ ਨੇ ਬਣਾਏ? ਮਤਲਬ ਕਿ ਉਹਨਾਂ ਨੂੰ ਉਸ ਮਰਿਆਦਾ 'ਚ ਕੋਈ ਘਾਟ ਨਜ਼ਰ ਆਉਂਦੀ ਸੀ? ਤੇ ਅੱਜ ਦੀ ਰੇਟ ਵਿੱਚ ਤਾਂ ਹੀ ਤਾਂ 2 ਮਰਿਆਦਾ ਹੈਗੀਆਂ ਸਾਰੇ ਜਿਹੜੇ ਵੀ ਕੁਐਸਚਨ ਲੱਗ ਰਹੇ ਅਸੀਂ ਓਪਨ ਐਂਡ ਸੈਟ ਦਾ ਗਿਆਨੀ ਲਿਖਦੇ ਸੀ, ਗਿਆਨੀ ਕਰਤਾਰ ਸਿੰਘ, ਗਿਆਨੀ ਜਰਨੈਲ ਸਿੰਘ, ਉਹਨਾਂ ਦੀ ਗੱਡੀ ਦੇ ਉੱਤੇ ਵੀ ਲਿਖਿਆ ਹੁੰਦਾ ਸੀ ਗਿਆਨੀ ਗੁਰਬਚਨ ਸਿੰਘ ਖਾਲਸਾ ਜਿਹੜੀ ਉਹਨਾਂ ਦੀ ਕੋਠੀਆਂ ਸੀ। ਔਰ ਜਿੰਨੀਆਂ ਤੁਸੀਂ ਸਵਾਲ ਕਰ ਰਹੇ ਹੋ ਇਹ ਉਹਨਾਂ ਨਾਲ ਬੜੇ ਵੇਰਵੇ ਸਾਹਿਬ ਦੇ ਸਵਾਲ ਉੱਠੇ ਸੀ, ਪਰ ਨਟਸ਼ਲ ਇਹ ਸੀਗਾ ਕਿ ਉਹਨਾਂ ਨੇ ਇਹ ਮਤਲਬ ਸੀਗਾ ਕਿ ਜਿਹੜੀ ਪੰਥਕ ਰਹਿਤ ਮਰਿਆਦਾ ਉਸ ਤੋਂ ਇਨਕਾਰੀ ਨਹੀਂ ਸੀ। ਪੰਥ ਦੀ ਮਰਿਆਦਾ ਉਹੀ ਹੈ ਜਿਹੜੀ ਸਿੱਖ ਰਹਿਤ ਮਰਿਆਦਾ ਹੈ। ਉਹਨਾਂ ਨੇ ਆਪਣੇ ਟਕਸਾਲ ਦੇ ਵਿਦਿਆਰਥੀ ਵੀ ਭੇਜੇ, ਟਕਸਾਲ ਦੇ ਸਿੰਘ ਵੀ ਭੇਜੇ ਜਿਹੜੇ ਕਿ ਹਰਿਮੰਦਰ ਸਾਹਿਬ ਦੇ ਵਿੱਚ ਗ੍ਰੰਥੀ ਲੱਗੇ, ਅਕਾਲ ਤਖਤ ਸਾਹਿਬ ਦੇ ਵਿੱਚ ਜਥੇਦਾਰ ਲੱਗੇ, ਪਰ ਉਹਨਾਂ ਨੇ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਪ੍ਰਵਾਨ ਕੀਤਾ। ਡੇਰੇ ਦੀ ਮਰਿਆਦਾ, ਡੇਰੇ ਦੇ ਨਿਯਮ ਉਹਨਾਂ ਨੇ ਉੱਥੇ ਤੱਕ ਹੀ ਮਹਿਦੂਦ ਕੀਤੇ, ਉਹਨੂੰ ਪੰਥ ਦੀ ਮਰਿਆਦਾ ਕਦੀ ਵੀ ਡਿਕਲੇਅਰ ਨਹੀਂ ਕੀਤੀ। ਉਹਦੇ ਵਿੱਚ ਕੋਈ ਡਿਸਪਿਊਟ ਨਹੀਂ ਸੀ। ਉਹ ਦਮਦਮੀ ਟਕਸਾਲ ਦੇ ਬੰਦੇ ਵੀ ਜਿਹੜੇ ਸੀਗੇ, ਉਹ ਸਿੰਘ ਵੀ ਉਹ ਰੋ ਰੀਤ ਕਮੇਟੀ ਦੇ ਵਿੱਚ ਸੀਗੇ, ਉਹਨਾਂ ਦੀ ਰਜ਼ਾਮੰਦੀ ਉਹਨਾਂ ਦੇ ਸਿਗਨੇਚਰ ਵੀ ਹੋਏ। ਪਰ ਹੁਣ ਜਦੋਂ ਫਿਰ ਬੰਦਾ ਪੋਲੀਟੀਕਲ ਤੌਰ ਦੇ ਉੱਤੇ ਕੋਈ ਵਿੱਚ ਪਾਉਣ ਦੀ ਕੋਸ਼ਿਸ਼ ਕਰੇ ਜਾਂ ਜਦੋਂ ਸੈਂਟਰ ਆਫ ਪਾਵਰ ਬਣ ਜਾਣ, ਨਾ ਤਾਂ ਉਹ ਅਜੇ ਸਿੰਘ ਹੈਗੇ ਹੈ ਤੇ ਨਾ ਹੀ ਉਹਨਾਂ ਦੀਆਂ ਕਮੇਟੀਆਂ ਹੈਗੀਆਂ। ਹੁਣ ਜਿਹੜੀ ਡਿਫਰੈਂਸਿਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਵੇਲੇ 1936 ਦੇ ਵਿੱਚ ਜਾਂ ਉਸ ਤੋਂ ਬਾਅਦ ਵੀ, ਜਦੋਂ ਤੋਂ ਮੈਨੂੰ ਪਤਾ 70 ਤੱਕ ਘੱਟੋ ਘੱਟ ਉਹ ਟਕਸਾਲ ਔਰ ਸਿੱਖ ਰਹਿਤ ਮਰਿਆਦਾ ਦੋਨਾਂ ਵਿੱਚ ਕੋਈ ਕੰਟਰਡਿਕਸ਼ਨ ਨਹੀਂ ਸੀ, ਕਿਸੇ ਕਿਸਮ ਦੀ ਕੋਈ ਕੰਟਰਡਿਕਸ਼ਨ ਨਹੀਂ ਸੀ। ਉਸ ਮਰਿਆਦਾ ਦਾ ਸਤਿਕਾਰ ਕਰਦੇ ਸੀਗੇ ਔਰ ਪੂਰੀ ਤਰ੍ਹਾਂ ਮੰਨਦੇ ਸੀ। ਸੰਤ ਜਰਨੈਲ ਸਿੰਘ ਵੀ ਬਰਾਬਰ ਸੀ, ਹਾਂਜੀ ਸੰਤਾਂ ਦੇ, ਸੰਤ ਜਰਨੈਲ ਸਿੰਘ ਨੇ ਟਾਈਮ ਦੀ, ਹਾਂ ਬਿਲਕੁਲ ਮੇਰੇ ਨਾਲ ਗੱਲ ਹੋਈ ਸੀ, ਮੇਰੇ ਨਾਲ ਬੜੀ ਵਾਰ ਹੋਈ ਸੀ। ਮੈਂ ਹੁਣ ਉਸ ਵਿਸ਼ੇ ਨੂੰ ਚੁੱਕਣਾ ਨਹੀਂ ਚਾਹੁੰਦਾ, ਅਨਨੈਸੈਸਰੀ ਜਿਹੜਾ ਹੈਗਾ, ਤੇ ਬਲਕਿ ਜੇ ਉਹ ਵਿਊਜ਼ ਅਗਰ ਉਹ ਨਾ ਹੁੰਦੇ, ਅਗਰ ਉਹ ਸਿੱਖ ਰਹਿਤ ਮਰਿਆਦਾ ਵਾਲੇ ਨਾ ਹੁੰਦੇ ਤੇ ਸ਼ਾਇਦ ਮੈਂ ਉੱਥੋਂ ਫਿਰ ਅੰਮ੍ਰਿਤ ਵੀ ਨਾ ਸਕਦਾ। ਹੁਕਮਨਾਮਾ ਕੀ ਹੈ? ਕਿਹਦਾ ਹੁਕਮਨਾਮਾ? ਕੁਝ ਆਪਾਂ ਲੈਂਦੇ ਹਾਂ ਆਜ਼ਾਦ ਤੋਂ ਬਾਅਦ ਹੁਕਮਨਾਮਾ ਲੈਂਦੇ ਹਾਂ। ਹੁਕਮਨਾਮੇ ਹੈਗੇ ਆ, ਹੁਕਮ ਸਰਕਾਰੀ ਆਦੇਸ਼ ਹੁੰਦੇ ਸੀ। ਪੋਲੀਟੀਕਲ ਤੌਰ ਦੇ ਉੱਤੇ ਜਿਹੜੇ ਹੁਕਮ ਦਿੱਤੇ ਜਾਂਦੇ ਉਹਨੂੰ ਵੀ ਹੁਕਮਨਾਮਾ ਕਿਹਾ ਜਾਂਦਾ। ਇੱਕ ਅਰਥ ਕਦੀ ਵੀ ਨਹੀਂ ਹੋਏਗਾ, ਉਹ ਵੀ ਸਿੰਘ ਸਾਹਿਬਾਨ ਵੱਲੋਂ ਪੰਥਕ ਤੌਰ ਦੇ ਉੱਤੇ ਜਿਹੜੇ ਰਾਜਨੀਤਿਕ ਹੁਕਮਨਾਮੇ ਜਿਹੜੇ ਗੁਰੂ ਸਾਹਿਬ ਦੇ ਵੇਲੇ ਤੋਂ ਸ਼ੁਰੂ ਹੋਏ, ਗੁਰੂ ਸਾਹਿਬ ਨੇ ਵੀ ਹੁਕਮਨਾਮੇ ਜਾਰੀ ਕੀਤੇ। ਸੋ ਜਿਹੜੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਹੈ, ਉਹਨਾਂ ਨੇ ਕਦੀ ਕਿਸੇ ਨੂੰ ਪੰਥ ਚ ਰੋਕਿਆ ਸੀ? ਇੱਦਾਂ ਹੈਗਾ, ਗੁਰੂ ਸਾਹਿਬ ਨੇ ਬੜਿਆਂ ਨੂੰ ਛੇਕਿਆ, ਗੁਰੂ ਸਾਹਿਬ ਨੇ ਬਹੁਤਿਆਂ ਨੂੰ ਛੇਕਿਆ, ਬਹੁਤ ਬੰਦਿਆਂ ਨੂੰ। ਰਾਮ ਰਾਏ ਨੂੰ ਛੇਕ ਦਿੱਤਾ ਸੀ, ਉਹਨੇ ਕਿਹਾ ਦੇ ਮੂੰਹ ਨਾ ਲੱਗੋ ਉਹਦੇ ਮੁਕਾਬਲੇ ਦੇ ਉੱਤੇ। ਧੀਰਮਲੀਆਂ ਨੂੰ ਛੇਕ ਦਿੱਤਾ, ਧੀਰਮਲੀਏ ਰਾਮ ਰਾਈਏ, ਇਹ ਸਾਰੇ ਪੰਥ ਵਿਰੋਧੀ, ਇਹਨਾਂ ਨੂੰ ਛੇਕ ਦਿੱਤਾ। ਬਲਕਿ ਇੱਥੇ ਤਾਂ ਕਹਿ ਦਿੱਤਾ ਕਿ ਜਿਹੜੇ ਵੀ ਨਿੰਦਕ ਹੈ ਇਹਨਾਂ ਦੇ ਕੋਲੋਂ ਦੂਰੋਂ ਭੱਜ ਜਾਓ। ਸੋ ਛੇਕਣਾ ਹੋਰ ਕੀ ਹੁੰਦਾ ਹੈ? ਮਤਲਬ ਛੇਕਣ ਦਾ ਇਹ ਮਤਲਬ ਹੁੰਦਾ ਜਿਵੇਂ ਕੋਈ ਮਾਂ ਕਿਸੇ ਬੱਚੇ ਨੂੰ ਕਹਿੰਦੀ ਹੈ ਤੂੰ ਫਲਾਣੇ ਵੱਲ ਨਹੀਂ ਖੇਡਣਾ। ਉਹ ਪਰ ਇੱਦਾਂ ਸੀ ਨਾ, ਕਿਸੇ ਨੂੰ ਉਹ ਕਿਹਾ ਕਿ ਉਹਨੂੰ ਕਿਹਾ ਕਿ ਤੂੰ ਜਿਹੜਾ ਹੈ ਮਤਲਬ ਉਹ ਸ਼ਰਾਰਤੀ ਮੁੰਡਿਆਂ ਨਾਲ ਖੇਡਦਾ, ਤੂੰ ਚੰਗੇ ਮੁੰਡਿਆਂ ਨਾਲ ਖੇਡਿਆ ਗਾ।
ਕਹਿੰਦਾ ਜੀ ਉਹ ਚੰਗੇ ਮੁੰਡੇ ਮੈਨੂੰ ਨਹੀਂ ਖਿਡਾਉਂਦੇ ਜਿਹੜੇ ਭੱਜ ਜਾਂਦੇ ਆ ਜਿਹਨਾਂ ਨੂੰ ਛੇਕ ਦਿੱਤਾ ਜਾਂਦਾ ਉਹ ਸਾਰੇ ਫਿਰ ਇੱਦਾਂ ਦੇ ਸਵਾਲ ਕਰਦੇ ਆ ਜਿਹਨਾਂ ਨੇ ਵੀ ਗੁਰਮਤਿ ਦੇ ਵਿਰੁੱਧ ਕੰਮ ਕੀਤਾ ਜਿਸ ਨੇ ਵੀ ਗੁਰਮਤਿ ਦੇ ਜਿਵੇਂ ਬਾਬਾ ਰਾਮ ਰਾਏ ਨੇ ਅਗਰ ਗੁਰੂ ਦੇ ਹੁਕਮ ਦੀ ਅਦੂਲੀ ਕੀਤੀ ਹੈ ਉਸ ਹੁਕਮ ਦੀ ਅਦੂਲੀ ਕੀਤੀ ਹੈ ਉਸਨੂੰ ਛੇਕ ਦਿੱਤਾ ਭਾਵੇਂ ਰਾਮ ਰਾਏ ਸੀ ਭਾਵੇਂ ਧੀਰਮਲ ਸੀ ਭਾਵੇਂ ਹੋਰ ਕੋਈ ਬਾਅਦ ਵਿੱਚ ਵੀ ਸੀਗੇ ਸੋ ਇਹ ਪੰਥ ਦੀ ਪਰੰਪਰਾ ਰਹੀ ਹੈਗੀ ਹੈ ਔਰ ਇਹ ਕਾਇਮ ਰਹੇਗੀ ਗੁਆਇਆ ਨੀ ਸਾਡੀ ਕੌਮ ਨੇ ਦਸਵੀਂ ਗ੍ਰੰਥ ਨਾਲ ਪੈਰਲ ਪ੍ਰਕਾਸ਼ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਦੇਖੋ ਇੱਦਾਂ ਹੈਗਾ ਕਿ ਤੁਸੀਂ ਯਾਦ ਫਿਰ ਤੁਹਾਨੂੰ ਪੂਰੀ ਇਨਫੋਰਮੇਸ਼ਨ ਨਹੀਂ ਹੈ ਤੇ ਯਾਦ ਤੁਸੀਂ ਦੇਣੀ ਨਹੀਂ ਚਾਹੁੰਦੇ ਤੁਸੀਂ ਇੱਦਾਂ ਹੁੰਦਾ ਮੈਂ ਇੱਕ ਛੋਟਾ ਜਿਹਾ ਇਹਦੇ ਵਿੱਚ ਸਵਾਲ ਨਹੀਂ ਮਤਲਬ ਇੱਕ ਸਿਚੁਏਸ਼ਨ ਇੱਦਾਂ ਦੀ ਲੈ ਲਈਏ ਕਿ ਜੇਕਰ ਕਿਸੇ ਦੇ ਘਰ ਲੜਕੀ ਦਾ ਵਿਆਹ ਹੋਏ ਸਮਾਗਮ ਹੋਏ ਠੀਕ ਹੈ ਤੇ ਜੇ ਕੋਈ ਇਸ ਘਰ ਦੀ ਜਿਸ ਘਰ ਦੀ ਹੈ ਉਹਦੀ ਮਰਿਆਦਾ ਪੁਰਾਣੇ 100 ਸਾਲ ਤੋਂ ਜਾਂ 150 ਸਾਲ ਤੋਂ ਚੱਲੀ ਆ ਰਹੀ ਹੋਏ ਤੇ ਉਹ ਜਿਹੜੇ ਚਾਚੇ ਤਾਏ ਹੈ ਉਹ ਅਚਾਨਕ ਕਹਿਣ ਅੱਜ ਇਹਨੂੰ ਠੀਕ ਕਰੋ ਨਹੀਂ ਤੇ ਅਸੀਂ ਇੱਥੇ ਨਹੀਂ ਆਵਾਂਗੇ ਇਹ ਵੀ ਸ਼ਰਾਰਤ ਹੋਏਗੀ ਜਿਹੜੀ ਉੱਥੇ ਦੀ ਜਿਹੜੀ ਜਿਹੜਾ ਡਿਕਲੇਅਰਡ ਮਨਸ਼ਾ ਸੀ ਗੁਰੂ ਸ੍ਰੀ ਹਜ਼ੂਰ ਸਾਹਿਬ ਤਖ਼ਤ ਸ੍ਰੀ ਹਜ਼ੂਰ ਸਾਹਿਬ ਜਿਸ ਦੇ ਬਾਰੇ ਰੋਜ਼ ਅਰਦਾਸ ਕਰਦੇ ਹਾਂ 5 ਤਖ਼ਤਾਂ ਦੀ ਅਰਦਾਸ ਉੱਥੇ ਸਮਾਗਮ ਹੈ ਤੇ ਜੇ ਉਹਦੇ ਵਿੱਚ ਡਿਕਲੇਅਰਡ ਹੈ ਗੁਰੂ ਗ੍ਰੰਥ ਸਾਹਿਬ ਦੀ ਸਰਵੋਚਤਾ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਗੱਦੀ ਉਹਦੇ ਲਈ ਉਹ ਕਰ ਰਹੇ ਹੈ ਤੇ ਜੇਕਰ ਉਹਦੇ ਵਿੱਚ ਕੋਈ ਨਵੀਂ ਚੀਜ਼ ਉਹਨਾਂ ਨੇ 2, 4, 10, 20, 25, 50, 100, 200 ਸਾਲ ਵਿੱਚ ਕੀਤੀ ਹੋਏ ਮੈਂ ਬੜੀ ਦੂਰ ਤੱਕ ਜਾ ਰਿਹਾ ਜੇ ਤੇ ਉਹਨਾਂ ਨੇ 200 ਸਾਲ ਦੇ ਵਿੱਚ ਕੋਈ ਚੀਜ਼ ਚੇਂਜ ਕੀਤੀ ਹੋਏ ਫਿਰ ਤੁਸੀਂ ਉਹਦੇ ਬਾਰੇ ਇਤਰਾਜ਼ ਕਰ ਸਕਦੇ ਹੋ ਪਰ ਜੇ ਕੋਈ ਬੁੱਧਤ ਤੋਂ ਚੱਲੀ ਆ ਰਹੀ ਕੋਈ ਨਵੀਂ ਚੀਜ਼ ਨਹੀਂ ਹੈ ਉਸਦੇ ਦੇ ਅਗਰ ਕੋਈ ਕਰਕੇ ਝਗੜਾ ਪਾਉਂਦਾ ਇਹਦਾ ਮਤਲਬ ਉਹ ਸ਼ਰਾਰਤੀ ਹੈ ਉਹ ਪੰਥ ਵਿਰੋਧੀ ਹੈ ਉਹ ਪੰਥ ਦਾ ਦੁਸ਼ਮਣ ਹਾਂਜੀ ਬਾਈ ਸਾਹਿਬ ਲੰਗਰ ਤੂੰ ਹੁਣ ਅੰਦਰ ਤੱਕ ਆ ਗਿਆ ਜੀ ਬੜੀ ਸਿੰਪਲ ਹੈਗੀ ਹੈ ਕਿ ਗੁਰੂ ਸਿੱਖ ਹੈ ਮੇਰੇ ਲਈ ਤੇ ਮੇਰੇ ਲਈ ਸਿਰਫ ਇੱਕ ਹੈ ਮੇਰੇ ਲਈ ਇੱਕੋ ਇੱਕ ਗਾਈਡਿੰਗ ਫੈਕਟਰ ਹੈ ਜਿਵੇਂ ਮੈਂ ਦੱਸਦੇ ਹਾਂ ਮੈਂ ਸਧਾਰਨ ਸਿੱਖ ਦੇ ਤੌਰ ਤੇ ਸਿੱਖ ਰਹਿਤ ਮਰਿਆਦਾ ਉਸਦਾ ਹਾਮੀ ਮੈਂ ਉਹਦਾ ਪ੍ਰਚਾਰ ਕਰ ਸਕਦਾ ਪ੍ਰਸਾਰ ਕਰ ਸਕਦਾ ਮੈਂ ਉਹਦਾ ਵਕੀਲ ਜੇ ਕਿਤੇ ਵਾਇਲੇਸ਼ਨ ਹੋ ਰਹੀ ਹੈ ਅਗਰ ਮੈਂ ਵੀ ਕਰ ਰਿਹਾ ਤੇ ਉਹ ਮੇਰੀ ਗਲਤੀ ਹੈ ਮੈਂ ਉਸਨੂੰ ਨਿਯਮ ਨਹੀਂ ਕਹਿ ਸਕਦਾ ਸਿੱਖ ਰਹਿਤ ਮਰਿਆਦਾ ਬਹੁਤ ਸਪਸ਼ਟ ਕਹਿ ਰਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਕਿਸੇ ਨੂੰ ਵਿਸ਼ੇਸ਼ ਆਸਨ ਨਹੀਂ ਦਿੱਤਾ ਗਿਆ ਆਈ ਥਿੰਕ ਦੈਟ ਆਨਸਰਸ ਇਟ ਅਗਰ ਉਹਦੇ ਵਿੱਚ ਇੱਕ ਫਿਰ ਅੱਗੇ ਤੁਸੀਂ ਕਾਲਮ ਇੱਕ ਹੋਰ ਲਾ ਲਓ ਐਡ ਕਰ ਲਓ ਤੇ ਜਿਹੜੇ ਤੇ ਇੱਥੇ ਉੱਠਦਾ ਹੈ ਤੇ ਜਿਹੜੇ ਹੈਂਡੀਕੈਪਸ ਜੀ ਉਹਨਾਂ ਵਾਸਤੇ ਕੀ ਪ੍ਰੋਵੀਜ਼ਨ ਦੇਖੋ ਇਹ ਫਿਰ ਮੈਂ ਬੇਨਤੀ ਕਰ ਰਿਹਾ ਹਾਂ ਸਮਝ ਗਿਆ ਤੁਹਾਡੀ ਗੱਲ ਮੈਂ ਤੁਹਾਡੀ ਫਿਰ ਕੱਲ ਨੂੰ ਇਹ ਹੁੰਦਿਆਂ ਫਿਰ ਇਹ ਵੀ ਆਏਗਾ ਕਿ ਹਰਿਮੰਦਰ ਸਾਹਿਬ ਦੇ ਵਿੱਚ ਕੀ ਕੀਤਾ ਜਾਏਗਾ ਸੋ ਇਹ ਜਿਹੜਾ ਮਸਲਾ ਮੇਰੇ ਨਾਲ ਨਹੀਂ ਰਿਲੇਟਡ ਜਾਂ ਜਿਹੜਾ ਇੱਥੇ ਨਹੀਂ ਹੈ ਜਿਹੜਾ ਉਸ ਤੇ ਉਹ ਸਾਇਲੈਂਟ ਹੈ ਸੋ ਉਹ ਨਿੱਜੀ ਤੌਰ ਤੇ ਮੈਂ ਉਹਦੇ ਬਾਰੇ ਕੋਈ ਕਮੈਂਟ ਨਹੀਂ ਦੇ ਸਕਦਾ ਦੇਖੋ ਅਗਰ ਤੁਹਾਨੂੰ ਮਸਲਾ ਆ ਰਿਹਾ ਅਗਰ ਕੋਈ ਵਾਕਈ ਹੈਂਡੀਕੈਪ ਹੈ ਤੇ ਉਹਦੇ ਲਈ ਕੀ ਕਰਨਾ ਹੈ ਇਹ ਤੁਸੀਂ ਉੱਥੇ ਜ਼ਰੂਰ ਪੁੱਛ ਸਕਦੇ ਹੋ ਕਰ ਸਕਦੇ ਹੋ ਪਰ ਮੈਂ ਦੇਖਿਆ ਬੜੀ ਵਾਰੀ ਬੜੀ ਜਗ੍ਹਾ ਦੇ ਉੱਤੇ ਜਿੱਥੇ ਥੱਲੇ ਠੀਕ ਬੈਠੇ ਹੈ ਲੰਗਰ ਆ ਕੇ ਜਾਂਦੇ ਉੱਤੇ ਕੁਰਸੀਆਂ ਟੇਬਲ ਤੇ ਬਹਿ ਜਾਂਦੇ ਸੋ ਮੈਂ ਤੁਹਾਨੂੰ ਦੇਖ ਬਾਕੀ ਇੱਕ ਗੱਲ ਮੈਨੂੰ ਇੱਕ ਉਹ ਬੜੀ ਵਧੀਆ ਇੱਕ ਨੇ ਸੁਣਾਈ ਸੀ ਕਹਿੰਦਾ ਜੀ ਕੋਈ ਗਿੱਦੜ ਸੀਗੇ ਤੇ ਕੋਈ ਗਿੱਦੜ ਸੀ ਤੇ ਇੱਕ ਗਿੱਦੜ ਜਿਹੜਾ ਨਾ ਸਭ ਤੋਂ ਉੱਚਾ ਬਹਿੰਦਾ ਸੀ ਕੋਈ ਇੱਟ ਦੇਖ ਲਵੇ ਕੁਛ ਦੇਖ ਲਵੇ ਕੋਈ ਢਾਲ ਜੀ ਦੇਖ ਲਵੇ ਸੋ ਇੱਕ ਨੇ ਕਿਤੇ ਉਹਨੂੰ ਟੁੱਟਾ ਜਿਹਾ ਮੂਹੜਾ ਲਿਆ ਦਿੱਤਾ ਕਹਿੰਦਾ ਤੂੰ ਇਹਦੇ ਤੇ ਬਹਿ ਜਾ ਚੌਧਰੀ ਤੇ ਉਹ ਉਹਦੇ ਤੇ ਬਹਿ ਜਾਏ ਜਿੱਥੇ ਜਾਏ ਉਹ ਮੂਹੜੇ ਨੂੰ ਤੁਰੀ ਚੁੱਕੀ ਫਿਰੇ ਤੋ ਉਹਨਾਂ ਨੇ ਕਿਹਾ ਏਦਾਂ ਕਰ ਤੂੰ ਪੁੱਛਣਾ ਸੀ ਲੈ ਹਰ ਜਗ੍ਹਾ ਚੁੱਕੀ ਫਿਰਦਾ ਉਹਨੇ ਸੀ ਲਿਆ ਉਹ ਕਹਿੰਦਾ ਕੁੱਤੇ ਮਗਰ ਪੈ ਗਏ ਤੇ ਸਾਰੇ ਕੁੱਤੇ ਤੇ ਝਾੜੀਆਂ ਚ ਨਿਕਲਾ ਜਿਹੜੇ ਨਿਕਲਾ ਗਿੱਦੜੇ ਫਸ ਗਿਆ ਵਿੱਚ ਉਹ ਖੈਰ ਬਾਹਰ ਆ ਕਹਿੰਦਾ ਚੌਧਰ ਨਹੀਂ ਆਣ ਦਿੱਤੀ
या फिर मैं ऐसा कुछ दोबारा दस दो जिते नहीं है लोग कोई भी नहीं हैगी आप गल ना करिए सिद्धांतक तौर के मैं जिन्हें एक सवाल से ना मैं गल कर सकता लोकल तो हूँ बड़िया जगह बड़ा बड़ा कुछ हो रहा है देखो अजे तक है नहीं जी लिखी नहीं मैं की कह दरअसल मैं किताब भी लिख रहा है साखी श्री रहत मर्यादा जी की आलमोस्ट कंप्लीट है और काफी वड्डी इनू कोशिश कर रहा मैं जिन्ने सवाल है शेख साधी नूं किसे ने कहा सी कि तू एडा मुफलस है गरीब है तेरी बुरी हालत है ते तू फिर भी मसीद जांदा है ਉਹ ਕਹਿੰਦਾ ਗੱਲ ਇਹ ਜੇ ਮੈਂ ਰਾਸ਼ਨ ਲੈਣਾ ਤੇ ਮੈਂ ਰਾਸ਼ਨ ਦੀ ਦੁਕਾਨ ਤੇ ਜਾਵਾਂਗਾ ਇੱਕ ਦਿਨ ਨਹੀਂ ਮਿਲੇਗਾ ਦੋ ਦਿਨ ਨਹੀਂ ਮਿਲੇਗਾ ਦਸ ਦਿਨ ਨਹੀਂ ਮਿਲੇਗਾ ਜਿੰਨੀ ਦੇਰ ਨਹੀਂ ਮਿਲੇਗਾ ਮੈਂ ਰਾਸ਼ਨ ਦੀ ਦੁਕਾਨ ਤੇ ਜਾਵਾਂਗਾ ਮੋਚੀ ਕੋਲ ਤੇ ਨਹੀਂ ਚਲਾ ਜਾਵਾਂਗਾ ਸੋ ਸਵਾਲ ਹੈ ਕਿ ਅਕਾਲ ਤਖਤ ਸਾਹਿਬ ਨਹੀਂ ਦਿੰਦਾ ਫੈਸਲਾ ਜਾਂ ਨਹੀਂ ਬੋਲਦੇ ਨਹੀਂ ਜਵਾਬ ਦਿੰਦੇ ਜਵਾਬ ਤੇ ਉਸੇ ਨੇ ਦੇਣਾ ਪੈਣਾ ਇਹ ਤੇ ਨਹੀਂ ਕਿ ਮੈਂ ਉਹਨਾਂ ਦੀ ਵਿਆਖ ਤੇ ਦੇ ਦਿਆਂਗਾ ਜਾਂ ਦੂਜੀ ਕਮੇਟੀ ਦੇ ਦੇਗੀ ਸੋ ਇਹ ਨਹੀਂ ਹੋ ਸਕਦਾ ਨਾ ਜੇ ਉਹ ਨਹੀਂ ਦਿੰਦੇ ਜਾਂ ਨਹੀਂ ਕਰਦੇ ਸਾਨੂੰ ਮੁੜ ਮੁੜ ਉੱਥੇ ਹੀ ਜਾਣਾ ਪੈਣਾ ਉਹਦੇ ਲਈ ਕੋਈ ਇਹ ਨਹੀਂ ਕਿ ਅਸੀਂ ਪੈਨਲ ਅਕਾਲ ਤਖਤ ਬਣਾ ਲਈਏ ਇਹ ਨਹੀਂ ਹੋ ਸਕਦਾ बादशाह जिहड़े है ना उह चरोखिया च बैठदे सी ते ऑडियंस थले बैठदी सी पर गुरु ग्रंथ साहिब दा नक्शा बनाउण लग्गिया गुरु अर्जन देव जी ने कमाल कर दित्ती गुरु ग्रंथ साहिब का प्रकाश जमीन ते है ते संगत उत्ते बालकनी च बैठी है देखो कितनी वड्डी गल यानी गुरु ग्रंथ साहिब का प्रकाश जमीन ते है ते संगत जिहड़ी है बालकनी च बैठी है ओ एक गल लिख रहे कहिंदे जे अज दा सिखी उहदा नक्शा बना लैंदा उहदी कपाल क्रिया हो जांदी सी देना गुरु ग्रंथ साहिब दी आज विच ਹੋਰ ਕੋਈ ਸਵਾਲ ਜੀ ਮੇਰਾ ਖਿਆਲ ਹੈ ਵਿਸ਼ੇਸ਼ ਆਸਨ ਦੇ ਨਾਲ ਤੁਸੀਂ ਹਾਂ ਜੀ ਦੱਸੋ ਭਾਈ ਸਾਹਿਬ
ਜੁੱਤੀਆਂ ਪੈਣਗੀਆਂ ਜੁੱਤੀਆਂ ਤੋਂ ਡਰ ਜਿਹੜਾ ਅੱਜ ਕੱਲ ਵਿਵਾਦ ਚੱਲ ਰਿਹਾ ਪ੍ਰਿਥਮ ਭਗੌਤੀ ਵਾਸਤੇ ਅਰਦਾਸ ਦੇ ਉਹਦੇ ਲਈ ਆਪ ਜੀ ਨਹੀਂ ਪ੍ਰਿਥਮ ਭਗੌਤੀ ਵਾਸਤੇ ਪਹਿਲਾਂ ਵੀ ਮੈਂ ਇਹੋ ਨਹੀਂ ਆਪਾਂ ਕਿੱਥੇ ਕੀਤਾ ਸੀ ਨਹੀਂ ਆਪਾਂ ਅਰਦਾਸ ਚ ਆਪਾਂ ਰੋਜ਼ ਯੂਜ਼ ਕਰਦੇ ਹਾਂ ਪਰ ਕਈ ਅੱਜ ਕੱਲ ਵਿਵਾਦ ਇਹ ਹੈ ਕਿ ਇਹ ਯੂਜ਼ ਨਹੀਂ ਕਰਨਾ ਚਾਹੀਦਾ ਕਈ ਲੋਕ ਜਿਹੜੇ ਜਿਹੜਾ ਛੋਟਾ ਸਿੰਪਲ ਚਾਹੀਦਾ ਹੈ ਕਿ ਪੂਰਾ ਡਿਟੇਲ ਚਾਹੀਦਾ पर जेकर 100 बंदे गलत कर रहे अगर एक सही है वह सही जो सही रहना है सिखिज्म जो गिनती के उ नहीं हो सकता 101 गदा 100 शेरा से राज कर रहा है जेकर गिणती गुरु गोबिंद साहब के सिख भी विदावा दे गए रिश्तेदार छड़ गए बिरादरी छड़ गई गुरु गोबिंद साहब कले सी असूल नहीं बदली हो गए कला सिख रह जाएगा असूल हो ही रहेगा गिणती ना लगा कोई फर्क नहीं अच्छा जी एक बेनती हो रहा है मतलब सारा जी पहली रैली मंगा वेले की लहर पड़ी जाती है मेरी जी अपरूवल लिया गुरु राम नारायण सिंह दर्दी सिंह कवि कविता पढ़न गए ते प्रधान साहब कहंदे जी कहंदे असीं हर बार इन्हां नूं सद्दीदा ते हर बार पुरानी कविता जिहड़ी है ना इह सुणा के चले जांदे आ ਐਤਕੀ ਅਸੀਂ ਇਹਨਾਂ ਨੂੰ ਪੈਸੇ ਤਾਂ ਦੇਵਾਂਗੇ ਜੇ ਨਵੀਂ ਕਵਿਤਾ ਸੁਣਾਣਗੇ ਰਾਮ ਨਾਰਾਇਣ ਸਿੰਘ ਦਰਦੀ ਕਹਿੰਦੇ ਮੈਂ 9 ਸਾਲ ਤੋਂ ਆ ਰਿਹਾ ਤੁਸੀਂ ਹਰ ਵਾਰੀ ਪ੍ਰਧਾਨ ਪੁਰਾਣਾ ਖੜਾ ਕਰ ਦਿੰਦੇ ਹੋ ਤੁਸੀਂ ਪ੍ਰਧਾਨ ਪੁਰਾਣਾ ਖੜਾ ਕਰ ਕਵਿਤਾ ਨਵੀਂ ਸੁਣਾਵਾਂਗੇ ਪ੍ਰਧਾਨ ਬਦਲਦਾ ਰਹੇਗਾ ਚੰਗਾ जलाज लखानी लोकी की कहंदे खान खसमां नूं मन माने लोग ना भतीजे ना भतीजे तो क्या कीजे मन मान गया गल खत्म होई लोकी मनदे कि नहीं मनदे बाकी मैं कह सी जो कमेटी पावर जिहड़ी कमेटी होंदी है वो अपने अपने हिसाब नाल करदी है यू कैन डिबार एनीबडी जिहड़ा के उस फायदे दे अंदर ज
ਜੇ ਡਿਸਟਰਬੈਂਸ ਕਰਦਾ ਹੈਗਾ। ਅੱਛਾ ਭਗਵਤੀ ਦਾ ਕਿਹਨਾਂ ਨੇ ਸਵਾਲ ਕੀਤਾ ਸੀ? ਹਾਂਜੀ ਉਹ ਜਿਹੜੇ ਹਾਂਜੀ ਭਗਵਤੀ ਇਸ ਤਰ੍ਹਾਂ ਵੀਰ ਮੈਂ ਭਗਵਤੀ ਦੇ ਬਾਰੇ ਬੜੀ ਸਪਸ਼ਟ ਹੈ ਸਿੱਖ ਰਹਿਤ ਮਰਿਆਦਾ ਦੇ ਵਿੱਚ ਭਗਵਤੀ ਜਿਹੜੀ ਹੈ ਉਹਦੇ ਵਿੱਚ ਲਿਖਿਆ ਕਿ ਅਰਦਾਸ ਦੀ ਜਿਹੜੀ ਅਰਦਾਸ ਦਾ ਚੈਪਟਰ ਹੈ ਉਹਦੇ ਵਿੱਚ ਅਰਦਾਸ ਸ਼ੁਰੂ ਹੁੰਦੀ ਹੈ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕਿਤੇ ਵਾਰ ਸ੍ਰੀ ਭਗਵਤੀ ਜੀ ਕੀ ਉੱਥੋਂ ਸ਼ੁਰੂ ਹੋ ਕੇ ਤੇ ਅਖੀਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਕਾ ਭਲਾ ਤੱਕ ਹੈ। ਔਰ ਉਹਦੇ ਚ ਇੱਕ ਨੋਟ ਦਿੱਤਾ ਹੋਇਆ ਕਿ ਜਿਹੜੀ ਪਹਿਲੀ ਤੁਕ ਹੈ ਭਗਵਤੀ ਦੀ ਵਾਰ ਵਾਲੀ ਉਹ ਭਗਵਤੀ ਦੀ ਵਾਰ ਤੋਂ ਲੈ ਕੇ ਔਰ ਜਿਹੜਾ ਅਖੀਰ ਨਾਨਕ ਨਾਮ ਚੜ੍ਹਦੀ ਕਲਾ ਇਹ ਦੋਨਾਂ ਵਿੱਚ ਕੋਈ ਤਬਦੀਲੀ ਨਹੀਂ ਹੋ ਸਕਦੀ ਕਿਉਂਕਿ ਗੁਰਬਾਣੀ ਹੁਣ ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕਵੀ ਹੋਏ ਹੈ 52 ਕਵੀ ਸੀਗੇ ਸਾਰਿਆਂ ਦੀਆਂ ਰਚਨਾਵਾਂ ਤੁਹਾਨੂੰ ਮਿਲਦੀਆਂ ਪੰਜਾਬੀ ਯੂਨੀਵਰਸਿਟੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਛਾਪੀ ਹੈ ਪਰ ਉਹਨਾਂ 'ਚ ਇੱਕ ਯੂਨੀਕ ਚੀਜ਼ ਹੈ ਹਰ ਉਸ ਦੇ ਵਿੱਚ ਜਿੰਨੇ ਕਵੀ ਹੈ ਸਾਰਿਆਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਉਸਤਤ ਕੀਤੀ ਹੈ ਮੰਗਲ ਉਹਨਾਂ ਦਾ ਕਹਿੰਦਾ ਦੇਖੋ ਬੜੀ ਕਮਾਲ ਦੀ ਗੱਲ ਹੈ ਜਿਸ ਕਵੀ ਨੇ ਵੀ ਜੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਦਾ ਜ਼ਿਕਰ ਕਰ ਰਹੇ ਹਾਂ ਤੇ ਉਹ ਵੀ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਆਕਰਾ ਬਜੂਰ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਉਸਤਤ ਵਿੱਚ ਕੀਤਾ ਹੈ ਜੇ ਸੈਨਾਪਤੀ ਹੈ ਉਹ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਉਸਤਤ ਵਿੱਚ ਕਹਿ ਰਿਹਾ ਜੇ ਵਰਿੰਦ ਕਵੀ ਹੈ ਉਹ ਵੀ ਗੁਰੂ ਗੋਬਿੰਦ ਸਿੰਘ ਉਸਤਤ ਵਿੱਚ ਕਹਿ ਰਿਹਾ ਜਿਸ ਕਵੀ ਨੇ ਇਹ ਗੱਲ ਕੀਤੀ ਹੈ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਉਸਤਤ ਵਿੱਚ ਕੀਤੀ ਹੈ ਪਰ ਵਾਰ ਸ੍ਰੀ ਭਗਵਤੀ ਜੀ ਕੀ ਵਿੱਚ ਨੌ ਗੁਰੂ ਸਾਹਿਬ ਦਾ ਜ਼ਿਕਰ ਆ ਰਿਹਾ ਜਿਹੜੀ ਵਾਰ ਸ੍ਰੀ ਭਗਵਤੀ ਜੀ ਕੀ ਤੁਸੀਂ ਓਰਿਜਨਲ ਵੇਖੋਗੇ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪੌੜੀ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਿ ਗੋਬਿੰਦੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਜਾਏ ਤੇਗ ਬਹਾਦਰ ਸਿਮਰੀਏ ਕਰ ਨਾਉ ਨਿਧਿ ਆਵੇ ਤਾਏ ਸਭ ਥਾਈ ਹੋਏ ਸਹਾਏ ਇਹ ਖਤਮ ਹੋ ਜਾਂਦੀ ਹੈ ਪੌੜੀ ਹੁਣ ਜੇਕਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕਿਸੇ ਕਵੀ ਨੇ ਲਿਖੀ ਹੁੰਦੀ ਸੋ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਾਂ ਜ਼ਰੂਰ ਮੈਂਸ਼ਨ ਕਰੋ ਬੜੀ ਸਿੰਪਲ ਔਰ ਇਹ ਜਿਹੜੀ ਵਾਰ ਸ੍ਰੀ ਭਗਵਤੀ ਜੀ ਕੀ ਦੀ ਪਹਿਲੀ ਪੌੜੀ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਜਿਹੜਾ ਲਾਇਬ੍ਰੇਰੀ ਵਾਲਾ ਜਿਹੜੀ ਬਾਈ ਹੈ ਉਸਦੇ ਉੱਤੇ ਮਹਿਰਾਬ ਦੇ ਉੱਤੇ ਪੂਰੀ ਦੀ ਪੂਰੀ ਸੋਨੇ ਦੇ ਪੱਤਰੇ ਵਿੱਚ ਚੜੀ ਹੋਈ ਹੈ ਇਹ ਲਿਖੀ ਹੋਈ ਇਹ ਜਿਹੜੀ ਹੈਗੀ ਰਹਿ ਗਈ ਗੱਲ ਭਗਵਤੀ ਮੈਂ ਜ਼ਿਕਰ ਕਰ ਰਿਹਾ ਸੀ ਕਿ ਜਿਹੜੇ ਲਿਟਰੇਚਰ ਹੁੰਦਾ ਉਹ ਉਹਦੇ ਵਿੱਚ ਕਦੀ ਵੀ ਇੱਕ ਅਰਥ ਨਹੀਂ ਹੁੰਦਾ ਨੰਬਰ 1 ਨੰਬਰ 2 ਅਰਥ ਬਦਲਦੇ ਹੈ ਸਮੇਂ ਨਾਲ ਬਦਲਦੇ ਹੈ ਅਰਥ ਵੀ ਬਦਲੀ ਹੁੰਦੇ ਹੁਣ ਇੱਕ ਲਫ਼ਜ਼ ਗੁਰਬਾਣੀ ਦੇ ਵਿੱਚ ਆਇਆ ਕਿ ਬਕੋ ਹੁਣ ਅੱਜ ਕਿਸੇ ਨੂੰ ਕਹੀ ਜਾਏ ਬਕੋ ਤੇ ਬੜਾ ਪਗਾ ਪੈ ਜਾਏਗਾ ਖੁਸ਼ੀ ਵਾਲੀ ਬਕੋ ਪਰ ਗੁਰੂ ਗ੍ਰੰਥ ਸਾਹਿਬ ਵਿੱਚ ਹੈਗਾ ਠੀਕ ਹੈ ਹੁਣ ਕਰਤੂਤ ਅੱਜ ਅਸੀਂ ਕਰਤੂਤ ਜਿਹੜਾ ਉਹ ਭੈੜੇ ਸੈਂਸ ਲੈਂਦੇ ਹਾਂ ਗੁਰਬਾਣੀ ਵਿੱਚ ਕਰਤੂਤ ਚੰਗੇ ਅਰਥ ਵਿੱਚ ਵੀ ਹੈ ਭਾਈ ਮਨੀ ਸਿੰਘ ਜੀ ਨੇ ਕਿਹਾ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਭਾਈ ਗੁਰਦਾਸ ਜੀ ਨੇ ਜਿਹੜੀ ਵਾਰ ਲਿਖੀ ਹੈ ਉਹਦੇ ਸਿੱਖਾਂ ਦੇ ਨਾਮ ਤਾਂ ਲਿਖੇ ਹੈ ਪਰ ਉਹਨਾਂ ਦੀ ਕਰਮ ਕਰਤੂਤ ਬਾਰੇ ਨਹੀਂ ਪਤਾ ਸੋ ਕਹਿਣ ਦਾ ਭਾਵ ਹੈ ਕਿ ਸ਼ਬਦ ਜਿਹੜਾ ਨਾ ਡਿਕਸ਼ਨ ਜਿਹੜੀ ਲਿਟਰੇਚਰ ਹੈ ਇਹਦੀ ਵੋਕੈਬਲਰੀ ਇਹਦੀ ਸ਼ਬਦਾਵਲੀ ਬਦਲਦੀ ਹੈ ਗੇ ਲਫ਼ਜ਼ ਹੈ ਅੱਜ ਤੋਂ 20 ਸਾਲ ਪਹਿਲੇ ਗੇ ਦਾ ਅਰਥ ਜਿਹੜਾ ਖੁਸ਼ ਹੁੰਦਾ ਸੀਗਾ ਗੇ ਲਾਰਡ ਰੈਸਟੋਰੈਂਟ ਦਿੱਲੀ ਚ ਹੈਗਾ ਅੱਜ ਗੇ ਦਾ ਅਰਥ ਸਮਲੈਂਗਿਕ ਹੋ ਗਿਆ ਹੋਮੋਸੈਕਸ਼ੁਅਲ ਹੋ ਗਿਆ ਸੋ ਅਰਥ ਬਦਲਦੇ ਹੈ ਜਿਹੜਾ ਲਿਟਰੇਚਰ ਹੈ ਇੱਕ ਬੜਾ ਅੱਛਾ ਹਿੰਦੀ ਦਾ ਇੱਕ ਦੋਹਰਾ ਹੈ ਹਰ ਗਰਜਨ ਸੁਨ ਹਰ ਬੋ ਲੇਲਾ ਹਰ ਕੇ ਬਚਨ ਸੁਨ ਹਰੀ ਚ ਲੇਲਾ ਹੁਣ ਹਰੀ ਦੇ ਵੱਖਰੇ ਵੱਖਰੇ ਅਰਥ ਹੈ ਹਰੀ ਦਾ ਅਰਥ ਬਾਂਦਰ ਵੀ ਹੈ ਕੁੱਤਾ ਵੀ ਹੈ ਘੋੜਾ ਵੀ ਹੈ ਹਰੀ ਦਾ ਅਰਥ ਰੱਬ ਵੀ ਹੈ ਹਰੀ ਦਾ ਅਰਥ ਵਿਸ਼ਨੂੰ ਵੀ ਹੈ ਹਰੀ ਦਾ ਅਰਥ ਕਈ ਅਰਥ ਹੈ ਹੁਣ ਉਹ ਕਹਿ ਰਿਹਾ ਹਰ ਗਰਜਨ ਸੁਨ ਹਰ ਬੋ ਲੇਲਾ ਹਰ ਕੇ ਬਚਨ ਸੁਨ ਹਰੀ ਚਲੇਲਾ ਬਦਲਾਂ ਦਾ ਗਰਜਣਾ ਸੁਣ ਕੇ ਡੱਡੂ ਬੋਲਣੇ ਸ਼ੁਰੂ ਹੋ ਗਏ ਡੱਡੂਆਂ ਦਾ ਬੋਲਣਾ ਸੁਣ ਕੇ ਸੱਪ ਸ਼ੁਰੂ ਹੋ ਗਏ ਹੁਣ ਜਿਸ ਬੰਦੇ ਨੂੰ ਨਹੀਂ ਸਮਝ ਆਏਗੀ ਉੱਥੇ ਕਹੇਗਾ ਕਿ ਫਜ਼ੂਲ ਜੀਆਂ ਗੱਲਾਂ ਹੈ ਠੀਕ ਹੈ ਸਿਮੀਲਰਲੀ ਜਦੋਂ ਗੁਰੂ ਸਾਹਿਬ ਵੀ ਲਿਖ ਰਹੇ ਹੈ ਇੱਕੋ ਸ਼ਬਦ ਦੇ ਵਿੱਚ ਇੱਕ ਜ਼ਿਕਰ ਕਰ ਰਹੇ ਹੈ ਕਿ ਪਦਮਾਪਤ ਪਦਮਾਪਤ ਜਿਹੜਾ ਡਿਕਸ਼ਨਰੀ ਵਿੱਚ ਵਿਸ਼ਨੂੰ ਹੈ ਹੁਣ ਗੁਰੂ ਸਾਹਿਬ ਲਿਖ ਰਹੇ ਹੈ ਕਾਹੇ ਕੋ ਡੋਲਤ ਹੈ ਤੂੰ ਮਰੀਸ ਸੁੰਦਰ ਸ੍ਰੀ ਪਦਮਾਪਤ ਲੈ ਤੂੰ ਕਿਉਂ ਡੋਲਦਾ ਹੈ ਪਦਮਾਪਤ ਤੇਰੀ ਰੱਖਿਆ ਕਰੇਗਾ ਹੁਣ ਇੱਥੇ ਪਦਮਾਪਤ ਦਾ ਅਰਥ ਵਾਹਿਗੁਰੂ ਹੋ ਗਿਆ ਅਗਲੀ ਲਾਈਨ 'ਚ ਲਿਖ ਰਿਹਾ ਬਾਹਰ ਨਾ ਪਾਏ ਸਕੇ ਪਦਮਾਪਤ ਵੇਦਕ ਦੇਵੇ ਵੇਦ ਉਚਾਰੇ ਪਦਮਾਪਤ ਨੂੰ ਕੀ ਪਤਾ ਵਾਹਿਗੁਰੂ ਕੀ ਚੀਜ਼ ਹੈਗੀ ਹੈ ਸੋ ਜਿੰਨੀ ਦੇਰ ਤੱਕ ਕੰਟੈਕਸਟ ਦਾ ਨਹੀਂ ਪਤਾ ਹੋਏਗਾ ਉਹ ਵੱਖਰੇ ਅਰਥ ਹੋਣਗੇ ਹੁਣ
गुरु साहब ने भी क्योंकि लिटरेचर जिहड़ा सी ओह कमाल दा सी, जिस तरह अज भी एक लाइन पढ़ी सी, सिख जो तिहारे सो तो संगया मैं सिंह बयो, समर में सिंह बयो जग में। हे गुरु गोबिंद सिंह साहब तुहाडी बाणी पढ़ के तिहारी बानी श्री मन गोबिंद सिंह शेर में साध मन, साध में शेर मन, दो पग देखियत आप ही के मग में। हे गुरु गोबिंद सिंह साहब तुहाडी बाणी पढ़ के शेर हिरदे साधु बन गए, साधु हिरदे शेर बन गए, ये दोनों जेडे मग है, ये दोनों रस्ते तुहाडी बाणी विच है। जेडे पढ़ के कहिंदे तेरी बाणी दे बाद सिख जो तिहारे सो तो संगया में सिंह भयो, वह बई नेम करके संगया भी सिंह बन गए, और सिंह जो संगया में सिंह भयो, समर में सिंह भयो, समर कहते मैदाने जंग ओ मैदानी जंग विच भी शेर बन गए, सो सिंह भयो जंग में ओ दुनिया दे विच भी शेर हो गए। इको लफज नूं तीन अर्थां च भगौती दे तीन अर्थ गुरु साहब ने किए। भगौती का अर्थ अकाल पुरख भी किया, भगौती का अर्थ श्री साहब भी किया, भगौती का अर्थ दुर्गा भी किया। पर जे अगर कंटेक्सट ते बाहर जाएगी फिर गल नहीं समझ आएगी। जिस तरह जितों रब दे रूप विच कदों किया श्री भगौती जी सहाय, तैही दुर्गा साज के दैता दा नाश कराया। हुण जदों दुर्गा खुद भगौती ना, पर भगौती ना नहीं है, गुरु साहब ने सारे दे सारे ना वरतले, कहूं मंगला मिरणानी, कहूं श्याम, कहूं सेत हो, कहूं मतलब मंगला मिरणानी सारे भगौती दे नाम, दुर्गा दे नाम, पर गुरु साहब अकाल उस्ताद जी वरत रहे हैं, कहूं मंगला मिरणानी, कहूं श्याम, कहूं सेत हो। सो वह कह रहे हैं कि हे भगौती तू दुर्गा नूं बणाया, तैही दुर्गा साज के दैतां दा नाश कराया, तैथों ही बल राम लै नाल बाणा दा सरकाया। इहदा मतलब राम नूं बणाउण वाली भी वह भगौती है जिस नूं श्री भगौती जी सहाय कह रहे हैं। तैथों ही बल कृष्ण लै कंस केसी पकड़ गिराया, तेरे कोलों ताकत लैके तू कीता। हुण जदों दूसरे पासे उस भगौती दा जिक्र कर रहे हैं ते फिर वह लै रहे हैगे है कि भगौती ने दुर्गा दुर्गा ने भगौती चुक के राजे शुंभ नूं मारी लई, भगौती दुर्ग शाह वरजागन भारी मारी, राजे शुंभ नूं रख दीए प्यारी। इत्थे भगौती दा तलवार हो गया, श्री साहब हो गया कि भगौती ने, और गुरु साहब इस नूं क्लीयर भी कर दिंदे है, यह भगौती जदों किसी के अंदर वड़ती है बाहर इदा आके निकलती है जिमें एक दे दो कर दिंदी है, तो इदा लगती है जिमें कोई नवी व्याही दुल्हन लाल साड़ी पा के आई, और नाल अगली लाइन बड़ी कमाल दी कहंदे है कि यह भगौती जिहड़ी है कहंदे नमो श्री भगौती बटैली सरोई, नाओ भगौती लोह कड़ाया, यह लोहे चो कट के बनाई है भगौती। सो दैट मेक्स दी सेंस क्लीयर। पहले दे विच अकाल पुरख कहता, इत्थे ये कहता, तीजे च कह दिता यह दुर्गा भी जिहड़ी है उहनूं भी भगौती जिहड़ा कहा गया है। सो जद तक सानूं कंटेक्सट समझ नहीं आएगा ते जे कोई इको लफज लै रहेगा भगौती मैंने दुर्गा या देवी, सो की कहा जाएगा जदों दुर्गा ने भगौती चुक के मारी लई भगौती दुर्ग शाह वरजागन भारी, ते की भगौती ने भगौती नूं देवी नूं चुक के थोड़ी मारिया किसी ने। सो इस करके इसे करके परथरी हरी ने बड़ी सोहनी गल कही है कि वह बंदे जिन्हां नूं साहित्य की और संगीत की समझ नहीं है वह प्रतख इस धरती के उत्ते बगैर सिंह और बगैर पूछ वाले जानवर है। सो गुरु गोबिंद सिंह साहब की बाणी जिहड़ी है बहुत पोटेंट है, बड़ी पावरफुल है, और पूरी दी पूरी दसम बाणी दे विच, पूरी बाणी दे विच किधरे भी एक लफज भी, दो गल्लां मैं तुहानूं स्पष्ट कर दिया बड़िया क्लीयर कर दिया, पूरी दी पूरी दसम बाणी दे विच किधरे भी गुरु गोबिंद सिंह साहब की उस्तत विच एक लफज भी नहीं है, एक भी स्टैंजा नहीं है, पूरी बाणी दे विच। नंबर दो, पूरी दी पूरी दसम ग्रंथ दे विच, पूरी दी पूरी गुरु गोबिंद सिंह साहब की रचना दे विच एक भी लफज नहीं है जे किसे अकाल पुरख के सिवा किसे होर दी आराधना या उसकी पूजा की गल हो। पूरी दी पूरी दसम बाणी दे विच एक भी लफज जिहड़ा है उन्हां अवतारां दी, उन्हां दी कथानक दी, जिवें गुरु ग्रंथ साहिब विच भी लिखिया है गावन तुदनों इंद इंद्रासन बैठे देवत्या दरनाले, गावन तुदनों सिद्ध समाधि अंदर, गावन तुदनों साध विचारे, गावन तुदनों सही तुदनों गावन ज्योत पावन। अकाल पुरख तैनूं चंगे लगदे है, उह मान सिंह चौहान कहिंदे सी इह जिन्ने हैगे है देवी देवते सारे उत्ते इकट्ठे हो जाण, लड़ पैण एक दूजे दा सिर पाड़ दे, कहिंदा मैं खसमा गाणा कौन हुंदा इहनां बारे बुरा भला कहिण वाला। एक स्तुति हुंदा, एक उस्तत हुंदा,
स्तुति करनी किसी की उस्तत करनी। गुरु साहब अज तुसी कोई दो लड़ाइयां हो रही हैं, तुसी किसी का योद्धा का युद्ध कला का वर्णन करो, दो भरवान लड़ रहे हैं तुसी उन्हां दी उस्तत करो, पर वो उस्तत है स्तुति नहीं है, आराधना नहीं है। दोनों चो जिनी देर सानू समझ नहीं आएगी तो जिवें सानू ये नहीं कि किसी नू वो सलाम करता किसी नू कोई सत्कार दे दिता तो असी कोई हुण जे गुरु साहब जेकर अज सिख अगर वह हसन हुसैन की लड़ाई का जिक्र करते हैं जे अला यार खां जोगी रहमानी चमकौर की जंग की तारीफ करता है वह सिख तो नहीं बन गया। अगर वह गुरु साहब की उस्तत कर रहे हैं, अगर तारीफ कर रहे हैं उन्होंने तेग की उन्होंने तलवार की उन्होंने युद्ध की उसकी तारीफ कर रहे हैं वह गोद नहीं बन गया। हुण जेकर यूएनओ ने सारागढ़ी की मैमोरियल सारागढ़ी की लड़ाई का जिक्र अपने उदे अंकित किया वह सिख तो नहीं बन गए। सो किसी योधे जिहड़े संसार दे विचों विचर रहे हैं जे अगर उन्हां दा जिक्र कर रहे हैं तो इस करके उहदा कोई नहीं बन जाता। मैं वो जिहड़ा सवाल इहदे रिलेटिड सी मैं क्लीयर कर दिया इहदे नाल ही हैगा कि परमात्मा दे दो रूप गुरु साहब ने वर्णन किए, अकाल रूप है जदों के वह निर्गुण रूप दे विच संसार विच विचरदा है। आप ही ने आप साजियो आप ही ने रचियो नाउ तू ही कुदरत साजिए कर आसन डिठो जा। उहदा कोई कोई रंग नहीं कोई दुश्मन नहीं कोई है नहीं कोई कुछ नहीं, पर जो सरगण स्वरूप होके वरतद फिर अकाल पुरख देव दैत जछन उग जायो वह देवते भी पैदा करता है राक्षस भी पैदा करता है। असि रोज पढ़ते हैं देव दैत जन फिर वह चानण भी पैदा करता है फिर हनेरा भी पैदा करता है फिर वह चंगिया औरतां भी पैदा करता है फिर गुरु ग्रंथ साहिब कहिंदा है फिर वह भी पैदा करता है जिन्हां बारे कहा चोरां जारां रंडियां कुटणियां दी बाण वेदीना की दोस्ती वेदीना का खान वह भी पैदा करता है। ਇਹ ਸਾਰੇ ਕਰੈਕਟਰ ਫਿਰ ਹੈ ਤੇ ਅਲਟੀਮੇਟਲੀ ਵਾਹਿਗੁਰੂ ਦੀ ਸਿਰਜਣਾ ਬਣਾਏ ਉਸਨੇ ਹੈ। ਪਰ ਸਿੱਖਾਂ ਨੇ ਪੁੱਛਿਆ ਸੀ ਸੱਚੇ ਪਾਤਸ਼ਾਹ ਗੁਰੂ ਸਾਹਿਬ ਨੇ ਕਿਉਂ ਬਣਾਏ ਦੇਵਤੇ ਕਿਉਂ ਬਣਾਏ, ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਦੈਂਤਾਂ ਦਾ ਨਾਸ਼ ਕਰਨ ਲਈ। ਫਿਰ ਸਿੱਖਾਂ ਨੇ ਇੱਕ ਛੋਟਾ ਜਿਹਾ ਸਵਾਲ ਕੀਤਾ ਜੇ ਦੈਂਤ ਮਾਰਨੇ ਸੀ ਜੇ ਦੈਂਤ ਖਤਮ ਕਰਨੇ ਸੀ ਫਿਰ ਦੈਂਤ ਬਣਾਏ ਕਿਉਂ, ਜਿਹੜੀ ਚੀਜ਼ ਤੁਸੀਂ ਤੋੜਨੀ ਹੈ ਫਿਰ ਬਣਾਉਣ ਦੀ ਕੀ ਲੋੜ ਪੈ ਗਈ। ਇਹ ਹੈ ਰਚਨਾ ਦਾ ਮੇਨ ਜੇ ਕਾਰਨ ਸਮਝ ਆ ਜਾਏ। गुरु साहब कहते हैं कि देवत्या का कमंड तोड़ जे रावण ना हुंदा जे रावण ना हुंदा ते फिर रोवे राम निकाला भया नहीं सी होना, जे औरंगजेब ना हुंदा ना चमकौर की जंग होनी सी ना सरहंद होनी सी ना कुछ होर होना सी कुछ भी नहीं सी होना। सो यह जिहड़ी है अगमी रचना खेड उस वाहिगुरु की है ਤਾਂ ਕਰਕੇ ਹਜ਼ੂਰ ਕਹਿੰਦੇ ਆ ਬਾਬੇ ਕੇ ਬਾਬਰ ਕੇ ਦਊ ਆਪ ਕਰੇ ਪਰਮੇਸ਼ਰ ਸੋ। ਉਹਨਾਂ ਨੂੰ ਪੁੱਛਿਆ ਦੇਵਤੇ ਤਾਂ ਬਣਾਏ ਕਿ ਦੈਂਤਾਂ ਦਾ ਨਾਸ਼ ਕਰਨ ਲਈ, ਦੈਂਤ ਤਾਂ ਬਣਾਏ ਦੇਵਤਿਆਂ ਦਾ ਕਮੰਡ ਤੋੜਨ ਲਈ, ਪਰ ਨਾਲ ਗੁਰੂ ਸਾਹਿਬ ਨੇ ਕਹਿਤਾ ਨਾ ਕੋਈ ਦੇਵਤਾ ਹੈ ਤੇ ਨਾ ਕੋਈ ਦੈਂਤ ਹੈ। ਦਰਅਸਲ ਇਹ ਸਾਡੇ ਮਨ ਦੀਆਂ ਬਿਰਤੀਆਂ ਹੈ। ਦੇਵ ਕਰਮ ਜੇ ਪੁਰਖ ਕਮਾਵੇ ਨਾਮ ਦੇਵਤਾ ਜਗਤ ਕਹਾਵੇ, ਕੁਕ੍ਰਿਤ ਕਰਮ ਜੇ ਜਗ ਮੇ ਕਰਨੀ ਨਾਮ ਅਸੁਰਤੇ ਕੋ ਸਬਦ ਨਹੀਂ। ਗੁਰੂ ਗੋਬਿੰਦ ਸਿੰਘ ਸਾਹਿਬ ਚਰਿਤ੍ਰੋਪਾਖਿਆਨ ਦੇ ਵਿੱਚ ਇੱਕ ਲਾਈਨ ਕਮਾਲ ਦੀ ਅੰਕਤ ਕਰ ਰਹੇ, ਕਮਾਲ ਦੀ ਲਾਈਨ ਹੈ। ਉਸ ਲਾਈਨ ਦੇ ਵਿੱਚ ਉਹ ਕਹਿੰਦੇ ਹੈ ਕਿ ਕਿਧਰੇ ਤੇ ਦੇਵਤਿਆਂ ਨੇ ਦੈਂਤਾਂ ਨੂੰ ਮਾਰ ਦਿੱਤਾ, ਕਿਧਰੇ ਦੈਂਤਾਂ ਨੇ ਦੇਵਤਿਆਂ ਨੂੰ ਮਾਰ ਦਿੱਤਾ। ਇਹ ਦੋਨੋਂ ਇੱਕ ਦੂਜੇ ਨੂੰ ਇਸ ਤਰ੍ਹਾਂ ਮਾਰਦੇ ਪਏ ਆ ਜਿਵੇਂ ਮੁਸਲਮਾਨ ਹਿੰਦੂਆਂ ਨੂੰ ਮਾਰਦੇ ਪਏ। ਇਹ ਪੋਲੀਟੀਕਲ ਬਾਣੀ ਹੈ, ਇਹ ਬੜੀ ਜ਼ਬਰਦਸਤ ਪੋਲੀਟੀਕਲ ਸਟੇਟਮੈਂਟ ਹੈ ਗੁਰੂ ਸਾਹਿਬ ਦੇ ਵੇਲੇ ਦੀ। ਚਰਿਤ੍ਰੋ ਬਖਿਆਨ ਕਹਿੰਦੇ ਕਿਧਰੇ ਤੇ ਦੇਵਤੇ ਦੈਂਤਾਂ ਨੂੰ ਮਾਰ ਰਹੇ ਹੈ, ਕਿਧਰੇ ਦੈਂਤ ਦੇਵਤਿਆਂ ਨੂੰ ਮਾਰ ਰਹੇ ਹੈ, ਦੋਨੋਂ ਇੱਕ ਦੂਜੇ ਨੂੰ ਇੱਦਾਂ ਮਾਰ ਰਹੇ ਜਿਵੇਂ ਮੁਸਲਮਾਨ ਹਿੰਦੂਆਂ ਨੂੰ ਮਾਰਦੇ ਪਏ। ਠੀਕ ਹੈ, ਤੇ ਗੁਰੂ ਸਾਹਿਬ ਕਹਿੰਦੇ ਫਿਰ ਅਗਲੀ ਲਾਈਨ ਕਹਿੰਦੇ ਆ ਦੇਵ ਦੈਤ ਜਿੰਨ ਦੋ ਸੰਘਾਰਾ, ਫਿਰ ਜਿਸ ਸ਼ਕਤੀ ਨੇ ਦੇਵਤੇ ਤੇ ਦੈਤ ਦੋਨਾਂ ਨੂੰ ਮਾਰ ਦਿੱਤਾ ਸੋ ਪੁਰਖ ਪ੍ਰਤਪਾਲ ਹਮਾਰਾ। ਮੈਂ ਤਾਂ ਉਹਨੂੰ ਮੰਨਾਂਗਾ ਜਿਹਨੇ ਦੇਵਤੇ ਤੇ ਦੈਤ ਦੋਨੋਂ ਹੀ ਖਤਮ ਕਰ। ਸੋ ਇਹ ਜਿਹੜਾ ਕੰਸੈਪਟ ਹੈ ਸੀ ਨਾ ਜਦੋਂ ਅਕਾਲ ਪੁਰਖ ਸਰਗਣ ਸਰੂਪ ਵਿੱਚ ਵਿਚਰਦਾ ਹੈ, ਇਹ ਵੀ ਸਾਰੀ ਅਕਾਲ ਪੁਰਖ ਦੀ ਰਚਨਾ ਹੈ। ਦੋ ਪਾਰਟੀਆਂ ਬਣਾ ਲੜਾ ਵੀ ਰਿਹਾ, ਉਹ ਜਿਹੜਾ ਰੂਪ ਹੈ ਨਮੋ ਕਲੇ ਕਰਤਾ ਉਹਨੂੰ ਨਮਸਕਾਰ ਕਰਦਾ ਜਿਹੜਾ ਇੰਨੀਆਂ ਲੜਾਈਆਂ ਪਵਾਉਂਦਾ, ਉਸ ਨੂੰ ਕਰਦਾ ਜਿਹੜਾ ਅੰਧੇਰੇ ਦਾ ਵੀ ਉਸ ਤੋਂ ਵੱਡਾ ਨਹੀਂ ਹੈ। ਹੁਣ ਦੇਖੋ ਜਿਹੜਾ ਬੰਦਾ ਜਿਸ ਚੀਜ਼ ਤੋਂ ਡਰਦਾ ਹੈ ਉਸੇ ਚੀਜ਼ ਨਾਲ ਡਰਾਓਗੇ ਨਾ। ਹੁਣ ਤੁਸੀਂ ਕਿਸੇ ਔਰੰਗਜ਼ੇਬ ਨੂੰ ਗੁਰੂ ਸਾਹਿਬ ਜਪਜੀ ਸਾਹਿਬ ਦਾ ਪਾਠ ਕਰਦੇ ਨਹੀਂ ਸਮਝਾ ਸਕਦੇ ਸੀ, ਉਹਨੂੰ ਕਿਸ ਚੀਜ਼ ਨਾਲ ਉਹਨਾਂ ਨੇ ਸਮਝਾਇਆ, ਉਹਨੂੰ ਕਿਹੜੀ ਚੀਜ਼ ਨਾਲ ਸਮਝਾਇਆ। ਇਸ ਕਰਕੇ ਗੁਰੂ ਸਾਹਿਬ ਵੀ ਕਹਿੰਦੇ ਹੈ, ਗੁਰਬਾਣੀ ਕਹਿੰਦੀ ਹੈ, ਕਹਿੰਦੇ ਤਿਸ ਤੇ ਤੁਝੇ ਡਰਾਵੋ ਰੇ, ਜਿਸ ਚੀਜ਼ ਤੋਂ ਤੂੰ ਡਰੇਗਾ ਉਸੇ ਨਾਲ ਡਰਾਵਾਂਗੇ ਨਾ। ਹੁਣ ਜਿਹੜਾ ਭੈੜੀ ਬਿਰਤੀ ਦਾ ਬੰਦਾ ਹੈ
ਉਹ ਤਾਂ ਕਿਸ ਚੀਜ਼ ਨਾਲ ਡਰੇਗਾ। ਸੋ ਉਹਦੇ ਲਈ ਰੋਜ਼ ਅਰਦਾਸ ਕਰਦੇ ਆ ਨਾ, ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰੀਅਨ। ਬਿਦਾਰਨਾ ਕੀ ਹੁੰਦਾ ਹੈ? ਇੱਕ ਪਰਿੰਦੇ ਹੁੰਦਾ, ਇੱਕ ਦਰਿੰਦੇ ਹੁੰਦਾ। ਦਰਿੰਦੇ ਹੁੰਦਾ ਜਿਹੜੇ ਜਾਨਵਰ ਹੈਗੇ ਖੂਨ ਪੀ ਜਾਣ ਵਾਲੇ, ਉਹਨਾਂ ਦੇ ਲੰਬੇ ਲੰਬੇ ਨਾਖੁਨ ਹੁੰਦੇ ਆ। ਸੋ ਉਹ ਜਿਹੜੀ ਦਰਿੰਦਗੀ ਹੈ, ਸੋ ਗੁਰੂ ਸਾਹਿਬ ਕਹਿੰਦੇ ਆ ਕਿ ਉਹ ਦਰਿੰਦੇ ਜਿਹੜੇ ਆ ਉਹਨਾਂ ਹੇ ਵਾਹਿਗੁਰੂ ਇਹਨਾਂ ਦਾ ਪੇਟ ਫਾੜ ਦੇ। ਹੁਣ ਇਹ ਅਰਦਾਸ ਤੁਸੀਂ ਰੋਜ਼ ਕਰਦੇ ਹੋ ਨਾ, ਸੋ ਵਾਹਿਗੁਰੂ ਦਾ ਕੇਵਲ ਸੁੰਦਰ ਸਰੂਪ ਨਹੀਂ ਹੈ, ਭੈੜੇ ਵਿਰਤੀ ਨੂੰ ਚੰਗੇ ਰੂਪ ਵਿੱਚ ਤੁਸੀਂ ਨਹੀਂ ਕਰ ਸਕਦੇ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਮਾਲ ਦੀ ਬੇਨਤੀ ਕੀਤੀ ਹੈ, ਕਮਾਲ ਦੀ ਸਾਰੇ ਦੀ ਸਾਰੀ ਉਹਨਾਂ ਦੀ ਫਿਲਾਸਫੀ ਵਿੱਚ ਆ ਜਾਏਗੀ। ਸਤਿਗੁਰ ਸੱਚੇ ਪਾਤਸ਼ਾਹ ਕਹਿ ਰਹੇ ਹੈ, ਕਹੂੰ ਦੇਵ ਤਾਨ ਕੇ ਦੀਵਾਨ ਮੇ ਵਿਰਾਜਮਾਨ। ਮੈਨੂੰ ਲੱਗਦਾ ਤੁਹਾਡੇ ਸਾਰੇ ਸਵਾਲਾਂ ਦਾ ਨਾ ਜਿਹੜਾ ਜਵਾਬ ਇਹਦੇ ਚ ਆਏਗਾ ਕਿ ਕਿਧਰੇ ਤੇ ਤੁਹਾਨੂੰ ਲੱਗੇਗਾ ਵਾਹਿਗੁਰੂ ਦੇਵਤਿਆਂ ਦੇ ਦੀਵਾਨਾਂ ਵਿੱਚ ਵਿਰਾਜਮਾਨ। ਕਹੂੰ ਦੇਵ ਤਾਨ ਕੇ ਦੀਵਾਨ ਮੇ ਵਿਰਾਜਮਾਨ, ਕਹੂੰ ਦਾਨਵਾਨ ਕੋ ਗੁਮਾਨ ਮਤ ਦੇ ਥੋ। ਕਿਧਰੇ ਵਾਹਿਗੁਰੂ ਵੱਡੇ ਵੱਡੇ ਦਾਨੀ ਪੁਰਸ਼ਾਂ ਨੂੰ ਘਮੰਡ ਦਾ ਦਾਨ ਦੇ ਕੇ ਉਹਨਾਂ ਦਾ ਬੇੜਾ ਗਰਕ ਕਰਾ ਦਿੰਦਾ ਹੈ? ਤੇ ਵਾਹਿਗੁਰੂ ਦਿੰਦਾ ਨਾ, ਦਿੰਦਾ ਵਾਹਿਗੁਰੂ ਹੈ। ਇਸ ਕਰਕੇ ਜਦੋਂ ਬੰਦਾ ਹੰਕਾਰਿਆ ਜਾਏ ਨਾ, ਜਿਹੜਾ ਨਿਹੰਗ ਸਿੰਘ ਫਟੇ ਹੋਏ ਕੱਪੜੇ ਨੂੰ ਹੰਕਾਰਿਆ ਹੋਇਆ ਕਹਿੰਦੇ, ਇਹ ਹੰਕਾਰਿਆ ਗਿਆ, ਇਹਨੂੰ ਹੰਕਾਰਿਆ ਕਹਿੰਦੇ, ਉਹਦਾ ਉਹ ਹਸ਼ਰ ਹੁੰਦਾ। ਸੋ ਗੁਰੂ ਸਾਹਿਬ ਕਹਿ ਰਹੇ, ਕਹੂੰ ਦੇਵ ਤਾਨ ਕੇ ਦੀਵਾਨ ਮੇ ਵਿਰਾਜਮਾਨ, ਕਹੂੰ ਦਾਨਵਾਨ ਕੋ ਗੁਮਾਨ ਮਤ ਦੇਤ ਹੋ। ਤੇ ਅਗਲੀ ਲਾਈਨ ਕਹਿੰਦੇ, ਕਹੂੰ ਇੰਦਰ ਰਾਜਾ ਕੋ ਮਿਲਤ ਇੰਦਰ ਪਦਵੀ ਸੀ। ਹੁਣ ਇੰਦਰ ਨੂੰ ਇੰਦਰਾਸਨ ਦਵਾਉਣ ਵਾਲਾ ਤੇ ਵਾਹਿਗੁਰੂ ਹੈ ਨਾ। ਕਹੂੰ ਮਤਲਬ ਬ੍ਰਾਹਮਣ ਤੁਧ ਨੂੰ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਾ ਨਾਲੇ, ਤੇ ਇੰਦਰ ਨੂੰ ਧੱਕੇ ਮਾਰ ਕੇ ਸੁੱਟਣ ਵਾਲਾ ਵੀ ਕੌਣ ਹੈ? ਦੋਨੋ ਚੀਜ਼ਾਂ ਆ ਰਹੀਆਂ ਨਾ। ਸੋ ਗੁਰੂ ਸਾਹਿਬ ਕਹਿ ਰਹੇ, ਕਹੂੰ ਦੇ ਕਹੂੰ ਇੰਦਰ 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 ਕੋ ਸੋਰੀ ਵਾਹਿਗੁਰੂ ਕਹਿੰਦੇ, ਕਹੂੰ ਦੇਵ ਦਾਨ ਕੇ ਦੀਵਾਨ ਮੇ ਵਿਰਾਜਮਾਨ, ਕਹੂੰ ਦਾਨਵਾਨ ਕੋ ਗੁਮਾਨ ਮਤ ਦੇ ਤੋ, ਕਹੂੰ ਇੰਦਰ ਰਾਜਾ ਕੋ ਮਿਲਤ ਇੰਦਰ ਪਦਵੀ ਸੀ, ਕਹੂੰ ਇੰਦਰ ਪਦਵੀ ਛਪਾਏ ਛੀਨ ਲੇ ਤੋ। ਅਗਲੀ ਲਾਈਨ ਤੁਸੀਂ ਕਦੀ ਦੇਖੋਗੇ ਨਾ, ਆਉਣ ਵਾਲਾ ਸਮਾਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ ਦਾ। ਸਾਰੀ ਦੁਨੀਆ ਦੇ ਰਿਲੀਜਨ ਇਹ ਪ੍ਰੇਅਰ ਕਰਦੇ ਆ ਵਾਹਿਗੁਰੂ ਸਾਨੂੰ ਸ਼ੁਭ ਵਿਚਾਰ ਦੇ, ਚੰਗੇ ਵਿਚਾਰ ਦੇ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਨਹੀਂ। ਉਹ ਕਹਿੰਦੇ, ਹੇ ਵਾਹਿਗੁਰੂ, ਤੂੰ ਮੈਨੂੰ ਚੰਗੇ ਵਿਚਾਰਾਂ ਦੀ ਸੋਝੀ ਦੇ ਰਹੇ, ਮੈਨੂੰ ਭੈੜੇ ਵਿਚਾਰਾਂ ਦੀ ਸੋਝੀ ਵੀ ਦੇ ਰਹੇ। ਕਹੂੰ ਵਿਚਾਰ ਅਵਿਚਾਰ ਕੋ ਵਿਚਾਰਤ ਹੋ, ਕਹੂੰ ਨਿਜ ਨਾਰ ਪਰ ਨਾਰ ਕੇ ਨਿਕੇਤ ਹੋ। ਮੈਨੂੰ ਨਿਜ ਨਾਰ ਤੇ ਪਰ ਨਾਰ ਦਾ ਕਨਸੈਪਟ ਕਲੀਅਰ ਕਰ ਦੇ, ਮੈਨੂੰ ਚੰਗੇ ਵਿਚਾਰ ਤੇ ਭੈੜੇ ਵਿਚਾਰ ਦੋਨਾਂ ਦੀ ਵਿਚਾਰ ਦੇ ਦੇ। ਅੱਜ ਕਿਹਾ ਜਾ ਰਿਹਾ ਬੱਚਿਆਂ ਨੂੰ ਏਡਜ਼ ਦੇ ਕਾਰਨ ਸਮਝਾ ਦਿਓ, ਅੱਜ ਦੱਸਿਆ ਜਾ ਰਿਹਾ ਜੇ ਕਿਸੇ ਨੇ ਫਰਾਡ ਰੋਕਣਾ ਹੈ, ਜੇ ਕਿਸੇ ਨੇ ਕ੍ਰਾਈਮ ਰੋਕਣਾ ਹੈ, ਉਹਨੂੰ ਉਹਦੀ ਮੈਥਡੋਲੋਜੀ, ਉਹਨੂੰ ਮੋਡਸ ਆਪਰੈਂਡੀ ਉਹਦਾ ਸਮਝਣਾ ਪਏਗਾ। ਸੋ ਹਜ਼ੂਰ ਕਹਿ ਰਹੇ, ਕਤ ਹੂੰ ਵਿਚਾਰ ਅਵਿਚਾਰ ਕੋ ਵਿਚਾਰਤ ਹੋ, ਕਹੂੰ ਨਿਜ ਨਾਰ ਪਰ ਨਾਰ ਕੇ ਨਿਕੇਤ ਹੋ, ਕਹੂੰ ਵੇਦ ਰੀਤ ਕਹੂੰ ਦਾਸਿਓ ਵਿਪਰੀਤ। ਕਿਧਰੇ ਤੇ ਬਿਲਕੁਲ ਨਿਯਮਬੱਧ ਤਰੀਕੇ ਨਾਲ ਚੱਲ ਰਿਹਾ, ਸਾਰਾ ਸੰਸਾਰ ਬੜਾ ਸੋਹਣਾ ਚੱਲ ਰਿਹਾ। ਕਹੂੰ ਵੇਦ ਰੀਤ ਕਹੂੰ ਦਾਸਿਓ ਵਿਪਰੀਤ, ਕਹੂੰ ਤ੍ਰਿਗੁਣ ਅਤੀਤ ਕਹੂੰ ਸਰਗੁਣ ਸਮੇਤ ਹੋ। ਕਿਧਰੇ ਤੇ ਰਜੋ ਗਮੋ ਸਤੋ ਗੁਣਾਂ ਦੇ ਨਾਲ ਤਿੰਨਾਂ ਭਰਪੂਰ ਹੈ, ਕਿਧਰੇ ਇਹਨਾਂ ਤਿੰਨਾਂ ਤੋਂ ਪਰਾਮ ਹੈ, ਬਿਲਕੁਲ ਇੰਡੀਪੈਂਡੈਂਟ ਹੋ ਕੇ ਚੱਲ ਰਿਹਾ। ਸੋ ਇਹ ਜਿਹੜੀ ਰਚਨਾ ਹੈ ਵਾਹਿਗੁਰੂ ਦੀ, ਇਹ ਰੋਜ਼ ਵਿਚਰ ਰਹੀ ਹੈ। ਬਲਕਿ ਜਿਹੜੀ ਮੈਂ ਤੁਹਾਨੂੰ ਗੱਲ ਕਹੀ ਹੈ, ਆਉਣ ਵਾਲੇ ਸਮੇਂ ਚ ਅੱਜ ਇੱਕ ਜ਼ਿਕਰ ਕੀਤਾ ਜਾ ਰਿਹਾ ਲਫ਼ਜ਼ ਸੈਕਸ, ਕਾਲਮ ਹੈ ਸੈਕਸ, ਮੇਲ ਐਂਡ ਫੀਮੇਲ, ਦਿਸ ਇਜ਼ ਨਾਟ ਸੈਕਸ, ਦਿਸ ਇਜ਼ ਜੈਂਡਰ। ਕਿੰਨਾ ਮਿਸਨੋਮਰ ਹੈ, ਕਿੰਨਾ ਗਲਤ ਲਫ਼ਜ਼ ਹੈਗਾ ਉਸਨੂੰ ਵਰਤਿਆ ਜਾ ਰਿਹਾ। ਫਿਰ ਪੁੱਛਿਆ ਜਾ ਰਿਹਾ ਮੇਲ ਔਰ ਫੀਮੇਲ, ਪਰ ਗੁਰੂ ਸਾਹਿਬ ਆਉਣ ਵਾਲਾ ਸਮਾਂ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਮਾਂ, ਉਹ ਕਹਿ ਰਹੇ ਹੈ ਵਾਹਿਗੁਰੂ ਨੇ ਮੇਲ ਔਰ ਫੀਮੇਲ ਨਹੀਂ ਪੈਦਾ ਕੀਤੇ, ਨਰ ਨਾਰ ਨਪੁੰਸਕ ਜਾਹੇ ਕੀ। ਜਿਸ ਵਾਹਿਗੁਰੂ ਨੇ ਨਰ ਨਾਰੀ ਤੇ ਨਪੁੰਸਕ ਪੈਦਾ ਕੀਤੇ, ਉਸ ਤੀਜੀ ਸ਼੍ਰੇਣੀ ਨੂੰ, ਅੱਜ ਬੂਟਿਆਂ ਦੇ, ਪੱਤਿਆਂ ਦੇ, ਪਰਿੰਦਿਆਂ ਦੇ, ਜਾਨਵਰਾਂ ਦੇ, ਉਹਨਾਂ ਦੇ ਇਨਵਾਇਰਮੈਂਟ ਦੇ ਰਾਈਟਸ ਦੀ ਗੱਲ ਹੋ ਰਹੀ ਹੈ, ਉਸ ਤੀਜੀ ਸ਼੍ਰੇਣੀ ਦੀ ਕਿਉਂ ਨਹੀਂ ਗੱਲ ਕਰ ਰਿਹਾ? ਉਹਦੇ ਵਿੱਚ ਕੀ ਕਮੀ? ਅਗਰ ਉਸਨੂੰ ਘੱਟੋ ਘੱਟ ਮੈਡੀਕਲੀ ਉਹਨੂੰ ਸਮਝ ਲਿਆ ਜਾਏ। ਸੋ ਇਸ ਕਰਕੇ ਆਉਣ ਵਾਲਾ ਸਮਾਂ ਜਿਹੜਾ ਨਾ, ਜਿਉਂ ਜਿਉਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ ਦਾ ਪ੍ਰਚਾਰ ਔਰ ਪ੍ਰਸਾਰ ਹੋਏਗਾ, ਸੋ ਬਹੁਤ ਦੂਰ ਤੱਕ ਗੱਲ ਜਾਏਗੀ ਔਰ ਬਹੁਤ ਉਹਦਾ ਜਿਹੜਾ ਡਾਇਮੈਂਸ਼ਨ ਹੈ ਨਾ, ਕਿਉਂਕਿ ਸੰਪੂਰਨਤਾ ਦੇ ਰਹੇ ਹੈ ਤੁਸੀਂ। ਪਰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ ਨੂੰ ਸਮਝਣ ਲੱਗਿਆ ਇਹ ਚੇਤਾਵਨੀ ਹੈ ਕਿ ਉਹ ਲਿਟਰੇਚਰ ਹੈ ਔਰ ਲਿਟਰੇਚਰ ਵੀ ਹਾਈਐਸਟ ਦਰਜੇ ਦਾ। ਗਿਆਨੀ ਮਾਨ ਸਿੰਘ ਚੌਰ ਕਹਿੰਦਾ ਸੀ, ਜਿਹੜੇ ਫਾਲਤੂ ਵਾਹੀਆਤ ਬੋਲਦੇ ਹੈ ਨਾ, ਇਹਦਾ ਪਾਠ ਹੀ ਕਰਕੇ ਦਿਖਾ ਲੈ, ਇਹਦਾ ਉਚਾਰਨ ਕਰ ਦੇਣ, ਬਾਕੀ ਦੇ ਗੱਲਾਂ ਬਾਅਦ ਦੀਆਂ ਰਹਿ ਗਈਆਂ, ਉਹਦਾ ਉਚਾਰਨ ਹੀ ਕਰ ਦੇ।
ਸੋ ਇਹ ਜਿਹੜਾ ਹੈਗਾ ਇਸ ਕਰਕੇ ਉਸ ਨੂੰ ਉਸ ਸੈਂਸ ਵਿੱਚ ਸਮਝਣਾ ਹੈ। देखो जो सारा कुछ हो गया फिर तो कोई दिक्कत नहीं, जो आम जनता दे विचों कंफ्यूज है जो कहते भी नहीं कर सकते। देखो मैं नहीं कह सकता ऐसा है, बाकी वो चुप करके सुन जी तेन गल कह रहे हैं गल दसोगे मैं कि मन लगा तेरा मतलब अभी पहली बार अमृत छका रहे हैं वह कहना थोड़ा मतलब मैं पहली बार छक लंबी रहरस पण दा ਵਿੱਚ ਕੀ ਇਤਰਾਜ਼ ਮੈਂ ਤਾਂ ਦੱਸ ਦਿੱਤਾ ਜੀ। ਦੇਖੋ ਗੱਲ ਇਹ ਹੈ ਤੁਹਾਡੀ ਲੰਬੀ ਰਹਿਰਾਸ ਜਾਂ ਬਹੁਤ ਲੰਬੀ ਰਹਿਰਾਸ ਜਾਂ ਬਹੁਤ ਜ਼ਿਆਦਾ ਲੰਬੀ ਰਹਿਰਾਸ ਦਾ ਬੜਾ ਸਿੰਪਲ ਹੈਗਾ ਕਿ ਸਿੱਖ ਰਹਿਤ ਮਰਿਆਦਾ ਦੇ ਵਿੱਚ ਇਹ ਲਿਖਿਆ ਕਿ ਜਿਹੜੀ ਉਹਦੇ ਵਿੱਚ ਦਿੱਤੀ ਹੈ ਘੱਟ ਤੋਂ ਘੱਟ ਇਹ ਬਾਣੀਆਂ ਜ਼ਰੂਰ ਪੜ੍ਹੇ, ਘੱਟ ਤੋਂ ਘੱਟ। ਇਹ ਨਹੀਂ ਲਿਖਿਆ ਕਿ ਇਹ ਹੀ ਪੜ੍ਹੇ, ਘੱਟ ਤੋਂ ਘੱਟ ਇਹ ਬਾਣੀ ਜ਼ਰੂਰ ਪੜ੍ਹੇ। ਇਹ ਨਹੀਂ ਹੈਗਾ ਇਸ ਕਰਕੇ ਉਹ ਬੰਦੇ ਧੋਖਾ ਦੇ ਰਹੇ ਆ, ਝੂਠ ਬੋਲ ਰਹੇ ਆ ਜਿਹੜੇ ਕਹਿੰਦੇ ਜੀ ਇਹ ਪੰਜ ਪ੍ਰਵਾਨਤ ਹੈ ਇਹੀ ਪੜ੍ਹ ਲਓ। ਉਹਦੇ 'ਚ ਇਹ ਲਿਖਿਆ ਕੱਲ੍ਹ ਨੂੰ ਤਾਂ ਫਿਰ ਕਹੋਗੇ ਜੀ ਛੇ ਪੌੜੀਆਂ ਆਨੰਦ ਸਾਹਿਬ ਦੀਆਂ ਹੁਣ ਬਾਕੀ ਅਪ੍ਰਵਾਨਤ ਤੇ ਨਹੀਂ ਹੋ ਗਈਆਂ, ਘੱਟ ਤੋਂ ਘੱਟ ਇਹ ਪੜ੍ਹਨੀ ਹੈ ਜਿੰਨੀ ਵੱਧ ਤੋਂ ਵੱਧ ਪੜ੍ਹ ਸਕਦਾ। ਪਰ ਮੈਂ ਕੇਵਲ ਇੱਕ ਮੁਸਲਮਾਨ ਸੂਫੀ ਫਕੀਰ ਦੀ ਗੱਲ ਦੱਸਦਾ, ਉਹ ਕਹਿੰਦਾ ਹੈ ਕਿ ਮੈਂ ਕਿਧਰੇ ਗਿਆ ਪਬਲਿਕ ਦੇ ਵਿੱਚ, ਮੈਂ ਜਿਸਲੇ ਦੁਆ ਕੀਤੀ ਜਦੋਂ ਦੁਆ ਖੁਤਬਾ ਪੜ੍ਹਿਆ ਜਦੋਂ ਦੁਆ ਕਰ ਰਿਹਾ ਸੀ ਤੇ ਮੈਂ ਦੇਖਿਆ ਕਿ ਉਹ ਕਾਫੀ ਲੰਬੀ ਹੋ ਗਈ ਪਬਲਿਕ ਵਿੱਚ ਜਦੋਂ ਕੀਤੀ, ਤੇ ਜਦੋਂ ਮੈਂ ਘਰ ਆ ਕੇ ਆਪ ਕੀਤੀ ਤੇ ਉਹ 2 ਮਿੰਟਾਂ 'ਚ ਕੰਪਲੀਟ ਹੋ ਗਈ। ਕਹਿੰਦਾ ਫਿਰ ਮੈਨੂੰ ਲੱਗਿਆ ਕਿ ਇਹਦਾ ਮਤਲਬ ਜਾਂ ਮੈਂ ਉੱਥੇ ਪਖੰਡ ਕਰ ਰਿਹਾ ਸੀ ਤੇ ਜਾਂ ਇੱਥੇ ਕਰ ਰਿਹਾ, ਸੋ ਜਾਂ ਤੇ ਮੈਂ ਉੱਥੇ ਵੀ ਛੋਟੀ ਪੜਾ ਲਈ ਆ ਇੱਥੇ ਪੂਰੀ ਕਰਾਂ, ਦੋਨਾਂ 'ਚੋਂ ਇੱਕ ਇਹਦਾ ਮਤਲਬ ਹੈ ਕਿ ਮੈਂ ਖਾਲੀ ਦਿਖਾਵਾ ਕਰ ਰਿਹਾ ਸੀ। ਸੋ ਕਹਿਣ ਦਾ ਭਾਵ ਹੈ ਕਿ ਜਿਹਦੀ ਨਿੱਜੀ ਤੌਰ 'ਤੇ ਇੱਕ ਜਾਤੀ ਹੈ ਇੱਕ ਜਮਾਤੀ ਹੈ, ਜਾਤੀ ਤੌਰ ਦੇ ਉੱਤੇ ਤੁਸੀਂ ਭਾਵੇਂ ਜਿੰਨਾ ਮਰਜ਼ੀ ਪੜ੍ਹੋ, ਭਾਵੇਂ ਤੁਸੀਂ ਚੰਡੀ ਦੀ ਵਾਰ ਦਾ ਪੜ੍ਹੋ, ਭਾਵੇਂ ਅਕਾਲ ਉਸਤ ਦਾ ਪੜ੍ਹੋ, ਭਾਵੇਂ ਤੁਸੀਂ ਹੋਰ ਪੜ੍ਹੋ, ਜਿੰਨਾ ਪੜ੍ਹ ਸਕਦੇ ਹੋ ਪੜ੍ਹੋ। ਆਸਾ ਦੀ ਵਾਰ ਦਾ ਹੁਣ ਮੇਰੇ ਮਾਤਾ ਜੀ ਰੋਜ਼ ਆਸਾ ਦੀ ਵਾਰ ਦਾ ਪਾਠ ਕਰਦੇ ਸੀ, ਰੋਜ਼ ਕਰਦੇ ਸੀਗੇ, ਹੋਰ ਵੀ ਕਰਦੇ ਸੀ, ਪਰ ਜੇ ਜਿੰਨਾ ਕਰ ਸਕੇ ਚੰਗਾ। ਪਰ ਜਮਾਤੀ ਤੌਰ ਦੇ ਉੱਤੇ ਇਹ ਨਹੀਂ ਕਿ ਉਹ ਕਵੇ ਮੈਂ ਦਿਨੇ ਜਿਵੇਂ ਉਹ ਕਹਿੰਦਾ ਸੀ ਮੈਂ ਬਾਣੀ ਕੰਠ ਕਰ ਰਿਹਾ ਉੱਥੇ ਬਹਿ ਕੇ ਤੇ ਧਾਬਿਆਂ ਬਹਿ ਕੇ ਪਾਠ ਕੰਠ ਕਰਨੀ ਸ਼ੁਰੂ ਕਰਦੇ, ਉਹ ਨਹੀਂ ਹੋਣਾ ਚਾਹੀਦਾ। ਉਹ ਸਾਨੂੰ ਸਿੱਖ ਰਹਿਤ ਮਰਿਆਦਾ ਜਿਹੜੀ ਦਿੱਤੀ ਹੈ ਉਹ ਪੜ੍ਹਨੀ ਚਾਹੀਦੀ, ਉਹ ਨਹੀਂ ਪੜ੍ਹਨੀ ਚਾਹੀਦੀ। ਬਾਕੀ ਨਿੱਜੀ ਤੌਰ 'ਤੇ ਜੇ ਪੜ੍ਹਨਾ ਚਾਹੁੰਦੇ ਹੋ ਤਾਂ ਜ਼ਰੂਰ ਪੜ੍ਹੋ, ਕੋਈ ਹੱਲ ਨਹੀਂ। ਠੀਕ ਹੈ, ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹਨਾਂ ਨੇ ਟਾਈਮ ਬਾਜੀ ਖਾਲਸਾ ਜੀ ਫਤਿਹ। ਮਾਫ ਕਰਦੇ ਹਾਂ ਕਿ ਸਾਡੇ ਸਰ ਦੇ ਮਨ ਦੇ ਵਾਲ ਦੇ ਭਾਈ ਸਾਹਿਬ ਨੇ ਜ਼ਰੂਰ ਆਪਣੇ ਸੋਝੀ ਤੋਂ ਸਾਨੂੰ ਜ਼ਰੂਰ ਆਨਸਰ ਦਿੱਤੇ ਹੋਣਗੇ। ਭਾਈ ਸਾਹਿਬ ਨੇ ਇੱਕ ਗੱਲ ਕਹੀ ਸੀ ਕਿ ਜੇ ਤੁਹਾਡੇ ਕੋਈ ਕੁਐਸਚਨ ਹਨ ਤੁਸੀਂ ਉਹਨਾਂ ਨਾਲ ਆਪਣਾ ਫੋਨ ਨੰਬਰ ਜਾਂ ਈਮੇਲ ਜੋ ਵੀ ਤੁਹਾਡਾ ਹੈ ਮਿਹਰਬਾਨੀ ਦੇ ਕੇ ਜਾਓ। ਅੱਛੀ ਗੱਲ ਹੈ ਕਿ ਆਪਾਂ ਨੂੰ ਬਹੁਤ ਕਈ ਵਾਰ ਇੱਥੇ ਕੁਐਸਚਨ ਉੱਠਦੇ ਨੇ ਅਤੇ ਹੋਪਫੁਲੀ ਇਹ ਆਪਣੇ ਰਿਸਰਚ ਦੇ ਤੌਰ 'ਤੇ ਤੁਹਾਨੂੰ ਲੋਕਾਂ ਨੂੰ ਜ਼ਰੂਰ ਸਾਂਝੀ ਕਰਨਗੇ। ਬਾਕੀ ਭਾਈ ਸਾਹਿਬ ਅਤੇ ਮਹਾਰਾਜ ਦੀ ਬੜੀ ਕਿਰਪਾ ਕਿ ਜਦੋਂ ਮੈਂ ਸਰਦਾਰ ਕਪੂਰ ਸਿੰਘ ਨੂੰ ਮਿਲਿਆ ਤਾਂ ਨਹੀਂ ਪਰ ਉਹਨਾਂ ਦੀ ਕਿਤਾਬਾਂ ਜ਼ਰੂਰ ਪੜ੍ਹੀਆਂ ਅਤੇ ਮੈਨੂੰ ਉਹਨਾਂ ਦਾ ਇੱਚੋ ਕਹਿਣਾ ਚੁਣਿਆ ਜਾਂਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਕੀ ਇੱਕ ਬੇਨਤੀ ਮੈਂ ਆਪ ਨੂੰ ਕਰਨੀ ਸੀ ਕਿ ਆਪ ਸੰਤ ਸਫਾਈ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਸਾਰੇ। ਪੰਥ ਨੂੰ ਦਰਪੇਸ਼ ਮਸਲੇ ਸ਼ੁਰੂ ਤੋਂ ਲੈਂਦਾ ਰਿਹਾ ਹਾਲੇ ਤੱਕ ਲੈਂਦਾ, ਸੋ ਸਾਡੀ ਤੁਹਾਨੂੰ ਬੇਨਤੀ ਹੈ ਜਿੰਨਾ ਕਿਸੇ ਨੂੰ ਸਪਾਂਸਰ ਕਰ ਸਕਦੇ ਹੋ ਉਹ ਤੁਹਾਡੇ ਜ਼ਰੂਰੀ ਤੁਸੀਂ ਕਰੋ। ਇੰਨੀ ਬੇਨਤੀ, ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ।